ਹਾਸਿਆਂ ਦੇ ਪਲ, ਕਮੇਡੀ ਦਾ ਉਹ ਰੰਗ ਜਿਹਨੂੰ ਮਾਣ ਮਿਲਿਆ ਫਿਲਮਾਂ ਦੇ ਵਿੱਚ, ਜਿਹਨੂੰ ਮਾਣ ਮਿਲਿਆ ਸਟੇਜਾਂ 'ਤੇ, ਜਿਹਨੂੰ ਮਾਣ ਮਿਲਿਆ ਰੀਲਾਂ ਦੇ ਵਿੱਚ। ਸਾਡੇ ਹਰਮਨ ਸ਼ਾਹ ਜੀ ਵੀ ਨਾਲ ਹੀ ਨੇ, ਹਿਮਾਂਸ਼ੂ ਜੀ, ਪਰ ਮੈਂ ਇਹ ਸੱਦਾ ਦੇਣ ਲੱਗਿਆ ਕਵਿਤਾ ਭੱਲਾ ਜੀ ਨੂੰ ਅਤੇ ਭੋਟੂ ਸ਼ਾਹ ਆ। ਵਾਹ ਵਾਹ, ਥੈਂਕ ਯੂ ਰਾਹੀ ਸਾਹਿਬ ਵਾਸਤੇ ਵੀ ਤਾਲੀਆਂ ਵਜਾਦੇ ਕਰੋ ਭਾਈ। ਪਦਮ ਸ਼੍ਰੀ ਮਾਣਯੋਗ ਹੰਸ ਰਾਜ ਹੰਸੀ ਪਹੁੰਚਿਆ ਜੀ, ਐਂ ਮੇਰੀ ਸਰਕਾਰ, ਮਾਣਯੋਗ MP ਸਾਹਿਬ ਔਰ ਸਾਰੇ ਪ੍ਰਸ਼ਾਸਨ ਦਾ, ਸਾਰੇ ਪ੍ਰਿੰਟ ਮੀਡੀਆ ਦਾ, ਇਲੈਕਟ੍ਰੋਨਿਕ ਮੀਡੀਆ ਦਾ, ਖਾਸ ਕਰਕੇ ਬਲਵਿੰਦਰ ਬਾਜਵਾ ਸਾਹਿਬ ਦਾ, ਉਹਨਾਂ ਦੀ ਸਾਰੀ ਟੀਮ ਦਾ, NRI ਸਹਿਬਾਨਾਂ ਦਾ ਮੇਰੇ ਵੱਲੋਂ ਬਹੁਤ ਬਹੁਤ ਸਵਾਗਤ ਹੈ। ਬਲਵੀਰ ਸੂਫੀ ਜੀ ਆਪਣੀ ਹਾਜ਼ਰੀ ਦੇ ਕੇ ਗਏ ਆ ਹੁਣੇ, ਔਰ ਆਸ਼ੂ ਜੀ ਕਪਲਾ ਮੇਰਾ ਵੀਰ, ਸਾਰੇ ਮੰਚ ਸੰਚਾਲਕ ਨੇ। ਆ ਜਾ ਬੀਬਾ, ਸ਼ੁਰੂ ਕਰੀਏ, ਹੱਸਣਾ ਚਾਹੁੰਦੇ ਹੋ? ਤਾਲੀਆਂ ਖੁੱਲ੍ਹ ਕੇ ਵਜਾਓ, ਫਿਰ ਚੀਕਾਂ ਮਾਰ ਕੇ ਦੱਸੋ ਹੱਸਣਾ ਚਾਹੁੰਦੇ ਹੋ। ਸਦਕੇ ਤੁਹਾਡੇ, ਆ ਜਾ ਬੀਬਾ। ਹਾਂਜੀ ਪੱਟੂ ਸ਼ਾਹ ਜੀ, ਇੱਕ ਵਾਰ ਪੱਟੂ ਸ਼ਾਹ ਜੀ ਦੇ ਨਾਮ ਤੇ ਜ਼ੋਰਦਾਰ ਤਾੜੀਆਂ। ਥੈਂਕ ਯੂ, ਥੈਂਕ ਯੂ। ਤੁਹਾਡੀਆਂ ਤਾਲੀਆਂ ਦੇਖ ਕੇ, ਤੁਹਾਡੀਆਂ ਤਾਲੀਆਂ ਜਿਹੜੀਆਂ ਮੇਰੇ ਲਈ ਉਹ ਕੰਮ ਕਰਦੀਆਂ। ਪੱਟੂ ਸ਼ਾਹ ਜੀ ਕਿਹੜਾ ਕੰਮ ਕਰਦੀਆਂ? ਜਿਹੜਾ ਅਮਿਤ ਸ਼ਾਹ ਜੀ ਨਰਿੰਦਰ ਮੋਦੀ ਲਈ ਕਰ ਰਹੇ ਆ। ਤੁਹਾਡੀਆਂ ਤਾਲੀਆਂ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੁੰਦੀ ਆ ਪੱਟੂ ਸ਼ਾਹ ਜੀ, ਕਿੰਨੀ ਕੁ ਖੁਸ਼ੀ ਹੁੰਦੀ ਆ ਜਿੰਨੀ ਸਰਸੇ ਵਾਲੇ ਬਾਬੇ ਨੂੰ ਹਨੀਪ੍ਰੀਤ ਦੇਖ ਕੇ ਹੁੰਦੀ ਸੀ। ਪੱਟੂ ਸ਼ਾਹ ਜੀ, ਮਾਈਕ ਐਂ ਫੜ ਲਿਆ ਆ, ਜਾਂ ਪੂੰਛ ਵਾਲਾ ਲੈ ਲਓ ਤੇ ਜਾਂ ਫਿਰ ਮਾਈਕ ਦਾ ਸਟੈਂਡ ਲੈ ਲਓ। ਕਮਲੀਏ, ਮੈਂ ਕਦੇ ਜ਼ਿੰਦਗੀ 'ਚ ਕੋਈ ਸਟੈਂਡ ਨਹੀਂ ਲਿਆ ਤੇ ਮਾਈਕ ਦਾ ਸਟੈਂਡ ਸਵਾ ਲੈਣਾ, ਇਹ ਤਾਂ ਪਹਿਲੇ ਸਾਊਂਡ ਬਹੁਤ ਵਧੀਆ ਹੈ। ਆ ਜਾ, ਮੈਂ ਕਿਹਾ ਇੱਕੋ ਘਟਾ ਵਧਾ ਲਿਓ। ਨਾ, ਇੱਕੋ ਥੋੜ੍ਹੀ ਜਿਹੀ ਘਟਾ ਦੇ, ਕਿਉਂਕਿ ਜਦੋਂ ਇੱਕੋ ਲੱਗੀ ਹੁੰਦੀ ਮੈਨੂੰ ਐਂ ਲੱਗਦਾ ਮੇਰਾ ਬਾਪੂ ਵੀ ਮੇਰੇ ਨਾਲ ਬੋਲਦਾ। ਇੱਕ ਵਾਰੀ ਮੈਂ ਪ੍ਰੋਗਰਾਮ ਕਰ ਰਿਹਾ ਸੀ ਤੇ ਮੇਰਾ ਮੋਹਰੇ ਫਰੈਂਡ ਬੈਠਾ ਸੀਗਾ ਨੱਥੂ, ਨੱਥੂ, ਮੈਂ ਉਹਨੂੰ ਹਾਕ ਮਾਰੀ ਨੱਥੂ ਨੱਥੂ, ਤੇ ਬਾਈ ਨੇ ਪਿੱਛੋਂ ਇੱਕੋ ਵਧਾਤੀ ਨੱਥੂ ਤੇ ਗੈਬ ਹੋ ਗਿਆ, ਕੱਲਾ ਥੂ 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 ਹੀ ਚੱਲਦਾ ਰਿਹਾ। ਸਰਬਜੀਤ ਚੀਮਾ ਸਾਹਿਬ ਜਿਨ੍ਹਾਂ ਦੇ ਪਿਆਰ ਸਦਕਾ ਮੈਂ ਤੁਹਾਡੇ ਦਰਸ਼ਨ ਕਰ ਰਿਹਾ ਜੀ, ਆਇਆਂ ਨੂੰ, ਹਾਂਜੀ ਆਓ। ਮੈਂ ਕਿਹਾ ਪੱਟੂ ਸ਼ਾਹ ਜੀ, ਮੈਂ ਤੁਹਾਨੂੰ ਦੱਸਾਂ, ਜੋ ਅੱਜ ਕੱਲ ਦੇ ਸਿੰਗਰ ਨੇ, ਸੈਲੀਬ੍ਰਿਟੀ ਨੇ, ਜਦੋਂ ਵੀ ਸਟੇਜ ਤੇ ਆਉਂਦੇ ਨੇ, ਸਟੇਜ ਤੇ ਜਦੋਂ ਆਉਂਦੇ ਆ, ਕਾਲੀ ਕਾਲੀ ਐਨਕਾਂ ਲਾ ਕੇ ਆਉਂਦੇ ਨੇ। ਨਾ ਕੁੜੀਏ, ਮੈਂ ਨਹੀਂ ਕਾਲੀਆਂ ਐਨਕਾਂ ਲਾਉਂਦਾ। ਤੁਸੀਂ ਕਾਲੀਆਂ ਐਨਕਾਂ ਕਿਉਂ ਨਹੀਂ ਲਾਉਂਦੇ? ਐਨਕਾਂ ਲਾ ਕੇ ਬੰਦਾ ਸਿੰਗਰ ਘੱਟ ਲੱਗਦਾ, ਵੈਲਡਿੰਗ ਕਰਨ ਵਾਲਾ ਜ਼ਿਆਦਾ ਲੱਗਦਾ। ਮੈਂ ਕਿਹਾ ਤੁਹਾਨੂੰ ਗੱਲ ਦੱਸਾਂ, ਅੱਜ ਕੱਲ ਤਾਂ ਸਾਰਿਆਂ ਨੇ ਬੌਂਸਰ ਰੱਖੇ ਹੋਏ ਆ, ਤੁਸੀਂ ਵੀ ਆਪਣੇ ਨਾਲ ਬੌਂਸਰ ਰੱਖੋ। ਮੈਂ ਕੁੜੀਏ, ਦੋ ਪ੍ਰੋਗਰਾਮਾਂ ਤੇ ਬੌਂਸਰ ਰੱਖੇ, ਦੋ ਪ੍ਰੋਗਰਾਮਾਂ ਤੇ ਬੌਂਸਰ ਰੱਖੇ, ਤੀਜੇ ਤੇ ਮੈਂ ਪੈਸੇ ਨਹੀਂ ਦਿੱਤੇ, ਉਹਨਾਂ ਨੂੰ ਬੱਖੀ ਚ ਘਸੋਣ ਰੱਖੇ। ਉਸ ਤੋਂ ਬਾਅਦ ਚੌਥੇ ਪ੍ਰੋਗਰਾਮ ਤੇ ਮੈਂ ਨਹੀਂ ਬੌਂਸਰ ਰੱਖੇ। ਤੁਸੀਂ ਰੱਖੇ ਜਾਂ ਨਹੀਂ ਰੱਖੇ, ਪਰ ਜਦੋਂ ਮੈਂ ਸਿੰਗਰ ਬਣ ਗਈ ਨਾ, ਹਾਏ ਹਾਏ, ਉਦੋਂ ਮੈਂ ਆਪਣੇ ਨਾਲ ਜ਼ਰੂਰ ਬੌਂਸਰ ਰੱਖਣੇ ਆ। ਅੱਛਾ, ਤੂੰ ਗਾ ਲੈਣੀ ਆ? ਹਾਂਜੀ, ਮੈਂ ਗਾ ਲੈਣੀ ਆ। ਤੇ ਚਲੋ ਗਾ ਕੇ ਸੁਣਾਓ। ਇਹ ਕੀ ਕਰ ਰਹੀ ਆ? ਗਲਾ ਸਾਫ਼। ਝਾੜੂ ਲਿਆਵਾਂ? ਮੈਂ ਗਲਾ ਸਾਫ਼ ਕਰਨਾ ਕੋਈ ਵਿਹੜਾ ਥੋੜੀ। ਆ ਚਲੋ ਚਲੋ ਗਾਓ, ਸੁਣਾਓ, ਦੇਖੋ ਸਾਰੇ ਸੁਣਨ ਲਈ ਬੈਠੇ ਆ, ਸੁਣਾਓ ਕੀ ਗਾਉਣਾ। ਕਿੰਨੇ ਵਜੇ ਆਵਾਂ? ਮੈਂ ਗੀਤ ਗਾਣ ਲੱਗੀ ਆ। ਅੱਛਾ, ਫਿੱਟੇ ਮੂੰਹ, ਮੈਂ ਕਿਹਾ ਖਰੇ ਬੁਲਾਉਂਦੀ, ਮੈਨੂੰ ਚਾਅ ਹੀ ਬੜਾ ਚੜਿਆ। ਚਲੋ ਚਲੋ ਗਾਓ, ਗੀਤ ਸੁਣੋ। ਮੈਂ ਕਿਹਾ ਗਾਓ। ਕਦੇ ਐਸ ਫੁੱਲ ਤੇ, ਕਦੇ ਉਸ ਫੁੱਲ ਤੇ, ਯਾਰ ਮੇਰਾ ਤਿੱਤਲੀਆਂ ਵਰਗਾ, ਯਾਰ ਮੇਰਾ ਤਿੱਤਲੀਆਂ ਵਰਗਾ। ਆਇਆ ਨਾ ਸੰਮ ਤੇ ਪੂਰੇ, ਤੇ ਮੈਂ ਹੁਣ ਗਾਵਾਂ ਨੀ। ਕਦੇ ਐਸ ਹਾਤੇ ਤੇ, ਕਦੇ ਉਸ ਹਾਤੇ ਤੇ, ਯਾਰ ਤੇਰਾ ਉਲਟੀਆਂ ਕਰਦਾ, ਨੀ ਯਾਰ ਤੇਰਾ ਉਲਟੀਆਂ ਕਰਦਾ। ਜਦੋਂ ਪੀ ਕੇ ਆਵੇ ਟੱਬਰ ਵੀ ਖਫਾ ਹੁੰਦਾ ਏ, ਜਦੋਂ ਛਿੱਤਰ ਪੈਂਦੇ ਘਰੋਂ ਫੇ ਦਫਾ ਹੁੰਦਾ ਏ। ਕਹਿੰਦਾ ਸੁੱਕੀ ਪੀਣੀ ਨਾਲ ਚੀਜ਼ ਖਾਣੀ ਨੀ ਕੋਈ,
ਨਾ ਹੀ ਖਾਰਾ ਪਾਣਾ ਨਾ ਹੀ ਵਿੱਚ ਪਾਣੀ ਹੀ ਕੋਈ, ਸੁਬਹ ਉੱਠ ਕੇ ਹੀ ਠੇਕੇ ਮੂਹਰੇ ਖੜੀ ਦਾ ਯਾਰ ਤੇਰਾ ਅੱਗੇ ਤੁਹਾਨੂੰ ਪਤਾ ਹੀ, ਖਿੱਚ ਕੇ ਰੱਖੋ ਜਰਾ ਆ ਜਾ ਗਾਣਾ ਦੱਸਾਂ ਬਹੁਤ ਵਧੀਆ ਆ, ਕਿਹੜਾ ਖਰਾਬ ਨਾ ਕਰਿਓ। ਨਹੀਂ ਮੈਂ ਨਹੀਂ ਕਰਦਾ। ਤੂੰ ਲੌਂਗ ਤੇ ਮੈਂ ਲਾਚੀ ਤੇਰੇ ਪਿੱਛੇ ਆ ਗਵਾਚੀ, ਇਹ ਗਾਣੇ ਨੂੰ ਹੁਣ ਖਰਾਬ ਤੂੰ ਨਾ ਕਰੀ, ਕਿਉਂ ਕੱਲ ਨੂੰ ਕਿਤੇ ਗਾਣ ਲੱਭ ਪਵੇ ਤੂੰ ਗੋਹਾ ਤੇ ਮੈਂ ਪਾਥੀ ਆਪਾਂ ਇੱਕ ਦੂਜੇ ਦੇ ਸਾਥੀ। ਇਹ ਪਤਾ ਥੋੜਾ ਇਹਦਾ, ਕੋਈ ਪਤਾ ਨਹੀਂ ਇਹਦਾ। ਮੈਂ ਕਿਹਾ ਪੋਟੂ ਜਾ ਹਟ ਜਾ, ਮੈਂ ਤੈਨੂੰ ਦੱਸਾਂ ਔਰਤ ਜਿਹੜੀ ਹੈ ਨਾ, ਔਰਤ ਇੱਕ ਸ਼ਕਤੀ ਹੁੰਦੀ ਆ। ਮੈਨੂੰ ਪਤਾ ਔਰਤ ਸ਼ਕਤੀ ਹੁੰਦੀ ਆ, ਔਰਤ ਸ਼ਕਤੀ ਹੁੰਦੀ ਆ, ਬੰਦਾ ਸਾਲਾ ਸ਼ਹਿਨ ਸ਼ਕਤੀ ਹੁੰਦਾ। ਮੈਂ ਕਿਹਾ ਦਾਲ ਚ ਨੂਣ ਘੱਟ ਪੈ ਜਾ ਡਰਦਾ ਹੀ ਨਹੀਂ ਮੰਗਦਾ, ਕਹਿੰਦਾ ਦਾਲ ਵੀ ਸਵਾਦ ਆ ਮਾੜਾ ਜਿਹਾ ਚਾਰ ਦੇ ਦਿਓ। ਤੁਹਾਨੂੰ ਬੜੀ ਨੌਲੇਜ ਆ, ਮੈਨੂੰ ਇਹ ਦੱਸੋ ਕਿ ਭੈਣਾਂ ਜਿਹੜੀਆਂ ਮੇਰੀਆਂ ਆ, ਵਿਆਹ ਤੋਂ ਬਾਅਦ ਹੀ ਗਲੇ ਵਿੱਚ ਮੰਗਲ ਸੂਤਰ ਕਿਉਂ ਪਾਉਂਦੀਆਂ, ਪਹਿਲਾਂ ਕਿਉਂ ਨਹੀਂ ਪਾਉਂਦੀਆਂ? ਵਿਆਹ ਤੋਂ ਬਾਅਦ ਔਰਤਾਂ ਮੰਗਲ ਸੂਤਰ ਪਤਾ ਕਿਉਂ ਪਾਉਂਦੀਆਂ? ਕਿਉਂ? ਕਿਉਂਕਿ ਵਿਆਹ ਤੋਂ ਬਾਅਦ ਸਾਰੇ ਸੂਤਰ ਔਰਤਾਂ ਕੋਲ ਆ ਜਾਂਦੇ ਆ। ਅੱਛਾ, ਤੇ ਮੰਗਲ ਸਾਲਾ ਬੰਦੇ ਪਿੱਛੇ ਲੱਗ ਜਾਂਦਾ। ਤਾਲੀਆਂ ਖਿੱਚ ਕੇ ਰੱਖੋ ਜਰਾ ਪਤਾ ਲੱਗੇ, ਪਸੰਦ ਕਰ ਰਹੇ ਹੋ ਪ੍ਰੋਗਰਾਮ ਨੂੰ। ਮੈਂ ਕਿਹਾ ਪੋਟੂ ਸ਼ਾਹ ਜੀ ਬਸ ਰਹਿਣ ਦੋ, ਮੈਨੂੰ ਲੱਗਦਾ ਤੁਸੀਂ ਅੱਜ ਆਪਣਾ ਰਾਸ਼ੀ ਫਲ ਨਹੀਂ ਦੇਖ ਕੇ ਆਏ। ਉਹ ਕੁੜੀਏ ਮੇਰੀ ਗੱਲ ਸੁਣ ਲੈ, ਵਿਆਹਿਆ ਬੰਦਾ ਰਾਸ਼ੀ ਫਲ ਨਹੀਂ ਦੇਖਦਾ। ਕਿਉਂ ਵਿਆਹਿਆ ਬੰਦਾ ਰਾਸ਼ੀ ਫਲ ਕਿਉਂ ਨਹੀਂ ਦੇਖਦਾ? ਉਹਨੂੰ ਸਵੇਰੇ ਘਰ ਵਾਲੀ ਦਾ ਮੂੰਹ ਦੇਖ ਕੇ ਪਤਾ ਲੱਗਦਾ ਦਿਨ ਕਿੱਦਾਂ ਦਾ ਲੰਘੂਗਾ, ਉਹਨੂੰ ਲੋੜ ਹੀ ਨਹੀਂ ਪੈਂਦੀ। ਜੋ ਮਰਜ਼ੀ ਕਹੋ, ਵਿਆਹ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਆ। ਨਹੀਂ ਵਿਆਹ ਜ਼ਿੰਦਗੀ ਲਈ ਬੜਾ ਜ਼ਰੂਰੀ ਆ, ਮਾਮੇ ਸਲਮਾਨ ਖਾਨ ਦੀ ਕੀ ਮਜਬੂਰੀ ਹੈ, ਉਹ ਬਿਗ ਬੌਸ ਹੀ ਕਰੀ ਜਾਂਦਾ, ਉਹਦੇ ਵਿਆਹ ਬਾਰੇ ਵੀ ਸੋਚੋ ਕੁਛ। ਮੈਂ ਕਿਹਾ ਤੁਸੀਂ ਰਹਿਣ ਦੋ, ਤੁਹਾਨੂੰ ਪਤਾ 1947 ਦੇ ਵਿੱਚ ਆਪਾਂ ਨੂੰ ਆਜ਼ਾਦੀ ਮਿਲ ਗਈ ਦੇਸ਼ ਨੂੰ। ਬਿਲਕੁਲ ਆਜ਼ਾਦੀ ਮਿਲ ਗਈ, ਪਰ ਹਜੇ ਵੀ ਦੇਸ਼ ਆਜ਼ਾਦ ਨਹੀਂ ਹੋਇਆ, ਕਿਉਂਕਿ ਅੱਜ ਵੀ ਸਾਨੂੰ ਆਪਣੇ ਹੱਕਾਂ ਦੇ ਵਾਸਤੇ ਲੜਨਾ ਪੈਂਦਾ ਆ। ਮੈਂ ਕਿਹਾ ਕਰਪਸ਼ਨ ਤੋਂ ਦੇਸ਼ ਆਜ਼ਾਦ ਨਹੀਂ ਹੋਇਆ, ਧੋਖੇ ਤੜੀਆਂ ਤੋਂ ਫਰਾਡ ਤੋਂ ਦੇਸ਼ ਆਜ਼ਾਦ ਨਹੀਂ ਹੋਇਆ, ਨਹੀਂ ਹੋਇਆ। ਮੈਂ ਕਿਹਾ ਪੋਟੂ ਸ਼ਾਹ ਜੀ ਮੈਂ ਆਜ਼ਾਦੀ ਤੇ ਦੋ ਲਾਈਨਾਂ ਕਹਿਣਾ ਚਾਹਾਂਗੀ। ਮੈਂ ਕਿਹਾ ਭਾਵੇਂ 4 ਕਹਿ ਦੇ, ਕਿੰਨੇ ਪਿਆਰ ਨਾਲ ਸਾਰੇ ਸੁਣਦੇ ਆ, 4 ਲਾਈਨਾਂ ਕਹਿ, 2 ਕਿਉਂ ਕਹਿਣੀਆਂ? ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ। ਵਾਹ ਵਾਹ, ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ। ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ। 1947 ਤੋਂ ਚੱਲੇ ਸੀ 1947 ਤੱਕ ਆ ਗਏ। ਤਾਲੀਆਂ ਵਜਾ ਦਿਓ, ਕੋਈ ਪਿਓ ਦਾ ਪੋਤਾ ਅੱਜ ਕਿਹਨੂੰ ਮਾਰ ਕੇ ਡਰਦਾ ਥੋੜਾ? ਕਿੱਡੇ ਕਿੱਡੇ ਕਬੱਡੀ ਦੇ ਖਿਡਾਰੀ ਤੁਰ ਗਏ, ਕਿੱਡੇ ਕਿੱਡੇ ਫਨਕਾਰ ਤੁਰ ਗਏ ਗੋਲੀਆਂ ਦੇ ਨਾਲ, ਕੋਈ ਡਰਦਾ ਨਹੀਂ। ਅੱਗੇ ਆ। ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ। ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ। ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ। ਬਾਪੂ ਗਾਂਧੀ ਜੀ ਤੋਂ ਚੱਲੇ ਸੀ, ਬਾਪੂ ਆਸ਼ਾ ਰਾਮ ਤੱਕ ਆ ਗਏ। ਆਓ, ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ। ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ ਜੀ। ਭੈਣ ਲਕਸ਼ਮੀ ਬਾਈ ਤੋਂ ਚੱਲੇ ਸੀ, ਜਲੇਬੀ ਬਾਈ ਤੱਕ ਆ ਗਏ। ਵਿੱਚ ਜੇ ਮੁੰਨੀ ਬਾਈ ਵੀ ਗੇੜਾ ਦੇ ਕੇ ਗਈ। ਖਿੱਚ ਕੇ ਤਾਲੀਆਂ, ਦੇਖੋ ਪਿਆਰ ਕਰਨ ਵਾਲੇ ਬੈਠੇ। ਮੈਂ ਕਿਹਾ ਪੋਟੂ ਸ਼ਾਹ ਜੀ, ਹਾਂ ਤੁਸੀਂ ਨਾ ਮੇਰੀ ਰਿਸਪੈਕਟ ਕਰਿਆ ਕਰੋ। ਤੁਹਾਨੂੰ ਪਤਾ ਮੈਂ ਹੁਣ ਬੰਬੇ ਜਾ ਕੇ ਆਈ ਆ ਔਰ ਹਿੰਦੀ ਫਿਲਮ ਕਰਕੇ ਆਈ ਆ। ਉਹ ਪਹਿਲਾਂ ਚੱਜ ਨਾਲ ਹਿੰਦੀ ਬੋਲਣੀ ਤਾਂ ਸਿੱਖ ਲੈ ਤੂੰ। ਜਿਹੜੀ ਹਿੰਦੀ ਮੈਂ ਬੋਲਦੀ ਆ ਨਾ, ਉਹ ਹਿੰਦੀ ਨਾ ਬੰਬੇ ਵਾਲੇ ਵੀ ਨਹੀਂ ਬੋਲਦੇ, ਇਸ ਕਰਕੇ ਤਾਂ ਮੈਨੂੰ ਫਿਲਮਾਂ 'ਚ ਕੰਮ ਮਿਲਿਆ। ਆ ਭੈਣਾਂ ਨੂੰ ਦੱਸਦਾ ਹਿੰਦੀ ਪਤਾ ਕਿੱਦਾਂ ਬੋਲਦੀ ਆ। ਚਲੋ ਦੱਸੋ ਮੈਂ ਹਿੰਦੀ ਕਿੱਦਾਂ ਬੋਲਦੀ ਆ। ਮੈਂ ਨਾ ਆਪਣੀ ਸਹੇਲੀਓ ਕੇ ਸਾਥ ਤਾਂਗੇ ਪੇ ਬੈਠ ਕੇ ਜਾ ਰਹੀ ਥੀ, ਤਾਂਗੇ ਕਾ ਚਾਕਾ ਖਾਡੇ ਮੇਂ ਗਿਆ, ਘੋੜਾ ਅੱਗੇ ਸੇ ਚੂਕ ਹੋ ਗਿਆ। ਮੈਂ ਨਾ ਆਪਣੀ ਸਹੇਲੀਓ ਕੇ ਸਾਥ ਗੋਲ ਗੱਪੇ ਖਾ ਰਹੀ ਥੀ, ਜੈਸੇ ਮੈਨੇ ਗੋਲ ਗੱਪਾ ਮੂੰਹ ਮੇਂ ਰੱਖਾ, ਗੋਲ ਗੱਪਾ ਫਾਟ ਗਿਆ। ਇਹਨਾਂ ਦਾ ਕਿਤੇ ਮਾਸੜ ਆਇਆ, ਮਾਸੜ ਨੂੰ ਪਤਾ ਕੀ ਕਹਿੰਦੀ? ਕਹਿੰਦੀ ਮਾਸੜ ਜੀ ਮਾਂਜੇ ਪਰ ਬੈਠੋ, ਭੂੰਜੇ ਮਤ ਬੈਠਣਾ। ਸਵੇਰੇ ਸਾਡੀ ਗੁਆਂਢਣ ਨਾਲ ਲੜ ਪਈ, ਉਹਨੂੰ ਪਤਾ ਕੀ ਕਹਿੰਦੀ? ਕਹਿੰਦੀ ਮੇਰੇ ਸਾਥ ਧਿਆਨ ਸੇ ਬਾਤ ਕਰਨਾ, ਅਗਰ ਫਾਲਤੂ ਬਾਤ ਕੀ ਮੈਨੇ ਤੁਹਾਰੀ ਗੂਤ ਪੂਟ ਦੇਣੀ ਹੈ। ਦਫਾ ਕਰੋ ਇਹੋ ਜਿਹੀ ਹਿੰਦੀ ਨੂੰ। ਤਾਂ ਹੀ ਤਾਂ ਮੈਨੂੰ ਫਿਰ ਹਿੰਦੀ ਫਿਲਮਾਂ 'ਚ ਕੰਮ ਮਿਲਿਆ ਆ। ਕਿਹੜੀ ਫਿਲਮ 'ਚ ਕੰਮ ਕਰ ਰਹੀ ਆ?
ਹਾਂ ਤੁਹਾਨੂੰ ਪਤਾ ਹੀ ਨਹੀਂ? ਨਹੀਂ ਮੈਨੂੰ ਨਹੀਂ ਪਤਾ, ਦੱਸ। ਮੈਂ ਛੋਲੇ 2 ਦੇ ਵਿੱਚ ਕੰਮ ਕਰ ਰਹੀ ਆ। ਇਹ ਫੇਟੇ ਮੂੰਹ ਛੋਲੇ ਦੁਆਰਾ ਆ ਰਹੀ, ਰਾਜਮਾ ਮਹਿੰਗੇ ਹੋ ਗਏ ਆ। ਤੂੰ ਛੋਲੇ ਫਿਲਮ 'ਚ ਕੀ ਕਰ ਰਹੀ ਆ? ਛੋਲੇ ਫਿਲਮ ਵਿੱਚ ਨਾ ਮੇਰੇ ਕੋਲੋਂ ਡਰ ਕੇ ਰਿਹਾ, ਮੈਂ ਗੱਬਰ ਦੀ ਭੈਣ ਬਣੀ ਆ। ਤੇ ਕੋਈ ਨਹੀਂ, ਮੈਂ ਮੇਲ ਮਿੱਤਲ ਬਣ ਜਾਣਾ, ਆ ਜਾ ਫੇਰ। ਮੈਂ ਗਿਆ ਬਿਆ ਦੇ ਉਤਾਰੀਆਂ ਹਾਏ ਕਿ ਨਾ, ਲੈ ਵੀ ਛੋਲੇ ਫਿਲਮ ਇੱਥੇ ਬਣਾਉਣੀ ਆ, ਆ ਜਾ। ਆ ਗੱਬਰ ਦੀ ਭੈਣ ਆਉਣ ਲੱਗੀ, ਗੱਲ ਨਹੀਂ ਬਾਤ ਨਹੀਂ, ਆ ਜਾ। ਦਗੜ 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 ਦਾ ਇਹ ਘੋੜਾ ਸਾਲਾ ਪਹਿਲਾਂ ਆ ਗਿਆ, ਗੱਬਰ ਦੀ ਭੈਣ ਨੇ ਸਾਈਕਲ ਤੇ ਆਉਣਾ। ਡਾਇਲੌਗ ਸ਼ੁਰੂ ਕਰ ਕਮਲੀਏ, ਪਰੇ ਹਟ ਜਾ, ਕਿਉਂ ਤੂੰ ਰਕਸ਼ਾ ਲੰਘਾਉਣਾ ਜਾਂ ਆਟੋ ਲੈ ਕੇ ਆਉਣੇ ਪਈ ਹੈ? ਡਾਇਲੌਗ ਬੋਲ। ਅਰੇ ਉਹ ਕਾਲੀਆ, ਤੇਰਾ ਬੇੜਾ ਗਰਕ ਹੋ ਜਾਏ। ਹੰਸ ਭਾਜੀ ਬੈਠੇ ਆ, ਮੈਂ ਸਵੇਰ ਦਾ ਫੇਸ਼ੀਅਲ ਕਰਾਉਂਦਾ ਫਿਰਦਾ, ਤੂੰ ਮੈਨੂੰ ਕਾਲੀਆ ਕਹੀ ਜਾਂਦੀ ਹੈ। ਮੈਨੂੰ ਗੱਬਰ ਦੀ ਭੈਣ ਨਹੀਂ ਲੱਗਦੀ ਹੈ। ਅਰੇ ਉਹ ਕਾਲੀਆ, ਹਾਂ ਕਿੰਨੇ ਆਦਮੀ ਥੇ? ਮੈਨੂੰ ਕੀ ਪਤਾ, ਮੈਂ ਤਾਂ ਜਨਾਨੀਆਂ ਗਿਣਦਾ ਪਿਆ ਸੀ, ਮੈਨੂੰ ਪਤਾ ਨਹੀਂ ਕਿੰਨੇ ਆਦਮੀ। ਕਮਲੀਏ, ਯੇ ਹਾਥ, ਹਾਂ ਯੇ ਹਾਥ ਹਮਕੋ ਦੇ ਦੇ ਠਾਕੁਰ। ਉਹ ਪਰੇ ਮਰਦੇ ਕੋ ਆਪਦੇ ਹੱਥ ਹੈ ਨਹੀਂ ਗੇ, ਤੂੰ ਚਾਰ ਹਾਲ ਕੇ ਚੜੇਲ ਬਣ, ਵੱਡੀ ਕਬਰ ਦੀ ਭੈਣ ਬਣੀ ਫਿਰਦੀ, ਮੈਂ ਡਰਾਈ ਜਾਂਦੀ। ਗੱਲ ਨਹੀਂ ਬਾਤ, ਯੇ ਵੋ ਹਾਥ ਹੈ, ਹਾਂ ਯੇ ਵੋ ਹਾਥ ਹੈ, ਜਿਹੜੇ ਸਾਰੀ ਜ਼ਿੰਦਗੀ ਤਮਾਕੂ ਮਲਦੇ ਰਹੇ ਆ। ਕਮਲੀਆ, ਇੱਥੋਂ ਗੁੱਥੀ 'ਚ ਕੱਢਦਾ ਸੀਗਾ ਗੱਬਰ, ਹੈ ਮੈਂ ਦੇਖਿਆ ਉਹਨੂੰ 2 ਦਿਨ ਵਾਰੀ। ਹਾਂ ਅਰੇ ਸ਼ਮੀਆ, ਹਾਂ ਤਨਿਕ ਠੁਮਕਾ ਲਗਾ, ਤੇਰੇ ਪਿਓ ਦੀ ਬਰਾਤ ਆਈ ਆ, ਠੌਂਕੇ ਲਾਉਂਦੇ ਫਿਰੀਏ, ਸਾਂਝਾ ਪੰਜਾਬ ਮੇਲਾ ਚੱਲਦਾ, ਤੂੰ ਮੈਨੂੰ ਠੌਂਕੇ ਲਵਾਈਆਂ ਨਹੀਂ? ਗੱਲ ਨਹੀਂ ਬਾਤ ਨਹੀਂ, ਹਾਂ ਮੈਂ ਕਿਹਾ ਬੋਟੂ ਜੀ, ਮੈਂ ਤੇਰੇ ਨਾਲ ਕੰਮ ਕਰਨਾ ਹੀ ਨਹੀਂ, ਮੈਂ ਕਰਨਾ ਹੀ ਨਹੀਂ ਕੰਮ। ਓਏ ਮੇਰੀ ਗੱਲ ਸੁਣ, ਮੈਨੂੰ ਟੱਚ ਨਾ ਕਰਿਆ ਕਰ। ਕਿਉਂ, ਤੇਰੀਆਂ ਤਾਰਾਂ ਨੰਗੀਆਂ? ਜਾਂ ਤੂੰ ਭੱਠੀ ਚੋਂ ਨਿਕਲ ਕੇ ਆਈ ਆ, ਬਹੁਤ ਸਾਰਾ ਮਾਣ ਸਤਿਕਾਰ DSP ਸਾਹਿਬ ਦੇ ਰਹੇ ਆ, ਔਰ ਪਿੱਛੇ ਫੋਟੋਆਂ ਵੀ ਕਰਾ ਕੇ ਗਏ ਆ। ਪ੍ਰਸ਼ਾਸਨ ਬਹੁਤ ਜ਼ਿਆਦਾ ਪਿਆਰ ਕਰਦਾ ਕਲਾਕਾਰਾਂ ਦੇ ਨਾਲ, ਔਰ ਬੜੀ ਮੁਹੱਬਤ ਕਰਦਾ। ਜਿੰਨਾ ਵੀ ਪੁਲਿਸ ਪ੍ਰਸ਼ਾਸਨ ਪਹੁੰਚਿਆ, ਸਾਰਿਆਂ ਨੂੰ ਜੀ ਆਇਆ। ਇਹ ਤੂੰ ਕਮੇਡੀ ਛੱਡ, ਤੇ ਕੋ ਨਹੀਂ ਹੋਣੀ, ਮੈਂ ਤੈਨੂੰ ਕੰਮ ਤੇ ਲਵਾ ਦਾਂ ਕਿਤੇ। ਕੰਮ ਮੈਨੂੰ ਸਰਕਾਰੀ ਚਾਹੀਦਾ, ਮੈਂ ਹੁਣ ਹੋਰ ਕੋਈ ਕੰਮ ਕਰਨਾ ਹੀ ਨਹੀਂ। ਹੰਸ ਭਾਜੀ ਬੈਠੇ, ਮੈਂ ਕਹਿ ਕੇ ਸਰਕਾਰੀ ਲਵਾ ਦੇਣਾ ਨੌਕਰੀ ਤੈਨੂੰ ਕੋਈ। ਮੈਨੂੰ ਸਰਕਾਰੀ ਨੌਕਰੀ ਲਵਾ ਕੇ ਦਿਓ, ਮੈਂ ਪੜ੍ਹੀ ਲਿਖੀ ਆ। ਤੈਨੂੰ ਬਿਜਲੀ ਬੋਰਡ 'ਚ ਲਵਾ ਦਾਂ। ਬਿਜਲੀ ਬੋਰਡ 'ਚ ਤਨਖਾਹ ਦੱਸੋ ਕਿੰਨੀ ਹੋਊਗੀ? ਤਨਖਾਹ ਨੂੰ ਛੱਡ, ਪਹਿਲਾਂ ਕੰਮ ਸੁਣ ਲੈ, ਪਤਾ ਕੀ ਕਰਨਾ? ਹਾਂ, ਸਵੇਰੇ ਸਵੇਰੇ ਜਾ ਕੇ ਨੰਗੀਆਂ ਤਾਰਾਂ ਤੇ ਗਿੱਲਾ ਕੱਪੜਾ ਮਾਰਨਾ। ਤਨਖਾਹ ਟਾਈਮ ਸਿਰ ਮਿਲ ਜੂਗੀ? ਉਹ ਫਿਟੇ ਮੂੰਹ ਜਿੰਦੀ ਰਹੂਗੀ ਤਾਂ ਲਊਗੀ, ਪਹਿਲੇ ਦਿਨ ਹੀ ਕੰਮ ਹੋ ਜਾਣਾ। ਬਹੁਤ ਸਾਰਾ ਮਾਣ ਸਤਿਕਾਰ ਕਰ ਰਿਹਾ। ਮੈਨੂੰ ਕਿਤੇ ਨਾ ਹੋਰ ਕੰਮ ਤੇ ਲਵਾਓ। ਹੈ ਕਿਤੇ ਹੋਰ ਕੰਮ ਤੇ ਲਵਾਓ। ਸਮੁੰਦਰੀ ਸ਼ਿਪ 'ਚ ਲਵਾਣਾ। ਸਮੁੰਦਰੀ ਸ਼ਿਪ 'ਚ? ਇੱਧਰ ਤਾਂ ਸਮੁੰਦਰੀ ਸ਼ਿਪ ਚੱਲਦੀ ਨਹੀਂ। ਉਹ ਮੈਨੂੰ ਕੈਨੇਡਾ ਤੋਂ ਆਇਆ ਹੁਣੇ, ਮੈਂ ਟੂਰ ਕਰਕੇ ਉੱਥੇ ਮੇਰੀ ਗੱਲ ਹੋਈ ਆ। ਅੱਛਾ, ਉੱਥੇ ਗੱਲ ਹੋਈ ਆ, ਚੱਲ ਕੈਨੇਡਾ ਵੀ ਜਾਊਂਗੀ। ਚਲੋ ਠੀਕ ਆ, ਸਮੁੰਦਰੀ ਸ਼ਿਪ 'ਚ ਲਵਾ ਦਿਓ। ਤਨਖਾਹ ਕਿੰਨੀ ਮਿਲੂਗੀ? ਤਨਖਾਹ ਇੰਡੀਆ ਦਾ 1.5 ਲੱਖ ਮਿਲ ਜੂ, ਉਧਰ ਡਾਲਰਾਂ ਦਾ ਮੈਨੂੰ ਪਤਾ ਨਹੀਂ। ਅੱਛਾ, 1.5 ਲੱਖ ਮਿਲ ਜੂ, ਚੱਲ ਕੋਈ ਗੱਲ ਨਹੀਂ, ਕਰ ਲਾਂਗੇ। ਕਰਨਾ ਕੀ ਪਊਗਾ? ਕਰਨਾ ਪਤਾ ਕੀ ਆ? ਹਾਂ ਹਾਂ, ਜਦੋਂ ਸਮੁੰਦਰ 'ਚ ਸ਼ਿਪ ਖਰਾਬ ਹੋ ਜਾਇਆ ਕਰਨਾ, ਅੱਛਾ ਤੂੰ ਉਤਰ ਕੇ ਧੱਕਾ ਲਾਇਆ ਕਰਨਾ। ਆਪ ਵੀ ਧੱਕੇ ਖਾਈ, ਮੇਰੇ ਤੋਂ ਵੀ ਧੱਕੇ ਖਵਾਈ, ਉੱਧਰ ਜਾ ਤੂੰ। ਹਾਂ ਮੇਰੀ ਗੱਲ ਸੁਣ, ਆ ਜਿੰਨਾ ਤੂੰ ਕੰਮ ਕਰਦਾ ਆ ਨਾ, ਤੇਰੀ ਜਾਣ ਪਹਿਚਾਣ ਬਹੁਤ ਬਣੀ ਹੋਈ ਆ। ਬਣੀ ਆ, ਪਿਆਰ ਸਤਿਕਾਰ ਸਾਰਿਆਂ ਨਾਲ ਹੈਗਾ ਮੇਰਾ। ਤੇ ਤੈਨੂੰ ਸ਼ੇਰੋ ਸ਼ਾਇਰੀ ਆਂਦੀ ਕਰਨੀ? ਬਿਲਕੁਲ ਆਉਂਦੀ ਆ, ਸ਼ੇਰੋ ਸ਼ਾਇਰੀ ਕਰਦੇ ਏਡੇ ਵੱਡੇ ਹੋਏ ਆ। ਕਿਉਂ ਭਾਜੀ, ਬੜੀ ਸੇਵਾ ਕੀਤੀ ਆ ਜੀ ਕਲਾਕਾਰਾਂ ਦੀ, ਫਿਰ ਇਹ ਮੁਕਾਮ ਤੁਹਾਡੇ ਦਿਲਾਂ 'ਚ ਬਣਦੇ ਆ। ਔਰ ਹੰਸ ਭਾਜੀ ਦਾ ਪਿਆਰ ਹਮੇਸ਼ਾ ਸਾਡੇ ਪੰਜਾਬ ਦੇ ਫਨਕਾਰਾਂ ਨਾਲ ਰਿਹਾ, ਅਸੀਂ ਤਾਂ ਖੈਰ ਜਲੰਧਰ ਉਹਨਾਂ ਦੇ ਚਰਨਾਂ ਵਿੱਚ ਹੀ ਰਹਿੰਦੇ ਰਹੇ ਹਾਂ, ਬੜੀ ਮੁਹੱਬਤ ਸਾਰਿਆਂ ਨਾਲ ਰਹੀ ਹੈ। ਹਾਂਜੀ, ਸ਼ੇਰੋ ਸ਼ਾਇਰੀ ਮੈਂ ਕਰਾਂਗੀ। ਆ ਸੁਣਨਾ ਧਿਆਨ ਨਾਲ, ਸ਼ੇਰੋ ਸ਼ਾਇਰੀ। ਅੱਛਾ, ਪਰ ਇਹਦੇ ਵਿੱਚ ਗੱਲ ਇੱਕ ਆ, ਹਾਂ ਕਿ ਮੈਂ ਹਿੰਦੀ 'ਚ ਸ਼ੇਰ ਬੋਲ ਸਕਦੀ ਹਾਂ। ਅੱਛਾ, ਤੂੰ ਹਿੰਦੀ 'ਚ ਬੋਲਣਾ? ਹਾਂ, ਤੁਸੀਂ ਪੰਜਾਬੀ ਬਣਾ ਦਿਓ। ਮੈਂ ਕਿਹਾ ਤੂੰ ਭਾਵੇਂ ਉਰਦੂ ਬੋਲ, ਮੈਂ ਰਸ਼ੀਨ ਬਣਾ ਦੂੰਗਾ। ਤੂੰ ਬੋਲ, ਸਹੀ ਬੋਲ, ਸ਼ੇਰ ਬੋਲ। ਸ਼ੇਰੇ ਅਰਜ਼ ਹੈ, ਆਉਣ ਦਿਓ। ਸੜਕ ਕਿਸ ਪਰ ਤੇਰੇ ਬਾਪ ਕਾ ਘਰ,
वाह 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 सड़क उस पर मेरे बाप का घर क्या बात है हम मिलेंगे बीच सड़क के हाँ। ना जहाँ तेरे बाप का डर ना मेरे बाप का डर पंजाबी बनाइए बनाओ पंजाबी सड़क तो परले पासे ताडे बुढ़े दा घर सड़क दे इधरले पासे साडे बुढ़े दा घर असीं मिलांगे सड़क दे बचाले जिथे ना ताडे बुढ़े दा डर ना साडे बुढ़े दा डर आजा इधर आ लै शेर लैके दूजा शेर लिया मेरी जुल्फों तले हाय हाय तेरी जुल्फों तले हाय मेरी जुल्फों तले देखो शाम ढले यदि पंजाबी सिद्धी बन दिया कि तेरे चाटे थले नेरा हो जाए ले आओ काट के शेर इथों ले आओ इधरों ले आओ ले आओ कपले को ले ला एक दो शेर ये भी जेब च पाई देखो महफिल देखो कितनी हां देखने हैं महफिल महफिल ते शेर ज्यादा आया मैंने आन दियो भरी महफिल में भरी महफिल में भरी महफिल में ना जाने किसने किस किसको किस किया यदि पंजाबी सिद्धी बन दिया कि एक थां ते बड़ी भीड़ सी पता नहीं कौन के दियां चुम्मियां लै गया मेरा दिल करदा मैं तेरा कतल कर दवां तू मेरा कतल किवें करेंगी क्योंकि मैं कातिल हां मैं कातिल मेरी आंखें कातिल मेरे आईब्रो कातिल मेरे गाल कातिल मेरे गालों पे लगा काला तिल कातिल हुण इहदी पंजाबी बनावा बनाओ तू खूनी तेरे परवटे खूनी तेरे डेले खूनी तेरी गल ते लगा मोका खूनी ते नक च पाया कोका खूनी बन गई ना पंजाबी बाबा खिच के दियो जरा तालियां मेरी तारीफ भी कर दिया करो तारीफ करा हाँ रोज रोज ब्यूटी पार्लर ना जाया करो ओए होए 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 दोपहरे शाम हो जांदी जुल्फा ना लहराया करो अच्छा जे लोकां दियां नजरां तो बचना है फिर की करया करा गले च हरियां मिर्चां ते नींबू लटकाया करो ਦੁਕਾਨਾਂ ਦੇ ਟੰਗੇ ਹੁੰਦੇ ਬਾਹਰ ਇਸੇ ਕਰਕੇ ਹੁੰਦੇ ਹੋ ਤੇਰਾ ਦਿਮਾਗ ਬਹੁਤ ਚੱਲਦਾ ਹੈ ਨਾ ਚੱਲਦਾ ਇਹੀ ਕੰਮ ਕਰਦਾ ਮੈਂ ਮੇਰਾ ਦਿਲ ਕਰਦਾ ਤੇਰਾ ਦਿਮਾਗ ਚੈੱਕ ਕਰ ਲਵਾਂ ਦਿਮਾਗ ਕਮਲੀਏ ਚੈੱਕ ਕਰਨ ਵਾਲੀ ਚੀਜ਼ ਆ ਬੀਪੀ ਚੈੱਕ ਕਰ ਸ਼ੂਗਰ ਚੈੱਕ ਕਰ ਬੈਂਕ ਬੈਲੈਂਸ ਚੈੱਕ ਕਰ ਜਿਹੜਾ ਜ਼ੀਰੋ ਹੋਇਆ ਕੰਮ ਕਰਦਾ ਨਹੀਂ ਕੋਈ ਹੈ ਦੱਸ ਮੈਂ ਤੇਰਾ ਦਿਮਾਗ ਚੈੱਕ ਕਰ ਅੱਛਾ ਕਰੋ ਚੈੱਕ ਕਰੋ ਮੈਨੂੰ ਇਹ ਦੱਸ ਹਾਂ ਸਭ ਤੋਂ ਜ਼ਿਆਦਾ ਬਰਫ਼ ਕਿੱਥੇ ਪੈਂਦੀ ਆ ਸਭ ਤੋਂ ਜ਼ਿਆਦਾ ਬਰਫ਼ ਜਿਹੜੀ ਪੰਜਾਬ 'ਚ ਪੈਂਦੀ ਆ ਪੰਜਾਬ 'ਚ ਪੰਜਾਬ 'ਚ ਤਾਂ ਗਰਮੀ ਹੀ ਬਹੁਤ ਪੈਂਦੀ ਆ ਬਰਫ਼ ਕਿੱਥੇ ਪੈਂਦੀ ਆ ਬਰਫ਼ ਪੈਂਦੀ ਇਹਨਾਂ ਨੂੰ ਪਤਾ ਕਿੱਦਾਂ ਸ਼ਾਮ ਨੂੰ ਸ਼ਰਾਬ ਵਾਲੀਆਂ ਗਲਾਸੀਆਂ 'ਚ ਪੈਂਦੀ ਆ ਪੈਂਦੀ ਇੱਥੇ ਕਿਉਂ ਸਭ ਤੋਂ ਜ਼ਿਆਦਾ ਪੈਂਦੀ ਆ ਅੱਛਾ ਮੈਨੂੰ ਐਂ ਦੱਸੋ ਤੁਹਾਨੂੰ ਅੰਗਰੇਜ਼ੀ ਆਉਂਦੀ ਆ ਅੰਗਰੇਜ਼ੀ ਮਾੜੀ ਮੋਟੀ ਆਉਂਦੀ ਆ ਤੇ ਜੇ ਕੋਈ ਅੱਗੋਂ ਜ਼ਿਆਦਾ ਬੋਲੇ ਫੇਰ ਮੈਨੂੰ ਪਸੀਨਾ ਆਉਂਦਾ ਬਾਜਵਾ ਸਾਹਿਬ ਹਿਸਾਬ ਕਿਤਾਬ ਤਾਂ ਆਉਂਦਾ ਹੀ ਕੰਮ ਮਾੜਾ ਮੋਟਾ ਅੱਛਾ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਮੈਨੂੰ ਐਂ ਦੱਸੋ ਕਿ ਸੋਹਣੀ ਕੁੜੀ ਹਾਂ ਸੋਹਣੀ ਕੁੜੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ ਸੋਹਣੀ ਕੁੜੀ ਨੂੰ ਅੰਗਰੇਜ਼ੀ ਵਿੱਚ ਪਤਾ ਕੀ ਕਹਿੰਦੇ ਆ ਕੀ ਕਹਿੰਦੇ ਆ ਆਈ ਲਵ ਯੂ ਇਹ ਐਸੀ ਕੁੜੀ ਆ ਪਿੱਛੇ ਜੇ ਮੈਂ ਹੰਸ ਭਾਜੀ ਬਿਮਾਰ ਹੋ ਗਿਆ ਉਦਾਂ ਮੇਰੇ ਨਾਲ ਕੈਨੇਡਾ ਅਮਰੀਕਾ ਸਭ ਪਾਸੇ ਜਾਂਦੀ ਆ ਮੇਰੀ ਖਬਰ ਲੈਣ ਨਹੀਂ ਆਈ ਮੈਂ ਐਡਾ ਬਿਮਾਰ ਹੋ ਗਿਆ ਚੱਲ ਕੋਈ ਨਹੀਂ ਮੈਂ ਹੁਣ ਪੁੱਛ ਲੈਣੀ ਹੁਣ ਠੀਕ ਆ ਹੁਣ ਠੀਕ ਆ ਐਡਾ ਬਿਮਾਰ ਹੋ ਗਿਆ ਮੈਂ ਘਰ ਦੇ ਕਦੀ ਮੰਜਾ ਚੁੱਕਣ ਸਿਟੀ ਹਸਪੀਟਲ ਸਿਟੀ ਹਸਪੀਟਲ ਕਦੇ ਮੰਜਾ ਚੁੱਕਣ ਜਨਤਾ ਹਸਪੀਟਲ ਜਨਤਾ ਹਸਪੀਟਲ ਕਦੇ ਮੰਜਾ ਚੁੱਕਣ ਪੀਜੀਆਈ ਪੀਜੀਆਈ ਜਾ ਕੇ ਤਾਂ ਆਰਾਮ ਆ ਗਿਆ ਨਾ ਤੈਨੂੰ ਆਰਾਮ ਸੁਹਾਣਾ ਮੈਂ ਤਾਂ ਘਰੇ ਪਿਆ ਸੀ ਘਰ ਦੇ ਕੱਲਾ ਮੰਜਾ ਚੁੱਕ ਕੇ ਫਿਰਦੇ ਰਹੇ ਡਾਕਟਰ ਵੀ ਘੱਟ ਨਹੀਂ ਮੰਜੇ ਦਾ ਇਲਾਜ ਕਰੀ ਗਿਆ ਆਉਣਾ ਚਾਹੀਦਾ ਬੰਦਾ ਅੰਦਰ ਮੈਂ ਕਿਹਾ ਪੋਟੂ ਸ਼ਾਹ ਜੀ ਜਿਹੜਾ ਅੱਜ ਦਾ ਯੁੱਗ ਹੈ ਨਾ ਮੋਬਾਈਲ ਯੁੱਗ ਕਹਿ ਸਕਦੇ ਆਪਾਂ ਬਿਲਕੁਲ ਬਿਲਕੁਲ ਮੋਬਾਈਲ ਯੁੱਗ ਨਹੀਂ ਹੈ ਵੈਸੇ ਕਈ ਲੋਕ ਕਹਿੰਦੇ ਭਾਜੀ ਇਹ ਮਤਲਬ ਕੱਲ ਯੁੱਗ ਆ ਮੈਂ ਕਹਿੰਦਾ ਕਲਾ ਦਾ ਯੁੱਗ ਹੈ ਤਾਲੀਆਂ ਵਜਾ ਦਿਓ ਕਿੱਥੇ ਬੰਦਾ ਬੈਠਾ ਹਵਾ 'ਚ ਗੱਲ ਹੋਈ ਜਾ ਰਹੀ ਹੈ ਇਹ ਕਲਾ ਦਾ ਯੁੱਗ ਹੈ ਭਾਈ ਦੇਖੋ ਕਿੰਨੀ ਤਰੱਕੀ ਹੋਈ ਆ ਤਰੱਕੀ ਹੋਈ ਆ ਹਾਂ ਮੈਂ ਕਿਹਾ ਪੋਟੂ ਸ਼ਾਹ ਜੀ ਇੰਟਰਨੈਟ ਨੂੰ ਆਮ ਭਾਸ਼ਾ 'ਚ ਆਪਾਂ ਕੀ ਕਹਿੰਦੇ ਆ ਇੰਟਰਨੈਸ਼ਨਲ ਨੂੰ ਆਪਾਂ ਆਮ ਭਾਸ਼ਾ 'ਚ ਕਹਿੰਦੇ ਆ ਮਹਾਜਾਲ ਕਿਵੇਂ ਬੰਦਾ ਭਾਜੀ ਜੇਲ੍ਹ 'ਚੋਂ ਬਾਹਰ ਆਜੂਗਾ ਨੈਟ 'ਚੋਂ ਕਦੇ ਨਹੀਂ ਆ ਸਕਦਾ ਅੱਜ ਦੇ ਟਾਈਮ 'ਚ ਸੱਚਾ ਪਿਆਰ ਕਿਹਦਾ ਕਿਹਦੇ ਨਾਲ ਆ ਅੱਜ ਦੇ ਟਾਈਮ ਜੇ ਸੱਚਾ ਪਿਆਰ ਆ ਤੇ ਮੋਬਾਈਲ ਤੇ ਚਾਰਜਰ ਦਾ ਆ ਉਹ ਕਿਦਾਂ ਇੱਕ ਰਾਤ ਤੁਸੀਂ ਮੋਬਾਈਲ ਨੂੰ ਚਾਰਜਰ ਨਾ ਦਿਓ ਸਵੇਰੇ ਮੋਬਾਈਲ ਡੈੱਡ ਹੋ ਜਾਂਦਾ ਇਹ ਸੱਚੀਆਂ ਗੱਲਾਂ ਬੀਬਾ
ਨੈਟ ਦੀ ਗੱਲ ਕਰਨ ਜਾ ਰਹੀ ਆ ਤੂੰ, ਔਰ ਹਰ ਗੱਲ ਜਿਹੜੀ ਨੈਟ ਨਾਲ ਰਿਲੇਟਡ ਹੋਣੀ ਆਉਣ ਵਾਲੇ ਟਾਈਮ ਦੇ ਵਿੱਚ, ਰਿਸ਼ਤੇ ਵੀ ਨੈਟ ਨਾਲ ਹੋਇਆ ਕਰਨੇ ਆ। ਤੁਹਾਡਾ ਮਤਲਬ ਵਿਆਹ ਵੀ? ਅੱਛਾ, ਫਿਰ ਮੈਂ ਪੁੱਛਦੀ ਆ, ਆਓ ਰਿਸ਼ਤਾ ਮੰਗਣਾ, ਆਓ ਨੈਟ ਨਾਲ ਰਿਸ਼ਤੇ ਕਿਵੇਂ ਹੋ ਗਿਆ? ਪੋਟੂ ਸ਼ਾਹ ਜੀ, ਹਾਂਜੀ, ਤੁਹਾਡੇ ਮੁੰਡਾ ਹੈਗਾ ਵਿਆਹ ਵਿਉਹ ਕਰਾਉਣ ਲਈ? ਮੈਂ ਕਿਹਾ ਭੈਣ ਜੀ ਪੁੱਛੋ ਨਾ, ਸਾਡਾ ਮੁੰਡਾ ਤੇ 4G ਆ, 4G ਸਾਰੇ ਐਪ ਡਾਊਨਲੋਡ ਕਰੀ ਬੈਠਾ, ਟੱਚ ਤੇ ਸਾਡੇ ਮੁੰਡੇ ਦਾ ਪਾਣੀ ਵਾਂਗੂ ਚੱਲਦਾ, ਤੁਸੀਂ ਰਿਸ਼ਤਾ ਪੱਕਾ ਕਰੋ। ਮੁੰਡੇ ਛੱਡੋ, ਅੱਜ ਕੱਲ ਕੁੜੀਆਂ ਨਹੀਂ ਮਿਲਦੀਆਂ ਵਿਆਹ ਲਈ, ਤੁਹਾਡੇ ਕੁੜੀ ਹੈਗੀ ਆ ਵਿਆਹ ਕਰਾਉਣ ਲਈ? ਭੈਣ ਜੀ ਸਾਡੀ ਕੁੜੀ ਦਾ ਵਿਆਹ ਨਹੀਂ। ਹਾਏ, ਤੁਹਾਡੀ ਕੁੜੀ ਦਾ ਵਿਆਹ ਕਿਉਂ ਨਹੀਂ ਹੁੰਦਾ? ਮਰ ਜਾਣੀ, ਹੈਂਗ ਹੋ ਜਾਂਦੀ ਆ, ਘਰ ਰੋਟੀ ਪਕਾਉਂਦੀ ਪਕਾਉਂਦੀ ਹੈਂਗ ਹੋ ਗਈ, ਤਵੇ ਤੇ ਆਸ ਚੜਾ ਲਿਆ, ਭੈਣ ਜੀ ਕਿੱਦੇ ਵਿਆਹ ਕਰਦੀ ਦੱਸੋ। ਓਏ ਹੋਏ ਹੋਏ, ਉਸ ਤੋਂ ਬਾਅਦ ਜਦੋਂ ਲਾਵਾਂ ਫੇਰੇ ਹੋਇਆ ਕਰਨੇ, ਪਤਾ ਕੀ ਹੋਣਾ? ਲਾਵਾਂ ਫੇਰਿਆਂ ਤੇ ਕੀ ਪੰਗਾ ਪੈਣਾ? ਦੂਜੇ ਫੇਰੇ ਤੇ ਕੁੜੀ ਨੇ ਡਿੱਗ ਜਾ ਕਰਨਾ। ਕੁੜੀ ਨੇ ਕਿਉਂ ਡਿੱਗ ਜਾ ਕਰਨਾ? ਨੈਟ ਪੈ ਖਤਮ ਹੋ ਜਾ ਕਰਨਾ, ਤੇ ਮੁੰਡੇ ਵਾਲਿਆਂ ਨੇ ਹੌਟਸਪੌਟ ਚਲਾ ਕੇ ਲਾਵਾਂ ਲਿਆ ਕਰਨੀਆਂ, ਇੱਥੇ ਤਾਂ ਗੱਲ ਜਾਣੀ ਆ। ਨਹੀਂ, ਜਦੋਂ ਵਿਆਹ ਕੇ ਕੁੜੀ ਨੇ ਪਿੰਡ ਚ ਆਇਆ ਕਰਨਾ, ਤੇ ਨਾਲ ਦੀ ਗਵਾਂਢਣ ਨੇ ਮੋਢਾ ਜਿਹਾ ਮਾਰ ਕੇ ਪੁੱਛਣਾ, ਨਾ ਭੈਣ ਜੀ ਆ ਫਲਾਣਿਆਂ ਦੀ ਨੂੰ ਦਾਜ ਕਿੰਨਾ ਲੈ ਕੇ ਆਈ ਆ? ਭੈਣ ਜੀ ਪੁੱਛਣ ਦੇ ਮਰ ਜਾਣੇ, ਮੁੰਡੇ ਵਾਲੇ ਬੜੇ ਲਾਲਚੀ ਆ, ਇਹ ਤੇ ਦਾਜ ਚ ਵਾਈਫਾਈ ਮੰਗਦੇ ਸੀ, ਕੁੜੀ ਵਾਲੇ ਗਰੀਬ ਸਿੰਘ ਨੂੰ ਡੋਂਗਲ ਦੇ ਕੇ ਤੋੜ ਦਿੱਤੀ। ਉਸ ਤੋਂ ਬਾਅਦ ਜਦੋਂ ਘਰੇ ਲੇਡੀ ਸੰਗੀਤ ਹੁੰਦਾ, ਅੱਛਾ, ਭੈਣਾਂ ਨੱਚਦੀਆਂ, ਅੱਛਾ, ਬੋਲੀਆਂ ਇੰਟਰਨੈਟ ਦੀਆਂ ਪਿਆ ਕਰੂਗੀਆਂ। ਮੈਂ ਬੋਲੀ ਪਾਵਾਂ? ਮੈਂ ਕਿਹਾ ਪਾਓ। ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦੀ ਟੱਚ ਵੇ। ਟੱਚ ਵੇ ਜੀ, ਮੈਨੂੰ ਡਿਸਕ ਪ੍ਰੋਬਲਮ, ਹੌਲੀ ਹੌਲੀ ਨੱਚ ਵੇ, ਮੈਨੂੰ ਡਿਸਕ ਪ੍ਰੋਬਲਮ, ਹੌਲੀ ਹੌਲੀ ਨੱਚ ਵੇ, ਮੈਨੂੰ ਡਿਸਕ ਪ੍ਰੋਬਲਮ। ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦ ਵਟਸਐਪ ਨੀ, ਵਟਸਐਪ ਨੀ ਜੀ, ਮੈਨੂੰ ਧੋਖਾ ਦੇਣੀ ਏ ਤੇਰੇ ਲੜ ਜੇ ਸੱਪ ਨੀ, ਮੈਨੂੰ ਧੋਖਾ ਦੇਣੀ ਏ ਤੈਨੂੰ ਲੜ ਜੇ ਸੱਪ ਨੀ, ਮੈਨੂੰ ਧੋਖਾ ਦੇਣੀ ਏ। ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦੀ ਫੇਸਬੁੱਕ ਵੇ, ਫੇਸਬੁੱਕ ਵੇ। ਮੈਂ ਆਟੋ ਚੋਂ ਡਿੱਗ ਪਈ ਬਾਹਰ ਨਿਕਲ ਕੇ ਚੁੱਕ ਵੇ, ਮੈਂ ਆਟੋ ਚੋਂ ਡਿੱਗ ਪਈ। ਇਹ ਮਾਡਲ ਹਾਊਸ ਤੁਹਾਨੂੰ ਸਾਰਿਆਂ ਨੂੰ ਪਤਾ, ਅੱਡੇ ਤੱਕ ਕਿੰਨੇ ਆਟੋ ਚੱਲਦੇ ਆ। ਮੈਂ ਇੱਕ ਆਟੋ ਵਾਲੇ ਨੂੰ ਕਿਹਾ, ਮੈਂ ਕਿਹਾ ਜਾਣਾ? ਕੀ ਕਹਿੰਦੇ? ਕਹਿੰਦਾ ਮਾਮਾ ਜਾਣਾ ਪਿਆ, ਤੂੰ ਹੀ ਰੋਕਿਆ। ਮੈਂ ਕਿਹਾ ਆਟੋ ਖਾਲੀ ਆ? ਫਿਰ ਕਹਿੰਦਾ ਉਹ ਖਾਲੀ, ਤੂੰ ਵਿੱਚ ਬੰਬ ਰੱਖਣਾ। ਸੋ ਇੰਨੀ ਕੁ ਹਾਜ਼ਰੀ ਮੇਰੀ, ਪ੍ਰਵਾਨ ਕਰਿਓ, ਠੀਕ ਹੈ ਬਾਜਵਾ ਸਾਹਿਬ? ਥੈਂਕ ਯੂ ਜੀ, ਕਿਉਂਕਿ ਬਹੁਤ ਸਾਰੇ ਫਨਕਾਰ ਬੈਠੇ ਆ ਸਾਰਿਆਂ ਨੇ, ਥੈਂਕ ਯੂ ਜੀ, ਹਾਜ਼ਰੀ ਲਾਣੀ ਆ। ਥੈਂਕ ਯੂ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਮੋਟੂ ਭਾਅ ਜੀ, ਥੈਂਕ ਯੂ ਤੁਹਾਡਾ ਵੀ। ਬਾਜਵਾ ਸਾਹਿਬ ਦੋ ਲਾਈਨਾਂ। ਥੈਂਕ ਯੂ ਜੀ, ਮੈਂ ਸਾਰੇ ਜਿੰਨੇ ਵੀ ਹੁਣ ਕਲਾਕਾਰ ਸਾਡੇ ਕੋਲ ਕਾਫੀ ਨੇ, ਕਹਾਂਗਾ ਕਿ ਥੋੜ੍ਹੇ ਥੋੜ੍ਹੇ ਸਮੇਂ 'ਚ ਆਪਾਂ ਸਾਰਿਆਂ ਨੇ ਹਾਜ਼ਰੀ ਲਗਾਉਣੀ ਹੈ। ਸਾਡੇ ਵਿੱਚ ਸਾਡੇ ਬੜੇ ਸਤਿਕਾਰਯੋਗ ਸਾਡੇ ਭਰਾ ਜਿਹੜੇ ਐਡੀ ਦੂਰੋਂ ਚੱਲ ਕੇ ਪਦਮ ਸ਼੍ਰੀ ਮੈਂਬਰ ਪਾਰਲੀਮੈਂਟ ਹੰਸਰਾਜ ਹਾਂਜੀ ਪਹੁੰਚੇ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਨਗਰ ਨਿਵਾਸੀਆਂ ਵੱਲੋਂ। ਸਰਬਜੀਤ ਸਿੰਘ ਜੀ ਮੱਕੜ, ਸਰਬਜੀਤ ਸਿੰਘ ਜੀ ਮੱਕੜ ਉਹ ਵੀ ਇੱਥੇ ਪਹੁੰਚੇ ਹਨ। ਮਹਿੰਦਰ ਭਗਤ ਜੀ ਚੇਅਰਮੈਨ, ਮਹਿੰਗਤ ਭਗਤ ਜੀ ਚੇਅਰਮੈਨ, ਉਹ ਬਹੁਤ ਇੱਥੇ ਪਹੁੰਚੇ ਹਨ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਿਉਂਕਿ ਇਹ ਤੁਹਾਡਾ ਸਾਰਿਆਂ ਦਾ ਸਾਂਝਾ ਮੇਲਾ ਹੈ, ਸਾਂਝਾ ਪੰਜਾਬ ਮੇਲਾ ਹੈ, ਸੱਭਿਆਚਾਰ ਇਹਦੇ ਵਿੱਚ ਕੋਈ ਪਾਰਟੀ ਦਾ ਨਹੀਂ, ਕੋਈ ਕੁਛ ਨਹੀਂ, ਇਸ ਦੇ ਵਿੱਚ ਹਰ ਇੱਕ ਦਾ ਬਰਾਬਰ ਦਾ ਹੱਕ ਹੈ। ਅਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ, ਸਾਰਿਆਂ ਨੂੰ ਖੁੱਲ੍ਹਾ ਸੱਦਾ ਦੇ ਕੇ ਅਸੀਂ ਇੱਥੇ ਸੱਦਿਆ। ਅਸੀਂ ਅਜੇ ਇਸ ਤੋਂ ਬਾਅਦ ਸਾਡੇ ਭਾਅ ਜੀ ਹਰਦੀਪ ਸਿੰਘ ਜੀ ਸ਼ਹਿਰ ਪਟਿਆਲੇ, ਉਹਨਾਂ ਦਾ ਵੀ ਇੱਕ ਸਨਮਾਨ ਕਰਨਾ, ਜਿਹੜਾ ਉਹਨਾਂ ਦਾ ਸਨਮਾਨ, ਲੰਮੀ ਗਾਇਕੀ ਜਿਹੜੀ ਉਹਨਾਂ ਨੇ ਬਹੁਤ ਸਾਫ਼ ਸੁਰਤੀ ਜਿਹੜੀ ਉਹਨਾਂ ਨੇ ਗਾਇਕੀ ਗਾਈ ਹੈ। ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਬਾਕੀ ਵੀ ਕਲਾਕਾਰਾਂ ਦਾ, ਅਮਰ ਰੋਜੀ ਜੀ ਉਹਨਾਂ ਨੇ ਵੀ, ਸਰਬਜੀਤ ਚੀਮਾ ਜੀ, ਸੁਖਵਿੰਦਰ ਪੰਛੀ ਜੀ, ਇਸ ਤਰ੍ਹਾਂ ਹੋਰ ਵੀ ਬਹੁਤ ਕਲਾਕਾਰ, ਬਿੱਟੂ ਖੰਨੇਵਾਲਾ, ਉਹ ਵੀ ਪਹੁੰਚੇ ਹਨ। ਅਜੇ ਸਾਰਿਆਂ ਨੇ ਆਪਣੀ ਆਪਣੀ ਹਾਜ਼ਰੀ ਲਵਾਉਣੀ ਹੈ। ਸੋ ਹੁਣ ਜਿਹੜਾ ਮੈਂ ਮਾਈਕ ਲੈ ਕੇ ਚੀਮਾ ਜੀ ਨੂੰ ਬੁਲਾਉਂਦਾ।
ਥੈਂਕ ਯੂ ਬਾਜਵਾ ਸਾਹਿਬ। ਔਰ ਮੈਂ ਨਾਲ ਦੀ ਨਾਲ ਸਰਦਾਰ ਗੁਰਦੀਪ ਸਿੰਘ ਜੀ ਤੱਖਰ ਸਾਹਿਬ, ਉਹ ਆਪਣੇ ਵੱਡੇ ਵੀਰ ਸਰਦਾਰ ਹਰਭਜਨ ਸਿੰਘ ਤੱਖਰ ਸਾਹਿਬ ਨੂੰ ਯਾਦ ਕਰਦੇ ਹੋਏ ਮਾਨ ਸਨਮਾਨ ਕਰਦੇ। ਥੈਂਕ ਯੂ ਪੋਟੂ ਸ਼ਾਹ ਕਵਿਤਾ ਭੱਲਾ ਜੀ, ਔਰ ਸਾਡੇ ਉਹਨਾਂ ਦੇ ਲਗਤੇ ਜ਼ਿਕਰ ਹਰਮਨ ਸ਼ਾਹ ਜੀ, ਉਹਨਾਂ ਦਾ ਧੰਨਵਾਦ ਕਰਦਾ। ਥੈਂਕ ਯੂ। ਤਾਂ ਲਓ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਮੰਚ 'ਤੇ ਸੱਦਾ ਦੇਣ ਜਾ ਰਿਹਾ। ਵਿਸ਼ਾਲ ਜੀ ਜਲਦੀ ਆ ਜਾਓ। ਥੈਂਕ ਯੂ, ਬੜੀ ਮਿਹਰਬਾਨੀ। ਗਾਇਕੀ ਦੇ ਖੇਤਰ ਦੇ ਵਿੱਚ ਜਦੋਂ ਭੰਗੜੇ ਦੀ ਗੱਲ ਚੱਲਦੀ ਹੈ ਜਾਂ ਝੂਮਰ ਦੀ ਗੱਲ ਚੱਲਦੀ ਹੈ ਤੇ ਨਾਂ ਆਉਂਦਾ ਹੈ ਸਰਬਜੀਤ ਚੀਮਾ। ਮੇਲਾ ਵੇਖਦੀ ਹੈ ਮੁਟਿਆਰੇ, ਮੇਲਾ ਤੈਨੂੰ ਵੇਖਦਾ, ਨੱਚੋ 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 ਰੁੱਤ ਨੱਚਣੇ ਦੀ ਆਈ ਹੈ, ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ। ਮੇਲਾ ਦੋ ਘੜੀਆਂ ਤੇਰੇ ਲੱਕ ਦਾ ਹੁਲਾਰਾ, ਰੰਗ ਰਾਰਾ ਰੀ ਰੀ ਰਾਰਾ, ਪੈਸਾ ਜਿਵੇਂ ਨਚਾਉਂਦਾ ਦੁਨੀਆ ਨੱਚੀ ਜਾਂਦੀ ਹੈ। ਕਈ ਸੁਪਰਹਿਟ ਗੀਤ ਜੇ ਨਾਲ ਲਾਉਣ ਲੱਗਾ ਜ਼ਿਆਦਾ ਟਾਈਮ ਹੋ ਜਾਏਗਾ। ਸੋ ਮੈਂ ਪਹਿਲੋਂ ਸੱਦਾ ਦੇਵਾਂ ਸਾਡੇ ਪਦਮ ਸ਼੍ਰੀ ਦਰਵੇਸ਼ ਗਾਇਕ, ਸੂਫੀ ਗਾਇਕ, ਸੁਰਾਂ ਦੇ ਬਾਦਸ਼ਾਹ ਜਨਾਬ ਹੰਸ ਰਾਜ ਹੰਸ। ਮੈਂ ਨਿੱਕੀ ਜੀਆਂ ਨੂੰ ਆਖਦਾ ਆਪਣੇ ਵੱਲੋਂ ਵੀ ਔਰ ਸਾਡੇ ਬਾਜਵਾ ਸਾਹਿਬ ਵੱਲੋਂ, ਉਹਨਾਂ ਦੀ ਟੀਮ ਵੱਲੋਂ। ਸੋ ਬਹੁਤ ਬਹੁਤ ਮੇਲੇ ਦੀਆਂ ਵਧਾਈਆਂ ਦਿੰਦਾ। ਆ ਗਿਆ ਵਿਸ਼ਾਲ, ਹੋ ਗਿਆ ਤਾਂ ਮੈਂ ਆਸ਼ੂ ਚੋਪੜਾ ਜੀ, ਮੇਰੀ ਛੋਟੀ ਸਿਸਟਰ ਹੈ, ਉਹਦਾ ਵੀ ਧੰਨਵਾਦ ਕਰਦਾ। ਹਾਲੇ ਬਹੁਤ ਕਲਾਕਾਰ ਹੈ, ਪੇਸ਼ ਕਰਾਉਣੇ ਆ ਤਾਂ ਮੰਚ 'ਤੇ ਸੱਦਾ ਦੇਣ ਜਾ ਰਹੇ ਹਾਂ। ਸਨਮਾਨ ਹੈ ਜੀ ਨਾਲ ਦੀ ਨਾਲ ਪੋਟੂ ਸ਼ਾਹ ਜੀ ਔਰ ਕਵਿਤਾ ਭੱਲਾ ਜੀ ਅਤੇ ਸਾਡੇ ਉਹਨਾਂ ਦੇ ਬੇਟੇ ਹਰਮਨ ਸ਼ਾਹ ਜੀ ਦਾ ਨਾਲ ਹੀ। ਥੈਂਕ ਯੂ। ਤਾਂ ਮੰਚ 'ਤੇ ਸੱਦਾ ਦੇ ਰਿਹਾ ਪੰਜਾਬੀ ਗਾਇਕੀ ਦੇ ਉਹ ਫਨਕਾਰ, ਉਹ ਕਲਾਕਾਰ ਨੂੰ ਜਿਹਨੇ ਗਾਇਆ ਤੇ ਹਿੱਕ ਦੀ ਜ਼ੋਰ ਦੇ ਨਾਲ ਗਾਇਆ, ਗਾਇਆ ਤੇ ਸਾਫ਼ ਸੁਥਰਾ ਗਾਇਆ, ਗਾਇਆ ਤੇ ਪਰਿਵਾਰਕ ਗਾਇਆ, ਜਿਹਨਾਂ ਦੇ ਗੀਤਾਂ ਨੂੰ ਅੱਜ ਵੀ ਅਸੀਂ ਸੁਣਦੇ ਹਾਂ, ਬੜਾ ਆਨੰਦ ਆਉਂਦਾ ਹੈ। ਤਾਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਸੱਦਾ ਦੇ ਰਿਹਾ ਮੁਰਾਦ, ਮੇਰੀ ਮੁਰਾਦ ਮੰਚ ਤੇ ਸਰਬਜੀਤ ਚੀਮਾ। ਸਭ ਤੋਂ ਪਹਿਲਾਂ
ਮੇਲੇ ਵਿੱਚ ਹਾਜ਼ਰ ਮੇਰੇ ਵੱਡੇ ਬਜ਼ੁਰਗ, ਮੇਰੀਆਂ ਮਾਵਾਂ, ਮੇਰੇ ਵੱਡੇ ਤੇ ਛੋਟੇ ਵੀਰ, ਮੇਰੀਆਂ ਭੈਣਾਂ ਤੇ ਪਿਆਰੇ ਪਿਆਰੇ ਬੱਚਿਆਂ ਨੂੰ ਦੋਵੇਂ ਹੱਥ ਜੋੜ ਕੇ ਬੜੇ ਅਦਬ, ਬੜੇ ਸਤਿਕਾਰ ਤੇ ਬੜੇ ਪਿਆਰ ਦੇ ਨਾਲ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ। ਸਾਂਝਾ ਪੰਜਾਬ ਕਮਾਲ ਦਾ ਨਾਮ ਹੈ। ਸਾਂਝ ਪਿਆਰ ਮੁਹੱਬਤ ਬਹੁਤ ਵੱਡਾ ਨਾਮ ਹੈ। ਬਲਵਿੰਦਰ ਸਿੰਘ ਬਾਜਵਾ ਜੀ ਮੇਰੇ ਬਹੁਤ ਹੀ ਪਰਮ ਮਿੱਤਰ ਔਰ ਉਹ ਪ੍ਰਮੋਟਰ ਜਿਨ੍ਹਾਂ ਨੇ ਬਹੁਤ ਲੰਮੇ ਅਰਸੇ ਤੋਂ USA ਵਿੱਚ, ਕੈਨੇਡਾ ਔਰ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਸ਼ੋਜ਼ ਕਰਵਾਏ ਨੇ, ਬਹੁਤ ਹੀ ਪਿਆਰੇ ਇਨਸਾਨ, ਉਹਨਾਂ ਦੀ ਟੀਮ ਨੇ ਮੇਲਾ ਲਾਇਆ। ਸਾਰੀ ਟੀਮ ਨੂੰ, ਬਾਜਵਾ ਸਾਹਿਬ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ, ਕਿਉਂਕਿ ਮੇਲੇ ਲਾਉਣੇ ਬੜੇ ਔਖੇ ਨੇ। ਤੁਸੀਂ ਅੱਜ ਮੇਲੀ ਬਣ ਕੇ ਆਏ ਹੋ। ਸਿਆਣੇ ਕਹਿੰਦੇ ਆ ਜੀ ਕਿ ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਮਿੱਤਰ ਸਹੇਲੀਆਂ ਦਾ, ਪੈਸੇ ਤੇਲੀਆਂ ਦਾ ਅਤੇ ਗੰਗੂ ਤੇਲੀਆਂ ਦਾ। ਸਾਂਝ ਜਦੋਂ ਇੱਕ ਤੋਂ ਵੱਧ ਰੂਹਾਂ ਮਿਲਦੀਆਂ ਨੇ, ਸਾਂਝਾਂ ਪੈਂਦੀਆਂ ਨੇ, ਮੁਹੱਬਤ ਆਪਣੇ ਫੁੱਲ ਵਿਖਾਰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਜੀ ਮੇਲਾ, ਜਿੱਥੇ ਸਾਂਝ ਬਾਤਾਂ ਪਾਉਂਦੀ ਹੈ। ਅਤੇ ਤੁਹਾਡਾ ਸਾਰਿਆਂ ਦਾ ਇੱਕ ਇੱਕ ਕਦਮ ਸਿਰ ਮੱਥੇ ਆ ਜੀ, ਬਹੁਤ ਬਹੁਤ ਮਿਹਰਬਾਨੀ। ਪੰਜਾਬ ਦੀ ਆਵਾਜ਼ ਸਾਡੇ ਬਹੁਤ ਹੀ ਸਤਿਕਾਰਯੋਗ, ਜਿਨ੍ਹਾਂ ਵੱਲ ਦੇਖ ਕੇ ਕਾਲਜ ਟਾਈਮ ਤੋਂ ਅਸੀਂ ਬਹੁਤ ਕੁਝ ਸਿੱਖਿਆ। ਗਾਇਕੀ ਤਾਂ ਉਹਨਾਂ ਵਰਗੀ ਨਹੀਂ ਸਿੱਖ ਸਕੇ, ਨਾਮੁਮਕਿਨ ਹੈ, ਪਰ ਹੋਰ ਜਿਹੜੇ ਦਾ ਪੇਚ ਹੁੰਦੇ ਆ ਗਾਇਕੀ ਦੇ, ਉਹ ਅਸੀਂ ਹੰਸ ਭਾਜੀ ਸਾਡੇ ਵਿਚਕਾਰ ਪਹੁੰਚੇ ਆ ਜੀ, ਜਿਨ੍ਹਾਂ ਨੇ ਇੱਕ ਬਹੁਤ ਲੰਮੀ ਘਾਲਣਾ ਘਾਲੀ ਹੈ। ਭਾਵੇਂ ਉਹ ਸਿੰਗਿੰਗ ਦਾ ਕਰੀਅਰ ਹੋਵੇ, ਗਾਇਕੀ ਦਾ ਕਰੀਅਰ, ਭਾਵੇਂ ਉਹ ਸਿਆਸਤ ਦੀ ਗੱਲ ਹੋਵੇ, ਅਤੇ ਅੱਜ ਉਹ ਬਹੁਤ ਵੱਡੇ ਮੁਕਾਮ 'ਤੇ ਬੈਠੇ ਆ, ਸਾਨੂੰ ਮਾਣ ਹੈ। ਇੱਕ ਵਾਰ ਜ਼ੋਰਦਾਰ ਤਾੜੀ ਹੰਸ ਭਾਜੀ ਦੇ ਨਾਂ 'ਤੇ ਮਾਰ ਦਿਓ ਜੀ। ਇਸ ਮੇਲੇ ਦੀ ਸ਼ਾਨ ਬਣੇ ਨੇ ਬਲਵਿੰਦਰ ਭਾਜੀ ਦੇ, ਬਾਜਵਾ ਸਾਹਿਬ ਦੇ ਬਹੁਤ ਪਰਮ ਮਿੱਤਰ ਹੈ। ਜਿੱਥੇ ਸਾਂਝਾਂ ਹੁੰਦੀਆਂ ਨੇ ਉੱਥੇ ਫਿਰ ਕਹਿੰਦੇ ਹਨ ਕਿ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ, ਜੁੱਤੀ ਪਾਵਾਂ ਲੱਗਦੀ ਵੀ ਹੋਵੇ, ਜੁੱਤੀ ਨਾ ਵੀ ਹੋਵੇ, ਨੰਗੇ ਪੈਰੀ ਫਿਰ ਯਾਰ ਭੱਜੇ ਆਉਂਦੇ ਆ। ਹੰਸ ਭਾਜੀ ਨੂੰ ਮੈਂ ਆਪਣੇ ਵੱਲੋਂ ਵੀ ਨਿੱਘੀ ਜੀ ਆਇਆਂ ਕਹਿੰਦਾ ਜੀ, ਬਹੁਤ ਬਹੁਤ ਮਿਹਰਬਾਨੀ। ਸਰਬਜੀਤ ਸਿੰਘ ਮੱਕੜ ਸਾਹਿਬ ਮੇਰੇ ਸਤਿਕਾਰਯੋਗ ਪਰਸਨੈਲਿਟੀ, ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਉਹਨਾਂ ਦਾ ਵੀ ਮੈਂ ਬਹੁਤ ਬਹੁਤ ਨਿੱਘਾ ਸਵਾਗਤ ਕਰਦਾ। ਤੁਸੀਂ ਸਾਰੇ ਹੀ ਮੇਰੇ ਲਈ ਬਹੁਤ ਸਤਿਕਾਰਯੋਗ ਹੋ। ਪੱਟੀ ਭੜੀਵਾਲਾ ਸਾਹਿਬ, ਸੁੱਖੀ ਭੈਣ ਜੀ, ਸੁੱਖੀ ਬਰਾੜ ਜੀ ਔਰ ਬਿੱਟੂ ਖੰਨੇਵਾਲਾ, ਸੁਖਵਿੰਦਰ ਪੰਛੀ ਸਾਹਿਬ, ਬਹੁਤ ਮਹਿਨਾਜ਼ ਕਲਾਕਾਰ ਇੱਥੇ ਪਹੁੰਚੇ ਜਿਹਨੇ ਤੁਹਾਡੀ ਹਾਜ਼ਰੀ ਭਰੀ ਹੈ ਅਤੇ ਭਰਨੀ ਹੈ। ਹੰਸ ਭਾਜੀ ਸਾਹਿਬ ਨੇ ਗਾਉਣਾ ਤਾਂ ਬੜਾ ਮੁਸ਼ਕਲ ਹੈ, ਪਰ ਜਦੋਂ ਜ਼ਿੰਮੇਵਾਰੀ ਲੱਗਦੀ ਹੈ ਜੀ, ਭਾਜੀ ਕਬੂਲ ਕਰਿਓ। ਔਰ ਬਾਈ ਹਰਦੀਪ ਸਾਡੇ ਵੱਡੇ ਭਾਜੀ, ਜਿਨ੍ਹਾਂ ਦਾ ਅਸੀਂ ਪਿੱਛੇ ਹੁਣੇ ਹੀ ਮੇਲਾ ਚੀਮਿਆਂ ਦਾ ਅਤੇ ਵੀ ਮਾਣ ਸਨਮਾਨ ਕੀਤਾ, ਉਹ ਵੀ ਇੱਥੇ ਪਹੁੰਚੇ ਆ ਜੀ। ਹੋਰ ਬਹੁਤ ਸਾਰੀਆਂ ਰੂਹਾਂ ਇੱਥੇ ਪਹੁੰਚੀਆਂ ਨੇ, ਤੁਹਾਡੇ ਸਮੇਤ ਨਿੱਘਾ ਸਵਾਗਤ ਹੈ। ਸੁੱਖਾ ਸੰਘਾ ਮੈਂ ਹੁਣੇ ਦੇਖਿਆ ਇੱਥੇ, ਮੇਰਾ ਪਰਮ ਮਿੱਤਰ, ਉਹਨਾਂ ਦੇ ਵੱਡੇ ਭਾਜੀ, ਉਹ ਅਸੀਂ ਕਲਾਸ ਪਹਿਲੋਂ ਹਾਂ ਜੀ, ਭੰਗੜਾ ਟੀਮ ਦੇ ਮੈਂਬਰ ਹਾਂ, ਉਹਨਾਂ ਨੂੰ ਵੀ ਮੈਂ ਨਿੱਘੀ ਜੀ ਆਇਆਂ ਕਹਿੰਦਾ। ਲਓ, ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਮੈਂ ਪੰਜਾਬ ਦੀ ਗੱਲ ਤੁਹਾਡੀ ਖਿਦਮਤ ਪੇਸ਼ ਕਰਨ ਲੱਗਾ। ਪੰਜਾਬੀ ਪੰਜਾਬ ਤੋਂ ਬਾਹਰ ਦੁਨੀਆ ਭਰ ਦੇ ਵਿੱਚ ਜਾ ਕੇ ਵਸੇ ਹੈ, ਔਰ ਪੰਜਾਬੀਆਂ ਨੇ ਜਿਹੜੀ ਵੱਖਰੀ ਪਹਿਚਾਣ ਬਣਾਈ ਹੈ, ਜਿਹੜੇ ਵੱਖਰੇ ਝੰਡੇ ਗੱਡੇ ਨੇ ਆਪਣੀਆਂ ਬੁਲੰਦੀਆਂ ਵਾਲੇ, ਕਾਮਯਾਬੀਆਂ ਵਾਲੇ, ਕੋਈ ਛੁਪਿਆ ਨਹੀਂ ਹੋਇਆ। ਲਓ, ਬਾਬੇ ਨਾਨਕ ਦੀ ਗੱਲ ਕਰਦੀ ਹੋਈ ਇੱਕ ਰਵਾਈ, ਇੱਕ ਸ਼ੇਰ ਮੈਂ ਤੁਹਾਡੀ ਖਿਦਮਤ ਪੇਸ਼ ਕਰਨ ਲੱਗਾ।
ਪੰਜਾਬ ਦੀ ਗੱਲ, ਦਰਬਾਰ ਸਾਹਿਬ ਦੀ ਗੱਲ ਤੁਹਾਡੀ ਖਿਦਮਤ, ਉਸ ਤੋਂ ਬਾਅਦ ਤੁਹਾਡੇ ਮਨਪਸੰਦ ਵਾਲੇ ਸਾਰੇ ਗੀਤ ਮੈਂ ਤੁਹਾਡੀ ਖਿਦਮਤ ਪੇਸ਼ ਕਰਨੇ ਆ ਜੀ, ਜਿਹਨਾਂ ਗੀਤਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਬਹੁਤ ਸਾਰਾ ਮਾਣ ਦਿੱਤਾ, ਅਤੇ ਬਿਲਕੁਲ ਨਵੇਂ ਗੀਤ। ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ ਕਿ 15 ਫਰਵਰੀ ਨੂੰ ਆਪਣੀ ਐਲਬਮ ਆ ਰਹੀ ਹੈ ਜਿਹਦਾ ਟਾਈਟਲ ਹੈ ਭੰਗੜੇ ਦਾ ਕਿੰਗ। ਉਹਦੇ ਵਿੱਚ 13 ਗਾਣੇ ਨੇ ਔਰ ਮੈਨੂੰ ਪੂਰਨ ਆਸ ਹੈ ਤੁਹਾਨੂੰ ਪਸੰਦ ਆਉਣਗੇ। ਔਰ 15 ਜਿਹੜੀ ਚੌਥੇ 2 ਦਿਨਾਂ ਦੇ ਬਾਅਦ 15 ਤਰੀਕ ਆ ਰਹੀ ਹੈ ਜੀ, 13 ਗੀਤ ਤੁਹਾਡੀ ਝੋਲੀ ਵਿੱਚ ਪਾਉਣੇ ਆ ਔਰ ਤੁਹਾਡਾ ਪਿਆਰ, ਤੁਹਾਡਾ ਸਤਿਕਾਰ ਚਾਹੀਦਾ। ਆਪਣੇ ਮਿੱਤਰਾਂ ਯਾਰਾਂ ਪਰਿਵਾਰਾਂ ਦੇ ਨਾਲ ਸ਼ੇਅਰ ਕਰਿਓ, ਸਾਂਝਾ ਕਰਿਓ। ਲਓ ਪੇਸ਼ਾ ਗੀਤ ਤੋਂ ਪਹਿਲਾਂ ਕੁਝ ਲਾਈਨਾਂ ਸ਼ੇਅਰ ਦੀਆਂ ਜੀ। ਜੀ ਸਾਡੇ ਭੈਣ ਜੀ ਆਸ਼ੂ ਚੋਪੜਾ ਜੀ, ਮੈਂ ਉਹਨਾਂ ਨੂੰ ਵੀ ਨਿੱਕੀ ਜੀ ਐਂ ਕਹਿੰਦਾ, ਬਹੁਤ ਬਹੁਤ ਧੰਨਵਾਦ ਜੀ। ਸੋਨੇ ਚ ਮੜਾਏ ਰੰਗਲੇ
Hey!
ਮਿਹਰਬਾਨੀ ਜੀ। ਲੋ ਅਗਲਾ ਗੀਤ ਜਿਹੜਾ ਪੇਸ਼ ਕਰਨ ਲੱਗਾ, ਮੈਂ ਮੇਲੇ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜੀ। ਉਸ ਤੋਂ ਬਾਅਦ ਬਿਲਕੁਲ ਨਵਾਂ ਗੀਤ ਪੇਸ਼ ਕਰਨਾ ਜਿਹੜਾ ਆਉਣ ਵਾਲੇ ਐਲਬਮ ਦਾ ਗੀਤ ਹੈ। ਹਾਂਜੀ ਪੀਲੂ ਸੇਮ ਸੁਰ ਪੀਲੂ ਹਜੇ ਆ ਨਿਤ ਨਿਤ ਨਹੀਂ ਮੇਲੇ ਲੱਗਦੇ ਮਿੱਤਰਾਂ ਯਾਰਾਂ ਦੇ ਨਿਤ ਨਿਤ ਨਹੀਂ ਮੇਲੇ ਲੱਗਦੇ ਮਿੱਤਰਾਂ ਯਾਰਾਂ ਦੇ ਹੋਏ ਮਸਾਂ ਮਸਾਂ ਦਿਨ ਆਉਂਦੇ ਮੌਜ ਬਹਾਰਾਂ ਦੇ ਤੂੰ ਛੱਡ ਕੇ ਝਗੜੇ ਛੇੜੇ ਕੋਈ ਗੀਤ ਪਿਆਰ ਦਾ ਗਾ ਸੱਜਣਾ ਰੁੱਸੇ ਸੱਜਣ ਬਣਾ ਕੇ ਗਲ ਨਾਲ ਲਾ ਸੱਜਣਾ ਮਨਾ ਕੇ ਗੜ ਨਾਲ ਲਾ ਸੱਜਣਾ ਉਹ ਕਿਉਂਕਿ ਬਾਰ ਬਾਰ ਨਹੀਂ ਜਗਦੇ ਆਉਣਾ ਤੂੰ ਸਿੱਖ ਲੈ ਸੱਜਣਾ ਪਿਆਰ ਨਿਭਾਉਣਾ ਆ ਜਾ ਬਾਰ ਬਾਰ ਨਹੀਂ ਜਗਦੇ
ਲਓ ਜੀ, ਬੜੀ ਮਿਹਰਬਾਨੀ ਸਾਡੇ ਬਹੁਤ ਸਾਰੇ ਵੀਰਾਂ ਵੱਲੋਂ, ਮੇਰੇ ਛੋਟੇ ਵੀਰ ਤੇ ਮੇਰੇ ਵੱਡੇ ਵੀਰਾਂ ਵੱਲੋਂ, ਸਾਰਿਆਂ ਵੱਲੋਂ ਜੀ ਬਹੁਤ ਸਾਰਾ ਮਾਣ ਹੋਇਆ। ਬਿਲਕੁਲ ਨਵਾਂ ਗੀਤ ਹੋ ਜਾ ਜੀ, ਬਿਲਕੁਲ ਨਵਾਂ ਗੀਤ। ਲਓ ਜੀ, ਪੰਜਾਬ ਦੀ ਗੱਲ ਮੈਂ ਪਹਿਲਾਂ ਤੋਂ ਬਹੁਤ ਕੀਤੀ, ਕੋਸ਼ਿਸ਼ ਕੀਤੀ ਹੈ, ਕਿਉਂਕਿ ਮੈਨੂੰ ਮਾਣ ਹੈ ਪੰਜਾਬੀ ਹੋਣ ਤੇ। ਵੱਡੀ ਗੱਲ ਇਹ ਹੈ, ਬਹੁਤ ਵਾਰੀ ਲੋਕ ਮੈਨੂੰ ਕਮੈਂਟ ਵੀ ਪਾਉਂਦੇ ਆ ਕਿ ਤੂੰ ਪੰਜਾਬ ਦੀਆਂ ਗੱਲਾਂ ਕਰਦਾ ਰਹਿਣਾ, ਤੇ ਮੈਂ ਅਕਸਰ ਕਹਿੰਦਾ ਹੁੰਦਾ ਕਿ ਪੰਜਾਬ ਸਾਡੇ ਬਾਬੇ ਨਾਨਕ ਦੀ ਧਰਤੀ ਹੈ, ਸਾਡੇ ਗੁਰੂਆਂ ਪੀਰਾਂ ਸ਼ਹੀਦਾਂ ਰੁਸ਼ੀਆਂ ਮੁਨੀਆਂ ਯੋਧਿਆਂ ਦੀ ਧਰਤੀ ਹੈ। ਇਹ ਸਰਬਜੀਤ ਚੀਮੇ ਦੇ ਗਾਉਣ ਨਾਲ ਇਹ ਮੈਂ ਤਿਪਕਾ ਵੀ ਨਹੀਂ ਗਾ ਸਕਦਾ, ਤੁਪਕਾ ਇੱਕ ਬਹੁਤ ਸਰਮਾਇਆ ਹੈ, ਸਾਡਾ ਸੱਭਿਆਚਾਰ ਬਹੁਤ ਅਮੀਰ ਹੈ। ਲਓ ਜੀ, ਪੇਸ਼ ਕਰਨ ਲੱਗਾ ਇੱਕ ਪੰਜਾਬੀਆਂ ਦੇ ਸੁਭਾਅ ਦੀ ਗੱਲ, ਕੀ ਲਿਖਿਆ ਇੰਦਰ ਰਾਜਕੋਟੀ ਸਾਹਿਬ। ਉਸ ਤੋਂ ਬਾਅਦ ਹੰਸ ਭਾਜੀ ਨੂੰ ਅਸੀਂ ਨਿੱਘੀ ਜੀ ਐ ਵੀ ਕਹਿਣਾ, ਮਾਣ ਸਤਿਕਾਰ ਦੇਣਾ। ਉਸ ਤੋਂ ਬਾਅਦ ਪੇਸ਼ ਕਰਨੇ ਗੀਤ, ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ, ਉਹ ਗੀਤ ਵੀ ਪੇਸ਼ ਕਰਕੇ ਜਾਣਾ। ਲੋ ਪੇਸ਼ ਹੈ, ਪੈਰ ਵੀ ਲਿਓ ਜੀ। ਭਾਜੀ ਹਰਦੀਪ ਬਾਈ ਜੀ ਸਾਡੇ ਵੱਡੇ ਭਾਜੀ, ਇਹਨਾਂ ਨੂੰ ਵੀ ਅਸੀਂ ਕਾਲਜ ਟਾਈਮ ਮਾਣਿਆ, ਹਰਦੀਪ ਨਾਈਟ ਹੋਵੇ ਭਾਵੇਂ, ਔਰ ਬਹੁਤ ਸਾਰੇ ਸ਼ੋਜ਼ ਰਾਤ ਦਿਨ, ਇਹਨਾਂ ਦੀ ਵੀ ਗੱਡੀ ਤੋਂ ਸਾਊਂਡ ਨਹੀਂ ਸੀ ਉੱਤਰਦੀ ਹੁੰਦੀ, ਮਾਲਕ ਨੇ ਬੜੀ ਬਖਸ਼ਿਸ਼ ਕੀਤੀ। ਲਓ ਜੀ ਕੀ ਲਿਖਿਆ, ਕਿ ਜੇ ਕੋਈ ਹੱਸ ਪੈ ਖਿੜ ਜਾਈਦਾ, ਜੇ ਕੋਈ ਹੱਸ ਪੈ ਖਿੜ ਜਾਈਦਾ, ਤੇ ਜੇ ਕੋਈ ਫਸ ਪੈ ਭਿੜ ਜਾਈਦਾ। ਇਹ ਵੀ ਸਾਡਾ ਸੁਭਾਅ ਹੈ ਕਿ ਅਸੀਂ ਪਿਆਰ ਬਹੁਤ ਕਰਦੇ ਹਾਂ, ਜਦੋਂ ਕੋਈ ਫਿਰ ਨਾ ਕਰੇ ਤੇ ਅਸੀਂ ਉਹ ਤੋਂ ਵੀ ਜ਼ਿਆਦਾ ਕਰਦੇ ਹਾਂ। ਜੇ ਕੋਈ ਹੱਸ ਪੈ ਖਿੜ ਜਾਈਦਾ, ਤੇ ਜੇ ਕੋਈ ਫਸ ਪੈ ਭਿੜ ਜਾਈਦਾ। ਤੋਰ ਸ਼ਰਾਬੀ ਸਾਡੀ ਟੋਰ ਨਵਾਬੀ ਕਹਿੰਦੇ ਆ, ਪੰਜਾਬੀ ਜਦੋਂ ਤੁਰਦਾ ਹੋਵੇ ਨਾ, ਭਾਵੇਂ ਲੰਡਨ ਹੋਵੇ, ਲੰਡਨ ਆਈ ਦੇ ਕੋਲ, ਪੰਜਾਬੀ ਜਦੋਂ ਤੁਰਦਾ ਉਹ ਤੁਰਦਾ ਵਿੱਚ ਦਿਖਦਾ ਲੱਖਾਂ ਬੰਦਿਆਂ ਦੇ ਸਵਾਦ ਜਿਹਾ ਨਾ। ਪੰਜਾਬੀਆਂ ਦੀ ਤੋਰ ਸਾਰੇ ਵਰਲਡ ਚੋਂ ਮੜਕਣੀ ਤੋਰ ਹੈ। ਤੋਰ ਸ਼ਰਾਬੀ ਸਾਡੀ ਟੋਰ ਨਵਾਬੀ ਕਹਿੰਦੇ ਆ, ਉਹ ਐਵੇਂ ਤਾਂ ਨਹੀਂ ਸਾਨੂੰ ਲੋਕ, ਐਵੇਂ ਤਾਂ ਨਹੀਂ ਸਾਨੂੰ ਲੋਕ ਪੰਜਾਬੀ ਕਹਿੰਦੇ ਜੀ। ਲਓ ਜੀ, ਇੱਕ ਮੈਂ ਜ਼ੋਰਦਾਰ ਤਾੜੀ ਤੁਹਾਡੇ ਤੋਂ ਮਰਾਉਣੀ ਹੈ। ਇਸ ਧਰਤੀ ਤੇ ਜ਼ਿਆਦਾ ਇਨਸਾਨ ਅਸੀਂ ਸ਼ੈਤਾਨ ਆ, ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਮੈਂ ਵੀ ਉਹਨਾਂ 'ਚ ਹੀ ਹਾਂ, ਸ਼ੈਤਾਨ ਆ। ਕੁਝ ਰੱਬ ਦੇ ਅਸਲੀ ਬੰਦੇ ਹੁੰਦੇ ਆ ਜਿਹਨਾਂ ਨੂੰ ਰੱਬ ਬਣਾ ਕੇ ਭੇਜਦਾ ਵੀ ਇੱਦਾਂ ਦੇ ਮੇਰੇ ਬੰਦੇ ਆ, ਮੇਰੇ ਇਨਸਾਨ ਹੈ। ਉਹਨਾਂ 'ਚੋਂ ਇੱਕ ਪਰਸਨੈਲਿਟੀ ਹੈ, ਤੁਸੀਂ ਜ਼ੋਰਦਾਰ ਤਾੜੀ ਮਾਰਨੀ ਆ ਨੀਟੂ ਸ਼ਟਰਾਂ ਵਾਲੇ ਦੇ ਨਾਂ 'ਤੇ ਜੀ। ਇਹ ਰੱਬ ਦੇ ਅਸਲੀ ਬਣਾਏ ਹੋਏ ਬੰਦੇ ਆ ਜੀ। ਲਓ ਜੀ, ਪੇਸ਼ ਹੈ ਤੁਹਾਡੀ ਖਿਦਮਤ ਗੀਤ, ਐਵੇਂ ਤਾਂ ਨਹੀਂ ਸਾਨੂੰ ਲੋਕ ਪੰਜਾਬੀ ਕਹਿੰਦੇ ਆ। ਬਹੁਤ ਬਹੁਤ ਮਿਹਰਬਾਨੀ, ਬਹੁਤ ਸਾਰੇ ਵੀਰਾਂ ਵੱਲੋਂ ਮਾਣ ਆ ਜੀ, ਮੈਨੂੰ ਪਤਾ ਲੱਗ ਜਾਂਦਾ ਤੁਹਾਡੀਆਂ ਅੱਖਾਂ ਜਿਵੇਂ ਗੱਡੀਆਂ ਹੋਈਆਂ, ਬਹੁਤ ਸਾਰਾ ਸਤਿਕਾਰ। ਇਸ ਗੀਤ ਤੋਂ ਬਾਅਦ ਆਪਾਂ ਹੰਸ ਭਾਜੀ ਨੂੰ ਮਾਣ ਸਤਿਕਾਰ ਦੇਣਾ ਸਾਰਿਆਂ ਨੇ ਤੁਹਾਡੀ ਹਾਜ਼ਰੀ ਵਿੱਚ। ਉਸ ਤੋਂ ਬਾਅਦ ਇੱਕ ਦੋ ਗੀਤ ਮੈਂ ਤੁਹਾਡੀ ਖਿਦਮਤ ਪੇਸ਼ ਕਰਦੇ ਹਾਂ ਜੀ, ਲੱਕ ਦਾ ਹੁਲਾਰਾ ਇੱਕ ਹੋਰ ਨਵਾਂ ਗੀਤ ਜੀ। ਉਹ ਜੇ ਕੋਈ ਹੱਸ ਪੈ ਖਿੜ ਜਾਈਦਾ, ਜੇ ਕੋਈ ਹੱਸ ਪੈ ਖਿੜ ਜਾਈਦਾ, ਉਹ ਜੇ ਕੋਈ ਫਸ ਪੈ
ਭਿੜ ਜਾਈਦਾ ਉਹ ਤੋਰ ਸ਼ਰਾਬੀ ਸਾਡੀ ਟੋਰ ਲਬਾਬੀ ਕਹਿੰਦੇ ਆ ਸਾਡੀ ਟੋਰ ਨਾ ਪਾਪੀ ਕਹਿੰਦੇ ਆ ਉਹ ਐਵੇਂ ਤਾਂ ਨਹੀਂ ਉਹ ਬੇਲੀ ਉਹ ਐਵੇਂ ਤਾਂ ਨਹੀਂ ਆ ਜਾਓ ਬਈ ਡੰਗ ਡਰ 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 ਪੰਜਾਬੀ ਕਹਿੰਦੇ
ਬਹੁਤ ਮਿਹਰਬਾਨੀ ਜੀ, ਥੈਂਕ ਯੂ। ਸੋ ਮੈਂ ਸਰਬਜੀਤ ਭਾਅ ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਸੋਹਣੀ ਤੁਸੀਂ ਮਾਂ ਬੋਲੀ ਪੰਜਾਬੀ ਦੀ ਜਿਹੜੀ ਸੇਵਾ ਕਰ ਰਹੇ ਹੋ ਆਪਣੇ ਗੀਤਾਂ ਰਾਹੀਂ, ਬਹੁਤ ਸੋਹਣਾ ਜਿਹੜਾ ਸੁਨੇਹਾ ਸਾਨੂੰ ਲੋਕਾਂ ਨੂੰ ਮਿਲਦਾ। ਲੇਕਿਨ ਅੱਜ ਕੱਲ੍ਹ ਇੱਕ ਫੈਸ਼ਨ ਜਿਹਾ ਚੱਲ ਪਿਆ ਕਿ ਲੋਕ ਨੰਗੇ ਹਥਿਆਰ ਲੈ ਕੇ ਤੇ ਗਰੀਬਾਂ ਨੂੰ ਦਾੜੇ ਮਾਰਦੇ ਨੇ, ਨਸ਼ਿਆਂ ਵਿੱਚ ਗਰਕ ਹੋ ਕੇ। ਉਹਨਾਂ ਵਾਸਤੇ ਇੱਕ ਸਿੱਧੇ ਸਾਧੇ ਕਿਸਾਨ ਨੇ ਆਪਣੀ ਕਲਮ ਰਾਹੀਂ ਬਹੁਤ ਸੋਹਣਾ ਲਿਖਿਆ ਕਿ ਕਹਿੰਦਾ ਸੱਤਾ ਗੌਂਸਪੁਰੀਆ ਕਿ ਹੱਥ ਵਿੱਚ ਪਿਸਟਲ ਤਲਵਾਰ ਫੜ ਕੇ ਕਦੇ ਰੌਬ ਗਰੀਬ ਤੇ ਮਾਰੀਏ ਨਾ, ਹੱਥ ਵਿੱਚ ਪਿਸਟਲ ਤਲਵਾਰ ਫੜ ਕੇ ਕਦੇ ਰੌਬ ਗਰੀਬ ਤੇ ਮਾਰੀਏ ਨਾ, ਓਏ ਟਕੇ ਟਕੇ ਨਾਲ ਜੋੜੀ ਬਾਪੂ ਦੀ ਮਾਇਆ ਕਦੇ ਜੂਏ ਤੇ ਨਸ਼ੇ ਵਿੱਚ ਜਾੜੀਏ ਨਾ। ਆਜ਼ਾਦ ਹੁੰਦੇ ਨੇ ਪੰਛੀ ਜੇਕਰ ਆਜ਼ਾਦ ਰੱਖੀਏ, ਆਜ਼ਾਦ ਹੁੰਦੇ ਨੇ ਪੰਛੀ ਜੇਕਰ ਆਜ਼ਾਦ ਰੱਖੀਏ, ਓਏ ਬਹੁਤੇ ਦਿਨ ਪਿੰਜਰੇ ਵਿੱਚ ਤਾੜੀਏ ਨਾ, ਇੱਜ਼ਤ ਲੁੱਟ ਕੇ ਮਾਸੂਮ ਬੱਚੀ ਦੀ ਅੱਗ ਸੀਨੇ ਦੀ ਕਦੇ ਵੀ ਠਾਰੀਏ ਨਾ। ਲੱਖਾਂ ਮੁਸ਼ਕਿਲਾਂ ਆਉਣ ਸਰੀਰ ਤੇ ਸਾਡੇ, ਪੈਸੇ ਪਿੱਛੇ ਜ਼ਮੀਰ ਨੂੰ ਮਾਰੀਏ ਨਾ। ਜ਼ਮੀਰ ਪੱਕਾ ਹੋਣਾ ਚਾਹੀਦਾ। ਸੋ ਜੇ ਤਾਲੀ ਵਜਾਣੀ ਹੈ ਸੱਤਾ ਗੌਂਸਪੁਰੀਆ ਦੇ ਲਈ ਵਜਾ ਦਿਓ, ਬਹੁਤ ਸੋਹਣੀ ਕਲਮ, ਕਿਆ ਬਾਤ ਹੈ। ਸੋ ਮੈਂ ਜਿੰਨੀਆਂ ਮਾਇਨਾਜ਼ ਸ਼ਖਸੀਅਤਾਂ ਪਹੁੰਚੀਆਂ ਨੇ ਸਾਰਿਆਂ ਨੂੰ ਅੱਜ ਇੱਥੇ ਆਉਣ 'ਤੇ ਨਿੱਘਾ ਜੀ ਆਇਆ ਕਹਿੰਦੀ ਹਾਂ। ਸਾਡੇ ਵਿੱਚ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ, ਇੱਕ ਵਾਰੀ ਬਾਪੂ ਜੀ ਦੇ ਨਾਮ 'ਤੇ ਤਾਲੀਆਂ ਵਜਾ ਦਿਓ, ਜੋ ਕਿ ਬਹੁਤ ਵੱਡੇ ਫਕੀਰਾਂ ਦੇ ਗਵਰਨਰ। ਇਹ ਵੀ ਅਸੀਂ ਸਭ ਕੁਝ ਜੋ ਸਿੱਖ ਰਹੇ ਹਾਂ ਉਸ ਦਰਬਾਰ ਦੀ ਬਹੁਤ ਵੱਡੀ ਜੋ ਸੇਵਾ ਹੈ। ਅੱਜ ਉਹ ਜੋ ਦਰਬਾਰ ਦੇਖਣ ਦੇ ਲਈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਦੁਨੀਆ ਚੱਲ ਕੇ ਆਉਂਦੀ ਹੈ, ਉਹ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਸਾਡੇ ਦਰਬਾਰ ਦੀ, ਬਹੁਤ ਵੱਡੀ ਸੇਵਾ ਜਿਹੜੀ ਸਾਡੇ ਦਰਵੇਸ਼ ਸਾਈਂ ਹੰਸ ਰਾਜ ਹੰਸ ਜੀ, ਇੱਕ ਵਾਰੀ ਤਾਲੀਆਂ ਵਜਾ ਦਿਓ। ਇਹ ਸੇਰਾ ਉਹਨਾਂ ਨੂੰ ਜਾਂਦਾ ਹੈ ਜਿਹੜੀ ਬਾਪੂ ਜੀ ਨੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ। ਪਦਮ ਸ਼੍ਰੀ ਰਾਜ ਗਾਇਕ ਔਰ ਮੈਂਬਰ ਪਾਰਲੀਮੈਂਟ, ਇਹ ਬਹੁਤ ਵੱਡੀ ਆਪਣੇ ਆਪ 'ਚ, ਜੇ ਖਾਨ ਸਾਹਿਬ ਜੀ ਬਾਰੇ ਜ਼ਿਕਰ ਕਰੀਏ, ਮਿਊਜ਼ਿਕ ਦੀ ਬਹੁਤ ਵੱਡੀ ਅਕੈਡਮੀ ਹੈ ਪਟਿਆਲਾ ਘਰਾਨਾ। ਸਾਡੇ ਉਸਤਾਦ ਪੂਰਨ ਸ਼ਾਹ ਕੋਟੀ ਜੀ, ਇੱਕ ਵਾਰੀ ਉਹਨਾਂ ਦੇ ਲਈ ਤਾਲੀਆਂ ਵਜਾ ਦਿਓ, ਤੰਦਰੁਸਤੀ ਦੀਆਂ ਦੁਆਵਾਂ ਮੰਗਦੇ ਹੋਏ, ਜਿਹਨਾਂ ਦਾ ਇਹ ਪਰਿਵਾਰ, ਜਿਹਨਾਂ ਦੇ ਉਸ ਪਰਿਵਾਰ ਨੂੰ ਬਹੁਤ ਵੱਡਾ ਰਾਜ ਭਾਗ ਲੱਗਾ। ਸੋ ਮੈਂ ਖਾਨ ਸਾਹਿਬ ਜੀ, ਸਾਡੇ ਉਸਤਾਦ ਗੁਰੂ ਲੋਕ ਜਨਾਬ ਹੰਸ ਰਾਜ ਹੰਸ ਜੀ ਹੋਰਾਂ ਦਾ ਵੈਲਕਮ ਕਰਦੀ ਆ ਇਸਤਕਬਾਲ ਇੱਥੇ ਆਉਣ 'ਤੇ, ਔਰ ਸਨਮਾਨ ਦੀਆਂ ਕੁਝ ਰਵਾਇਤਾਂ। ਥੈਂਕ ਯੂ ਆਸ਼ੀਸ਼ ਜੀ, ਥੈਂਕ ਯੂ ਬਹੁਤ ਆਸ਼ੂ ਚੋਪੜਾ ਜੀ। ਸਭ ਤੋਂ ਪਹਿਲਾਂ ਮੈਂ ਜਿਹੜੀ ਸਾਡੀ ਟੀਮ ਹੈ, ਕਿਉਂਕਿ ਕਿਸੇ ਵੀ ਟੀਮ ਤੋਂ ਬਗੈਰ ਇਹ ਐਡੇ ਵੱਡੇ ਮੇਲੇ ਨਹੀਂ ਲੱਗਦੇ, ਜਿਨ੍ਹਾਂ ਨੇ ਬਹੁਤ ਵਰਕ ਹਾਰਡ ਕੀਤਾ। ਮੈਂ ਤਾਂ ਉੱਦਾਂ ਹੀ ਨਾਲ ਇਹਨਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਸੀ। ਮੈਂ ਉਹਨਾਂ ਸਾਰਿਆਂ ਨੂੰ ਕਹਾਂਗਾ ਜਿਨ੍ਹਾਂ ਨੇ ਬੜਾ ਵੱਡਾ ਯੋਗਦਾਨ ਪਾਇਆ, ਸਾਰੇ ਸਟੇਜ 'ਤੇ ਆ ਜਾਓ। ਅਤੇ ਕਲਾਕਾਰ, ਜਿਹੜੇ ਕਲਾਕਾਰ ਬੈਠੇ ਟੈਂਟ ਦੇ ਵਿੱਚ, ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਉਹ ਸਟੇਜ ਦੇ ਪਿੱਛੇ ਆ ਜਾਓ ਸਾਰੇ। ਬੜੇ ਵਧੀਆ ਤਰੀਕੇ ਦੇ ਨਾਲ ਔਰਗਨਾਈਜ਼ ਹੋ ਕੇ ਆਪਾਂ ਜਿਹੜਾ ਅੱਜ ਦਾ ਜਿਹੜਾ ਮਾਣ ਸਨਮਾਨ ਕਰਨਾ, ਅੱਜ ਦਾ ਵਿਸ਼ੇਸ਼ ਜਿਹੜਾ ਮਾਣ ਸਨਮਾਨ ਹੈ, ਸਾਡੇ ਵਿੱਚ ਪਹੁੰਚੇ ਸਾਡੇ ਮੇਰੇ ਵੱਡੇ ਭਰਾ ਹੰਸ ਰਾਜ ਹੰਸ ਜੀ ਪਦਮ ਸ਼੍ਰੀ, ਅਤੇ ਫਿਰ ਵੱਡੇ ਭਾਈ ਬਾਈ ਹਰਦੀਪ ਜੀ ਸ਼ਹਿਰ ਪਟਿਆਲੇ ਵਾਲੇ ਅਤੇ ਭੱਟੀ ਭੜੀਵਾਲ। ਸੋ ਇਹਨਾਂ ਦਾ, ਕਿਉਂਕਿ ਅਸੀਂ ਅਜੇ ਤੱਕ ਉਹ ਸਨਮਾਨ ਤਾਂ ਨਹੀਂ ਕਿਸੇ ਦਾ ਕੀਤਾ ਜਿਹਨੇ ਗੀਤਾਂ 'ਤੇ ਰਹੀ, ਜਿਹਨੇ ਹਥਿਆਰਾਂ 'ਤੇ ਲਾਈ,
ਲੱਚਰਪੁਣਾ ਕੀਤਾ ਹੋਵੇ ਜਾਂ ਹਥਿਆਰਾਂ ਦੀ ਗੱਲ ਜਾਂ ਆਪਣੇ ਵਿੱਚ ਅੱਗ ਲਾਉਣ ਦਾ ਕੰਮ ਕੀਤਾ ਹੋਵੇ, ਅਸੀਂ ਸਾਰੀ ਜ਼ਿੰਦਗੀ ਦੇ ਵਿੱਚ ਉਹਨਾਂ ਕਲਾਕਾਰਾਂ ਦਾ ਹੀ ਸਨਮਾਨਿਤ ਕੀਤਾ। ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਜਿਹਨਾਂ ਨੇ ਪੰਜਾਬੀ ਬੋਲੀ ਦੀ ਸੇਵਾ ਬੜੇ ਸੁਚੱਜੇ ਢੰਗ ਨਾਲ ਕੀਤੀ ਹੈ। ਮੈਂ ਸਭ ਤੋਂ ਪਹਿਲਾਂ ਬਹੁਤ ਬਹੁਤ ਆਪਣੀ ਸਾਰੀ ਟੀਮ ਦਾ ਧੰਨਵਾਦ ਕਰਦਾ, ਸ਼ਰਮਾ ਜੀ, ਕੇਬਲ ਵਾਲੇ ਰਕੇਸ਼ ਜੀ, ਜਤਿੰਦਰ ਸਿੰਘ ਡੱਬ ਜੀ, ਬਲਦੇਵ ਸਿੰਘ ਮੱਲੀ ਜੀ, ਸੁਖਦੇਵ ਸਿੰਘ ਮੱਲੀ ਜੀ, ਕੁਲਵਿੰਦਰ ਕਿੰਦਾ ਜੀ, ਜਸਵਿੰਦਰ ਸਿੰਘ ਜੀ, ਕਰਮਜੀਤ ਸਿੰਘ ਜੀ, ਬੂਟਾ ਸਿੰਘ ਜੀ, ਗੁਰਵਿੰਦਰ ਸਿੰਘ ਜੀ, ਸਾਡੇ DSP ਸਾਹਿਬ ਗੁਰਦੀਪ ਸਿੰਘ ਜੀ, ਤੱਖਰ ਪਰਮਜੀਤ ਸਿੰਘ ਜੀ, ਕੋਚ ਕਮਲ ਕਿਸ਼ੋਰ ਜੀ, ਸੁਰਜੀਤ ਸਿੰਘ ਬਾਜਵਾ, ਅਮਰੀਕ ਸਿੰਘ ਲਾਲੀ ਜੀ, ਨਿਤਿਨ ਜੀ, ਰੋਹਿਤ ਤੁਲ ਜੀ, ਅਸ਼ਵਨੀ ਕੁਮਾਰ ਜੀ, ਜੋਗਿੰਦਰ ਲਾਲ ਜੀ, ਜਸਵੀਰ ਸਿੰਘ ਜੀ, ਕਮਲਦੀਪ ਸਿੰਘ ਜੀ, ਗੁੰਬਰ ਕਮਲਦੀਪ ਸਿੰਘ ਗੁੰਬਰ, ਬਹੁਤ ਜ਼ਿਆਦਾ ਇਹਨਾਂ ਨੇ ਵਰਕ ਕੀਤਾ, ਬਹੁਤ ਵਰਕ ਕੀਤਾ ਇਹਨਾਂ ਮੇਰੇ ਨਾਲ, ਪਿੰਕੀ ਵਿਦੇਸ਼ਾ ਜੀ, ਹਾਂਜੀ ਸਤਵੰਤ ਕੌਰ ਜੀ ਪਲੀਜ਼ ਆ ਜਾਓ ਸਟੇਜ 'ਤੇ, ਪਿੰਕੀ ਵਿਦੇਸ਼ਾ ਜੀ, ਸਤਵੰਤ ਕੌਰ ਜੀ, ਜਿਹਨਾਂ ਜਿਹਨਾਂ 'ਤੇ ਮੈਂ ਨਾਂ ਲਿਆ, ਪਲੀਜ਼ ਸਾਰੇ ਤੁਸੀਂ ਸਟੇਜ ਦੇ ਉੱਪਰ ਆ ਜਾਓ, ਆਪਾਂ ਇਹਨਾਂ ਦਾ ਸਾਰਿਆਂ ਦਾ ਸਨਮਾਨਿਤ ਕਰਨਾ। ਇਸ ਦੇ ਨਾਲ ਨਾਲ ਮੈਂ ਨਹੀਂ ਭੁੱਲਣਾ ਚਾਹਾਂਗਾ ਜਿਹੜੇ ਸਾਡੇ NRI ਭਰਾਵਾਂ ਨੇ ਉੱਥੋਂ ਫੋਨ ਕਰਕੇ ਕਿਹਾ ਕਿ ਅਸੀਂ ਦੁਨੀਆ 'ਚ ਬੜੇ ਮੇਲੇ ਲਾਉਂਦੇ ਹਾਂ, ਪਿੰਡ 'ਚ ਮੇਲਾ ਕਿਉਂ ਨਹੀਂ ਲਾਉਂਦੇ। ਇਸ ਕਰਕੇ ਅਸੀਂ ਅੱਜ ਪਹਿਲਾ ਸੱਭਿਆਚਾਰ ਮੇਲਾ ਲਾਇਆ, ਅਗਲੇ ਮੇਲੇ 'ਚ ਦੇਖਿਓ ਕੋਈ ਹੋਰ ਹੀ ਕਹਾਣੀਆਂ ਬਣਾ ਦੇਣੀਆਂ ਆਪਾਂ। ਮੈਂ ਧੰਨਵਾਦ ਕਰਦਾ ਖਲ ਤੋਂ ਪਹਿਲਾਂ ਯੂਕੇ ਤੋਂ ਲੰਡਨ ਤੋਂ ਸੁਖਵਿੰਦਰ ਸਿੰਘ ਘੁੰਮਣ ਜੀ, ਯੂਕੇ ਤੋਂ ਵਿੱਕੀ ਖੋਸਲਾ ਜੀ, ਬਰਮਿੰਗਮ ਤੋਂ, ਜਿਹਨਾਂ ਲੇਟ ਦਰਸ਼ਨ ਚੌਹਾਨ ਦੀ ਯਾਦ ਦੇ ਵਿੱਚ ਉਹਨਾਂ ਨੇ ਕਰਾਇਆ, ਗੁਰਨਾਮ ਸਿੰਘ ਜੀ ਦੁਲੇ ਜਿਹੜੇ ਕਿ ਲੰਡਨ ਤੋਂ, ਕਮਲਜੀਤ ਸਿੰਘ ਜੀ ਅਤੇ ਸਰਬਜੀਤ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਮਨਜੀਤ ਸਿੰਘ ਜੀ ਪ੍ਰਿੰਸ ਕੈਲੀਫੋਰਨੀਆ ਤੋਂ ਅਤੇ ਮਨੀਲੇ ਤੋਂ ਜਿਹੜੇ ਸਾਡੇ ਸਨ ਬਿੱਟਾ ਚੌਹਾਨ ਜੀ, ਜੀਵਨ ਕੁਮਾਰ ਜੀ, ਬਿਮਲ ਕੁਮਾਰ ਜੀ, ਰਜਿੰਦਰ ਕੁਮਾਰ ਜੀ, ਜਸਮੀਰ ਕੁਮਾਰ ਜੀ, ਜਗਦੇਵ ਲਾਲ ਜੀ, ਵਿਮਲ ਲਾਠੀ ਜੀ, ਗੋਵਿੰਦਾ ਜੀ, ਕਨੇਡਾ ਤੋਂ ਸਾਡੇ ਤਜਿੰਦਰ ਸਿੰਘ ਜੀ, ਦਲੇ ਪੱਪਾ ਜੀ, ਹਰਬੀਰ ਸਿੰਘ ਜੀ ਬੀਰੀ ਟੋਰਾਂਟੋ ਤੋਂ ਅਤੇ ਸ਼ਮਿੰਦਰ ਸਿੰਘ ਜੀ ਸ਼ੇਰਾ ਆਸਟ੍ਰੇਲੀਆ ਤੋਂ। ਮੈਂ ਇਹਨਾਂ ਨੂੰ ਵੀ ਕਹਾਂਗਾ ਕਿ ਪਲੀਜ਼ ਤੁਸੀਂ ਸਾਰੇ ਜਣੇ ਸਟੇਜ ਦੇ ਉੱਤੇ ਆ ਜਾਓ। ਸਟੀਵਨ ਕੁਮਾਰ ਜੀ, ਧੀਰਜ ਆਠੀ ਜੀ ਅਤੇ ਬਲਵੀਰ ਕੁਮਾਰ ਆਠੀ, ਉਹਨਾਂ ਦੀ ਵੀ ਯਾਦ ਦੇ ਵਿੱਚ ਉਹਨਾਂ ਨੇ ਇਸ ਮੇਲੇ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ। ਮੈਂ ਹੁਣ ਕਲਾਕਾਰਾਂ ਨੂੰ ਕਹਾਂਗਾ, ਕਲਾਕਾਰ ਉਹ ਵੀ ਸਾਰੇ ਸਟੇਜ ਦੇ ਉੱਤੇ ਆ ਜਾਓ ਅਤੇ ਆਪਾਂ ਸਾਰਿਆਂ ਨੇ ਅੱਜ ਰਲ ਮਿਲ ਕੇ ਸਨਮਾਨ ਕਰਨਾ। ਮੈਂ ਧੰਨਵਾਦ ਕਰਾਂਗਾ, ਸਾਡੇ ਵਿੱਚ ਪਹੁੰਚੇ ਹਨ ਸਰਬਜੀਤ ਸਿੰਘ ਜੀ ਮੱਕੜ ਜੀ, ਇਹ ਵੀ ਆਪਣੇ ਭਰਾਵਾਂ ਵਾਂਗੂ ਇਹਨਾਂ ਦਾ ਸਾਥ ਹੈ ਸਾਡੇ ਨਾਲ। ਸੁਖਜਾ ਵਿਰਕ ਸਾਹਿਬ ਜੀ, ਵਿਰਕ ਸਾਹਿਬ ਜੀ ਤੁਸੀਂ ਵੀ ਆ ਜਾਓ ਲਾਲੀ ਭਾਅ ਜੀ, ਆ ਜਾਓ ਸਾਰੇ ਸਟੇਜ 'ਤੇ ਤੁਸੀਂ, ਅਸੀਂ ਆਪਾਂ ਸਾਰਿਆਂ ਨੇ ਇਹਨਾਂ ਦਾ ਸਨਮਾਨ ਕਰਨਾ। ਆਪਣੀ ਸਾਰੀ ਟੀਮ ਹੈ, ਜਿਹਨਾਂ ਸਾਰੀ ਟੀਮ ਨੇ ਵਰਕਆਊਟ ਕੀਤਾ, ਮੈਨੂੰ ਪਤਾ ਜੇ ਮੈਂ ਕਿਸੇ ਦਾ ਨਾਮ ਹੀ ਲਿਆ ਹੋਵੇ ਤਾਂ ਤੁਸੀਂ ਆਪ ਆ ਸਕਦੇ ਹੋ। ਆ ਜਾਓ ਅਬੀ ਜੀ, ਆ ਜਾਓ ਪਿੰਕੀ ਜੀ, ਪਲੀਜ਼ ਆ ਜਾਓ ਤੁਸੀਂ ਵੀ, ਆ ਜਾਓ ਮੱਲੀ ਸਾਹਿਬ, ਆ ਜਾਓ ਸਾਰੇ ਜਣੇ, ਆ ਜਾਓ ਸਟੇਜ ਦੇ ਉੱਤੇ, ਆਪਾਂ ਇਹਨਾਂ ਦਾ ਸਾਰਿਆਂ ਦਾ ਹੀ ਜਿਹੜੇ ਇੱਥੋਂ ਆਏ ਨੇ ਸਨਮਾਨ ਕਰਨਾ ਇਹਨਾਂ ਦਾ। ਕਲਾਕਾਰ ਆ ਗਏ, ਕੋਈ ਨਹੀਂ, ਸ਼ੀਲ ਨਾ ਲਿਓ, ਚੀਮਾ ਸਾਨੂੰ ਬਾਅਦ 'ਚ ਦੇਣਾ, ਅਜੇ ਰਹਿਣ ਦਿਓ, ਇਕੱਠਿਆਂ ਤੋਂ ਬੋਲਦੇ ਹਾਂ ਪੱਟੀ। ਸਭ ਤੋਂ ਪਹਿਲਾਂ ਮੈਂ ਆਵਾਜ਼ ਮਾਰਾਂਗਾ ਭੱਟੀ ਭੜੀ ਵਾਲਾ ਜੀ, ਜਿਹੜੇ ਕਿ ਬਹੁਤ ਵਧੀਆ ਗੀਤ ਲਿਖਦੇ ਨੇ, ਬੜੇ ਹੀ ਕਲਾਕਾਰਾਂ ਨੇ ਉਹਨਾਂ ਦੇ ਗੀਤ ਗਾਏ ਨੇ। ਜੇ ਮੈਂ ਇਕੱਲੇ ਗੀਤ ਦਾ ਜੇ ਨਾਂ ਲੈਣ ਲੱਗ ਪਾਵਾਂ ਤਾਂ ਬੜਾ ਲੰਮਾ ਸਮਾਂ ਲੱਗ ਜਾਵੇਗਾ। ਮੈਂ ਭੱਟੀ ਭੜੀ ਵਾਲਾ ਜੀ ਨੂੰ ਕਹਿੰਦਾ ਕਿ ਛੇਤੀ ਤੋਂ ਛੇਤੀ ਗੁਜ਼ਾਰਿਸ਼ ਕਰਦਾ ਕਿ ਉਹ ਸਟੇਜ ਦੇ ਉੱਤੇ ਆ ਜਾਣ। ਭੱਟੀ ਭੜੀ ਵਾਲਾ ਜੀ, ਵੱਡੀਆਂ ਨਾਲੀ ਹੁਣੀ ਹੁਣੀ ਕਰਾ ਲਓ।
ਜ਼ੋਰਦਾਰ ਤਾੜੀਆਂ ਦੇ ਨਾਲ ਭੱਟੀ ਪੜੀ ਵਾਲਾ ਜੀ। ਆ ਜਾਓ ਮਲੀ ਸਾਹਿਬ, ਆ ਜਾਓ ਬਲਦੇ, ਆ ਜਾਓ ਸਟੇਜ ਦੇ ਉੱਤੇ, ਆ ਜਾਓ ਸਾਰੇ। ਹੁਣ ਇਸ ਤੋਂ ਜਿਹੜਾ ਅਗਲਾ ਜਿਹੜਾ ਮਾਣ ਸਨਮਾਨ ਹੈ ਸਾਡੇ ਵੱਡੇ ਭਾਅ ਜੀ, ਜਿਹਨਾਂ ਨੇ ਕਿ ਬੜਾ ਲੰਮਾ ਸਮਾਂ ਜਿਹੜੀ ਗਾਇਕੀ, ਜਿਹਨਾਂ ਦਾ ਕਿ ਹਰ ਇੱਕ ਦੇ ਜ਼ਬਾਨ ਦੇ ਉੱਤੇ ਗੀਤ, ਜਦੋਂ ਪਟਿਆਲੇ ਸ਼ਹਿਰ ਦੀ ਗੱਲ ਹੁੰਦੀ ਹੈ, ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛਫੁੱਟ ਗੱਭਰੂ ਨੇ ਸੋਹਣੇ, ਅਤੇ ਹੋਰ ਵੀ ਉਹਨਾਂ ਨੇ ਬੜੇ ਗੀਤ, ਅਜੇ ਤੱਕ ਵੀ ਉਹਨਾਂ ਦੀ ਜਿਹੜੀ ਆਵਾਜ਼ ਹੈ ਉਸ ਆਵਾਜ਼ ਦੇ ਵਿੱਚ ਉਹੀ ਦਮ ਹੈ ਜਿਹੜਾ ਕਿ ਅੱਜ ਤੋਂ ਕੋਈ 25-30 ਸਾਲ ਪਹਿਲਾਂ ਸੀ। ਸੋ ਤੁਹਾਡੀਆਂ ਜ਼ੋਰਦਾਰ ਨਿਵਾਰੀਆਂ ਬਾਈ ਹਰਦੀਪ ਜੀ ਪਟਿਆਲਾ। ਅਸੀਂ ਵਿਸ਼ੇਸ਼ ਧੰਨਵਾਦ ਸਾਡੇ ਵਿੱਚ ਮਹਿੰਦਰ ਭਗਤ ਜੀ, ਉਹ ਵੀ ਪਹੁੰਚੇ, ਉਹਨਾਂ ਦਾ ਵੀ ਅਸੀਂ ਮਾਣ ਸਨਮਾਨ ਕਰਨਾ ਵਿਰਖਿਆ ਜੇ ਇੱਥੇ ਬੈਠੇ ਤੇ ਉਹ ਵੀ ਸਟੇਜ ਤੇ ਆ ਜਾਣ। ਸਰਬਜੀਤ ਸਿੰਘ ਜੀ ਮੱਕੜ, ਪਲੀਜ਼ ਤੁਸੀਂ ਵੀ ਸਟੇਜ ਦੇ ਉੱਤੇ ਆ ਜਾਓ, ਆ ਜਾਓ ਇੱਧਰ, ਥੈਂਕ ਯੂ। ਬਹੁਤ ਬਹੁਤ ਵਧਾਈਆਂ ਭਾਅ ਜੀ, ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਹੁਣ ਮੈਂ ਸਟੇਜ ਦੇ ਉੱਤੇ ਬੁਲਾਉਣ ਜਾ ਰਿਹਾ, ਬੜੀ ਵਾਹਿਗੁਰੂ ਦੀ ਜਿਹਨਾਂ ਦੇ ਕਿਰਪਾ ਹੁੰਦੀ ਹੈ, ਜਿਹਨਾਂ ਨੂੰ ਕਿ ਮੈਂ ਕਹਾਂ ਕਿ ਜੀਰੋ ਤੋਂ ਸ਼ੁਰੂ ਕਰਕੇ ਐਂਡ ਤੱਕ ਸਿਖਰ ਕਰ ਦਿੱਤਾ, ਪੰਜਾਬੀ ਬੋਲੀ ਦੀ ਦੁਨੀਆ ਦੇ ਤੱਕ ਪਹਿਚਾਣ ਬਣਾਈ। ਅੱਜ ਦਿੱਲੀ ਦੇ ਸੈਂਟਰ ਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜਾ ਲੰਮਾ ਸਮਾਂ ਜਦੋਂ ਹਲੂਣਾ ਦੇਣ ਦੀ ਵੀ ਕੋਈ ਵਾਰੀ ਆਈ ਸੀ, ਪੱਤਾ ਪੱਤਾ ਸਿੰਘਾਂ ਦਾ ਵੈਰੀ ਉਹ ਵੀ ਗਾਇਆ, ਹੋਰ ਉਹਨਾਂ ਦੇ ਇੰਨੇ ਗੀਤ ਜਿਹੜੇ ਹਨ ਕਿ ਲੋਕ ਗੀਤ ਬਣ ਕੇ ਰਹਿ ਗਏ, ਕਿਉਂਕਿ ਕਹਿੰਦੇ ਹਨ ਮਾਂ ਆਪਣੇ ਪੁੱਤਰ ਨੂੰ ਸੀਸ ਦਿੰਦੀ ਹੈ ਕਿ ਤੂੰ ਲੋਕ ਗੀਤ ਜਿੰਨੀ ਤੇਰੀ ਉਮਰ ਹੋਵੇ। ਸੋ ਅੱਜ ਮੈਂ ਕਹਾਂਗਾ ਕਿ ਮੈਨੂੰ ਲੱਗਦਾ ਸੀ, ਮੈਂ ਅੱਜ ਇਹਨਾਂ ਨੂੰ ਫੋਨ ਵੀ ਨਹੀਂ ਕੀਤਾ, ਮੈਨੂੰ ਪਤਾ ਲੱਗ ਗਿਆ ਸੀ ਕਿ ਦਿੱਲੀ ਦੇ ਬਾਰਡਰ ਦੇ ਉੱਤੇ ਫਿਰ ਸਾਡੇ ਵੀਰਾਂ ਨੇ, ਕਿਸਾਨਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ, ਪਰ ਮੈਂ ਕਿਹਾ ਸੀ ਉੱਥੇ ਬੜਾ ਬਿਜ਼ੀ ਹੋਣਗੇ, ਸੋ ਇਹਨਾਂ ਨੇ, ਪਰ ਮੈਨੂੰ ਉਦੋਂ ਪਤਾ ਲੱਗਿਆ ਕਿ ਜਦੋਂ ਬਿਲਕੁਲ ਲਾਗੇ ਆ ਕੇ, ਮੈਨੂੰ ਕਈ ਵਾਰੀ ਇਹਨਾਂ ਕਲਾਕਾਰਾਂ ਦਾ ਇੰਨਾ ਜਿਹੜਾ ਮਾਣ ਹੈ, ਮੈਨੂੰ ਪਤਾ ਨਹੀਂ ਮੈਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ। ਜੇ ਮੈਂ ਇਹਨਾਂ ਨੂੰ ਵਿਆਹ 'ਤੇ ਐਲੇ ਤੋਂ ਯਾਦ ਕੀਤਾ, ਉਦੋਂ ਆਪਣੀਆਂ ਇਲੈਕਸ਼ਨਾਂ ਵਿੱਚ ਹੀ ਛੱਡ ਕੇ ਉੱਥੇ ਚਲੇ ਗਏ, ਹਰ ਫੰਕਸ਼ਨ ਦੇ ਵਿੱਚ ਪਹੁੰਚਦੇ ਹਨ ਮੇਰੇ ਜਿੰਨੇ ਵੀ ਸਤਿਕਾਰਯੋਗ ਵੀਰ ਹਨ। ਸੋ ਮੈਂ, ਮੇਰਾ ਭਰਾਵਾਂ ਵਰਗਾ ਦੋਸਤ ਜੇ ਮੈਂ ਉਹਨੂੰ ਕਹਾਂ, ਹੰਸਰਾ ਹੰਸੀ ਜਿਹੜੇ ਸਨ ਨਾ, ਉਹਨਾਂ ਦੀ ਗਾਇਕੀ ਇੱਥੋਂ ਸ਼ੁਰੂ ਹੋਈ ਸੀ। ਇੱਕ ਸਾਡੇ ਤਾਬੇ ਸ਼ਾਹ ਦੀ ਕੁਟੀਆ ਵੇ, ਇਹ ਉਹਦੇ ਸਾਈਕਲ ਦੇ ਟੁੱਟੇ ਜਿਹੇ ਸਾਈਕਲ ਦੇ ਆਉਂਦੇ ਹੁੰਦੇ ਸੀ, ਮੈਨੂੰ ਯਾਦ ਇਹਨਾਂ ਨੂੰ ਪਤਾ, ਸਾਈਕਲ ਦੇ ਪਿੱਛੇ ਹਾਰਮੋਨੀਅਮ ਰੱਖਿਆ ਹੋਣਾ ਅਤੇ ਇਹਨਾਂ ਨੇ ਗੀਤ ਗਾਉਣਾ। ਪਰ ਅੱਜ ਖੁੱਲੇ ਹੋ ਜਾਓ ਯਾਰ, ਖੁੱਲੇ ਖੁੱਲੇ
ਓਏ ਸ਼ੀਲ ਕਿੱਥੇ ਲਿਆ ਸ਼ੀਲ ਜਣ ਸੱਦੀ ਹੋਈ ਮਿੱਤਰਾਂ ਦੀ ਨੀ ਮੈਂ ਪੈਰ ਜੁੱਤੀ ਨਾ ਪਾਵਾਂ ਉਸ ਤਰੀਕੇ ਦੇ ਨਾਲ ਇਹ ਭੱਜਿਆ ਮੈਂ ਹੁਣ ਜ਼ਰੂਰ ਕਹਾਂਗਾ ਕਿਉਂਕਿ ਥੋੜਾ ਜਿਹਾ ਸਾਈਡ ਤੇ ਸੰਗਤ ਦੇ ਦਰਸ਼ਨ ਕਰਦੇ ਆ। ਸਭ ਤੋਂ ਪਹਿਲਾਂ ਤੇ ਫਤਿਹ ਕਬੂਲ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੇਰੇ ਬਚਪਨ ਦੇ ਭਾਈ ਦੋਸਤ ਕਲਾਸ ਫੈਲੋ ਨੇ, ਅਸੀਂ ਇਕੱਠੇ ਪੜ੍ਹੇ ਬਾਜਵਾ ਸਾਹਿਬ ਔਰ ਮੈਂ। ਦੇਖੋ ਬਾਅਦ 'ਚ ਵਾਕਫੀਅਤ ਦਾ ਘੇਰਾ ਬੜਾ ਵਸੀਹ ਵੱਧ ਜਾਂਦਾ ਹੈ, ਲੇਕਿਨ ਬਚਪਨ ਦੇ ਯਾਰ ਨਹੀਂ ਭੁੱਲਦੇ, ਬਚਪਨ ਦੇ ਦੋਸਤ ਨਹੀਂ ਭੁੱਲਦੇ। ਇਹਨਾਂ ਨੇ ਇੱਕ ਵਾਰੀ ਕਿਹਾ ਕਿ ਅਮਰੀਕਾ 'ਚ ਵਿਆਹ ਆ, ਐਲੇ ਆਪੇ ਜ਼ਿਕਰ ਕਰ ਰਿਹਾ ਸੀ, ਉਹ ਮੇਰੇ ਭਤੀਜੇ ਦਾ ਹੀ ਵਿਆਹ ਸੀ ਇਹਨਾਂ ਦੇ ਬੇਟੇ ਦਾ। ਮੈਂ ਕਿਹਾ ਜੀ ਮੈਂ ਆਇਆ, ਲਓ ਫੋਨ ਰੱਖੋ। ਔਰ ਰੱਬ ਦਾ ਸ਼ੁਕਰ ਆ, ਮੈਂ ਕੀ ਕਰਨਾ, ਰੱਬ ਦਾ ਸ਼ੁਕਰ ਹੈ ਕਿ ਮੈਂ ਉੱਥੇ ਪਹੁੰਚ ਗਿਆ ਐਲੇ ਲੋਸ ਐਂਜਲਿਸ। ਇਹ ਰਿਸ਼ਤੇ ਮਿਹਨਤ ਨਾਲ ਨਿਭਾਏ ਜਾਂਦੇ ਆ, ਅਤੇ ਅੱਜ ਦਾ ਆਉਣਾ ਤਾਂ ਬਹੁਤ ਹੀ ਮੁਸ਼ਕਿਲ ਸੀ। ਕਹਿੰਦੇ ਬੰਦਾ ਡਰੇ ਰੱਬ ਕੋਲੋਂ, ਰੱਬ ਡਰੇ ਜੱਟਾਂ ਕੋਲੋਂ, ਜੱਟ ਡਰਨ ਪਟਵਾਰੀ ਕੋਲੋਂ। ਉਹ ਬੜੀਆਂ ਰੁਕਾਵਟਾਂ ਸੀ, ਘੰਟੇ ਤੋਂ 20 ਕੁ ਲੱਗ ਗਏ ਆਉਣ ਨੂੰ, ਪਰ ਮੈਂ ਕਿਹਾ ਮੈਂ ਬਚਨੋ ਝੂਠੇ ਨਹੀਂ ਪੈਣਾ, ਮੇਰਾ ਵੀਰ ਆ। ਦੋਸਤ ਹਰ ਬੰਦਾ ਹੱਥ ਮਿਲਾਉਣ ਵਾਲਾ ਨਹੀਂ ਹੋ ਸਕਦਾ, ਵਾਕਫੀਅਤ ਹੋ ਸਕਦੀ ਹੈ। ਇਹ ਤਾਂ ਮੇਰੇ ਵੈਸੇ ਹੀ, ਮੇਰੀਆਂ ਅੱਖਾਂ ਆ, ਮੇਰੀ ਸੱਜੀ ਖੱਬੀ ਬਾਂਹ ਆ। ਬਾਜਵਾ ਸਾਹਿਬ ਲਈ ਜ਼ਰਾ ਤਾੜੀਆਂ ਮਾਰੋ। ਅਤੇ ਉਹ ਜਿਹੜੇ ਅੰਦੋਲਨ ਹੈ ਨਾ ਉੱਥੇ ਨਾਕਾ ਲੱਗਾ, ਉਹ ਮੈਂ ਜਦੋਂ ਬਹੁਤ ਭਖਿਆ ਹੁੰਦਾ ਕੰਮ, ਉਦੋਂ ਵੀ ਪਕੌੜੇ ਖਾਇਆ ਨਾ ਹੁੰਦਾ, ਨਾਲ ਗਾਲਾਂ ਵੀ ਖਾ ਲੈਂਦੀਆਂ ਦੋ ਚਾਰ। ਉਹਨਾਂ ਨੂੰ ਪਤਾ ਇਹ ਸਾਡਾ ਮਸਤ ਬੰਦਾ ਸਾਂਝਾ ਹੀ ਆ, ਇਹ MP ਘੱਟ ਆ, ਫਕੀਰ ਜ਼ਿਆਦਾ, ਅਤੇ ਮੇਰਾ ਲਿਹਾਜ਼ ਕਰ ਦਿੰਦੇ ਆ। ਅਤੇ ਗੱਲ ਇਹ ਆ ਕਿ ਮੈਂ ਜਦੋਂ ਹੁਣ ਸਾਹਮਣੇ ਬੈਠਾ ਸੀ ਅਤੇ ਸਰਬਜੀਤ ਸਿੰਘ ਚੀਮਾ ਸਾਹਿਬ ਮੇਰੇ ਬਹੁਤ ਪਿਆਰੇ ਵੀਰ, ਔਰ ਜਿਹੜੀ ਵੰਨਗੀ ਨੂੰ ਉਹ ਗਾ ਰਿਹਾ ਸੀ, ਗੱਡ ਕੇ ਗਾ ਰਿਹਾ ਸੀ, ਜ਼ੁਰਤ ਨਾਲ ਗਾ ਰਿਹਾ ਸੀ, ਜਿੱਦਾਂ ਦਾ ਪਿਆਰੇ ਇਨਸਾਨ ਹੈ ਉਨਾ ਹੀ ਅੱਛਾ ਗਾ ਰਿਹਾ ਸੀ, ਉਮਰ ਦਾ ਕਰਕੇ ਮੇਰਾ ਲਿਹਾਜ਼ ਕਰਦੇ ਆ, ਗਾਣੇ 'ਚ ਕੋਈ ਕਮੀ ਨਹੀਂ, ਬਹੁਤ ਸ਼ਾਨਦਾਰ। ਸਰਬਜੀਤ ਚੀਮੇ ਲਈ ਦਾ ਬਸ ਉਮਰ ਦਾ ਕਰਕੇ ਹੀ ਆ, ਕਿਆ ਪਰਫੋਰਮਰ ਆ, ਇਹਨਾਂ ਲਈ ਜ਼ਰਾ ਤਾੜੀਆਂ। ਅਤੇ ਸਾਡੇ ਸਰਪੰਚ ਸਾਹਿਬ, ਗਵਈਆਂ ਦੇ ਸਰਪੰਚ ਸਾਹਿਬ ਭਾਜੀ ਗਿੱਲ ਹਰਦੀਪ ਜੀ, ਹਰਦੀਪ ਸਿੰਘ ਜੀ ਸਰਪੰਚ ਸਾਹਿਬ, ਭੱਟੀ ਸਾਹਿਬ, ਸਾਰਿਆਂ ਨੂੰ ਵਧਾਈਆਂ। ਚੀਮਾ ਸਾਹਿਬ ਬਹੁਤ ਲਾਜਵਾਬ ਪਰਫੋਰਮੈਂਸ ਸੀ, ਅਤੇ ਲਾਲੀ ਭਾਜੀ ਦਾ ਪੱਜ ਨਾਲ ਮਿਲ ਲਿਆ। ਔਰ ਮੈਨੂੰ ਯਾਦ ਆ ਅੱਜ ਜਦੋਂ ਲਾਈ ਲੱਗ ਜਾ ਬਣ ਕੇ, ਮੈਂ ਇੱਥੋਂ ਇਲੈਕਸ਼ਨ ਲੜਿਆ ਸੀ, ਇੱਥੇ ਮੇਰਾ ਖਿਆਲ ਆਪਾਂ ਆਟਾ ਉੱਟਾ ਵੰਡਦੇ ਫਿਰਦੇ, ਮੈਂ ਮਿੰਨਤਾਂ ਪਾਉਂਦਾ ਸੀ, ਉਹ ਵੋਟਾਂ ਮੰਗਣੀਆਂ ਵੀ ਇੱਦਾਂ ਜਿੱਦਾਂ ਆਟਾ ਮੰਗੀ ਦਾ ਗਜ਼ਾ ਕਰੀ ਦੀ। ਅਤੇ ਅੱਜ ਇੱਕ ਹੋਰ ਬਹੁਤ ਪਿਆਰਾ ਬੰਦਾ ਮਿਲਿਆ, ਜਿਨ੍ਹਾਂ ਨੇ ਗਾਇਆ ਸੀ ਵੇਖੋ ਨਹੀਂ ਮੁੰਡਾ ਹੋ ਗਿਆ ਸ਼ੁਦਾਈ,
ਦਿਲ ਵੱਟੇ ਦੇਵੇ ਭੈੜਾ ਛੱਲੇ ਮੰਦੀਆਂ, ਸੁਖਵਿੰਦਰ ਪੰਛੀ ਹੋਣਾਂ ਲਈ ਵੀ ਤਾੜੀਆਂ ਮਾਰੋ। ਸਾਰੇ ਕਲਾਕਾਰ ਮੇਰੇ ਤੋਂ ਬਹੁਤ ਸੁਰੀਲੇ ਨੇ, ਉਂਝ ਉਮਰ ਅਮਰ ਦਾ ਕਰਕੇ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ। ਔਰ ਮੈਂ ਜਿੰਨੇ ਵੀ ਮੰਚ 'ਤੇ ਤਸ਼ਰੀਫ ਫਰਮਾ, ਮੇਰੇ ਮੁਅੱਜ਼ਜ਼ ਕਪਲਾ ਜੀ ਨੇ ਬੜਾ ਅੱਛਾ ਸੰਭਾਲੀ ਸਟੇਜ, ਆਸ਼ੂ ਜੀ ਨੇ, ਔਰ ਇੱਕ ਅਸੀਂ ਤਾਂ ਮਾੜੇ ਮੋਟੇ ਸਟਾਰ ਬਣਨ ਲਈ ਬੜਾ ਸੰਘਰਸ਼ ਕੀਤਾ, ਇੱਕ ਸਾਡੇ 'ਚ ਅੱਜ ਸੁਪਰ ਸਟਾਰ ਵੀ ਆ। ਮੈਂ ਇਹਨਾਂ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਇਆ, ਟੀ ਵੀ 'ਚ ਦੇਖਦਾ ਹੁੰਦਾ ਸੀ। ਇਹਨਾਂ ਲਈ ਜਰਾ ਤਾੜੀਆਂ ਮਾਰੋ, ਨੀਟੂ ਸ਼ਟਰਾਂ ਵਾਲੇ, ਇਹਨਾਂ ਦਾ ਸਨਮਾਨ ਕਰੋ। ਅਤੇ ਪ੍ਰੋਗਰਾਮ ਦਾ ਨਾਂ ਕਿੱਡਾ ਸੋਹਣਾ ਆ, ਸਾਂਝਾ ਪੰਜਾਬ, ਲਹਿੰਦਾ ਅਤੇ ਚੜ੍ਹਦਾ ਪੰਜਾਬ। ਜਿੱਥੇ ਵੀ ਪੰਜਾਬੀ ਬੋਲੀ ਜਾਂਦੀ, ਆਪਾਂ ਆਪਣੇ ਰਿਸ਼ਤੇਦਾਰ ਆਪਣੀ ਜ਼ੁਬਾਨ ਨੂੰ ਬਚਾਓ। ਜਿਹਨੇ ਜਿਹੜਾ ਜਿਹੜੀਆਂ ਕੌਮਾਂ ਆਪਣੀ ਜ਼ੁਬਾਨ ਭੁੱਲ ਜਾਂਦੀਆਂ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ। ਊੜਾ ਐੜਾ ਈੜੀ ਸੱਸਾ ਹਾਹਾ, ਉੱਥੇ ਦੇਖੋ ਫੱਟੀ ਲਿਖ ਕੇ ਲਾਈ ਹੋਈ, ਉੱਥੇ ਮੱਥਾ ਟਿਕਾਇਆ ਇਹਨਾਂ ਨੇ ਅੱਜ ਬਾਜਵਾ ਸਾਹਿਬ ਨੇ। ਆਪਣੀ ਜ਼ੁਬਾਨ ਨਾ ਭੁੱਲਿਓ ਲੋਕੋ। ਭਾਅ ਜੀ ਬੜੀ ਮਿਹਰਬਾਨੀ, ਮੱਕੜ ਸਾਹਿਬ ਵੀ ਤਸ਼ਰੀਫ ਲਿਆਏ, ਸਰਦਾਰ ਸਰਬਜੀਤ ਸਿੰਘ ਮੱਕੜ ਸਾਹਿਬ। ਔਰ ਇਹਨਾਂ ਨੂੰ ਮੈਂ ਫਿਰ ਸਾਖੀ ਸੁਣਾਉਣਾ ਉਹਨਾਂ ਇਲੈਕਸ਼ਨ ਵਾਲੀ, ਸ਼ਹੀਦੇ ਟੱਲੀ ਵਾਲੀ, ਉਹ ਬਾਅਦ 'ਚ ਸੁਣਾਵਾਂਗਾ। ਚੰਗਾ ਮੈਨੂੰ ਬਹੁਤ ਲੱਗ ਰਿਹਾ, ਬਸਤੀ ਬਾਵਾ ਖੇਲ ਇਹਨਾਂ ਨੇ ਦੱਸਿਆ, ਇੱਥੇ ਬਾਬਾ ਜੀ ਹੁੰਦੇ ਸੀ ਉਦੋਂ ਮੈਂ 5ਵੀਂ 6ਵੀਂ 'ਚ ਪੜ੍ਹਦਾ ਸੀ, ਆਪਾਂ ਇਕੱਠੇ ਹੁੰਦੇ ਸੀ। ਅਤੇ ਬਾਬਾ ਤਾਬੇ ਸ਼ਾਹ ਜੀ ਦਾ ਡੇਰਾ ਸੀ, ਹੁਣ ਮੈਨੂੰ ਪਤਾ ਨਹੀਂ ਕਿੱਧਰ ਹੋਏਗਾ। ਅੱਛਾ, ਸ਼ਫੀਪੁਰੋਂ ਮੈਂ ਤੁਰ ਕੇ ਹੀ ਆਉਂਦਾ ਹੁੰਦਾ ਸੀ, ਸਾਈਕਲ ਜਦੋਂ ਲੈ ਲਿਆ ਉਦੋਂ ਤਾਂ ਬਹੁਤ ਤਰੱਕੀ ਕਰ ਲਈ ਸੀ, ਨਹਿਰੇ ਨਹਿਰੀ ਡਾਂਡੇ ਮੀਂਡੇ ਪੈ ਜਾਈਦਾ ਸੀ। ਸਾਰੀ ਜ਼ਿੰਦਗੀ, ਅੱਧੀ ਜ਼ਿੰਦਗੀ ਤਾਂ ਮੈਂ 11 ਨੰਬਰ ਬੱਸ 'ਤੇ ਤੁਰਿਆ ਪੈਦਲ ਹੀ, ਅਤੇ ਆਖਿਰ ਤੁਹਾਡੀਆਂ ਸੀਸਾਂ ਲੱਗ ਗਈਆਂ, ਗਰੀਬ 'ਤੇ ਰਹਿਮਤ ਹੋ ਗਈ ਉਹਦੀ, ਉਹ ਚਾਹੇ ਤਾਂ ਕੁਛ ਵੀ ਕਰ ਸਕਦਾ। ਬਾਕੀ ਮੈਂ ਜਦੋਂ ਜਲੰਧਰ ਐਂਟਰ ਹੁੰਦਾ ਅਤੇ MP ਨੂੰ ਮੈਂ ਬਾਰਡਰ 'ਤੇ ਰੱਖਿਆ ਹੁੰਦਾ, ਮੈਂ ਕਿਹਾ ਜਾਂਦੇ ਹੋਏ ਲੈ ਜਾਵਾਂਗੇ ਉੱਥੇ, ਆਪਣੇ ਨੋਰਮਲ ਆਪਣੇ ਵੀਰ ਬਣ ਕੇ ਜਾਣਾ, ਭੈਣਾਂ ਦੇ ਵੀਰ ਅਤੇ ਭਾਈਆਂ ਦੇ ਦੋਸਤ, ਕੋਈ ਰੁਤਬੇ ਇਹ ਫਾਰ ਸਾਈਡ। ਮੈਂ ਤਾਂ ਪਰਾਲਬਧ ਭੁਗਤ ਰਿਹਾ, ਤੁਹਾਨੂੰ ਪਤਾ ਮੈਂ ਪੋਲੀਟੀਸ਼ੀਅਨ ਨਹੀਂ, ਸਿਆਸਤਦਾਨ ਨਹੀਂ। ਬੜੀ ਮਿਹਰਬਾਨੀ, ਇੰਨੀ ਇੱਜ਼ਤ ਅਫਜ਼ਾਈ ਲਈ, ਸਾਰੇ ਫਨਕਾਰਾਂ ਨੂੰ ਜਿਨ੍ਹਾਂ ਨੂੰ ਵੀ ਸਨਮਾਨ ਮਿਲਿਆ, ਉਹਨਾਂ ਨੂੰ ਵੀ ਬਹੁਤ 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 ਸ਼ੁਕਰੀਆ, ਥੈਂਕ ਯੂ। ਓ ਵਾਹ, ਗੁੱਡ ਨਿਊਜ਼, ਮੇਰੇ ਬਹੁਤ ਪਿਆਰੇ, ਖੂਬਸੂਰਤ ਅਤੇ ਖੂਬਸੀਰਤ ਸਰਦਾਰ ਸਰਬਜੀਤ ਸਿੰਘ ਚੀਮਾ ਦੀ ਐਲਬਮ ਆ ਰਹੀ ਆ। ਅੱਜ ਕੱਲ੍ਹ ਤਾਂ ਰੀਲਾਂ ਦੋ ਸਕਿੰਟ ਦੀਆਂ ਪਾਈ ਜਾਂਦੇ, 14 ਗੀਤ ਜੱਟ ਨੇ ਗਾਏ, ਤਾੜੀਆਂ ਮਾਰ ਦਿਓ। ਇਹ 15 ਤਰੀਕ ਨੂੰ, 13 ਗੀਤ ਆ ਤੇ 15 ਤਰੀਕ ਨੂੰ ਆਉਣਾ, ਤੇ ਸੁਣਿਓ ਜਰਾ ਰੂਹ ਨਾ। ਬਹੁਤ ਬਹੁਤ ਸ਼ੁਕਰੀਆ ਬਾਜਵਾ ਸਾਹਿਬ, ਓਕੇ ਜੀ, ਆ ਗਿਆ ਜੀ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ, ਆਪਣਾ ਮਾਨ ਸਨਮਾਨ ਤੁਸੀਂ ਵੀ ਲੈ ਲਓ। ਜ਼ੋਰਦਾਰ ਤਾੜੀਆਂ ਜੀ। ਇਹਨਾਂ ਦੀ ਜਿਹੜੀ ਟੇਪ, ਇਹ ਵੀ ਸਾਰਿਆਂ ਨੇ ਤੁਸੀਂ ਜ਼ਰੂਰ ਸੁਣਨੀ ਹੈ, ਬਹੁਤ ਵਧੀਆ ਭੰਗੜੇ ਦੇ ਗੀਤ, ਸੱਭਿਆਚਾਰ ਦੇ ਗੀਤ, ਜਿੱਦਾਂ ਦੇ ਹਮੇਸ਼ਾ ਚੀਮਾ ਸਾਹਿਬ ਦੇ ਹੁੰਦੇ ਰਹੇ ਨੇ। ਸੋ ਨੀਟੂ ਸ਼ਟਰਾਂ ਵਾਲਾ ਲੱਗਦਾ ਅਗਲੀ ਵਾਰੀ 10-15 ਵੋਟਾਂ ਵੱਧ ਪੈ ਜਾਣਗੀਆਂ, ਹੈ ਨਾ ਜੀ? ਏਦਾਂ ਨਹੀਂ ਜੀ, ਚੀਮਾ ਸਾਹਿਬ ਮੈਂ ਹੁਣ ਕੀ ਗਾਵਾਂ, ਗਾਓ ਤੁਸੀਂ ਗਾਓ ਨਾ,
ਚੱਲ ਪਊਗੀ ਰਾਗ ਨੀਟੂ ਜੀ ਚੱਲ ਪਊ ਗਾਵਾਂ ਮਾੜਾ ਜਿਹਾ ਲੋ ਵਜਾਓ ਵੀ ਬਾਜਾ ਬੂਜਾ ਮਾੜਾ ਮੋਟਾ ਵਾਹ ਰਾਗ ਵੀ ਮੇਰੇ ਵਾਲਾ ਸ਼ੁਰੂ ਕਰਤਾ ਵੈਰੀ ਗੁੱਡ ਸਕੇਲ ਕਿਹੜਾ ਪਹਿਲਾ ਕਾਲਾ ਲੋ ਬਈ ਇਹ ਤੇ ਇੱਦਾਂ ਜਿੱਦਾਂ ਰੁਮਾਲੀ ਟੰਗ ਦਿੱਤੀ ਹੋਵੇ ਮੇਰ ਦੀ ਇਹਨੂੰ ਕਹੋ ਘੋਲੋ ਘੋਲ ਹੁਣ ਮੇਰੇ ਤਾਂ ਛੋਟੇ ਵੀ ਮੇਰਾ ਤਾਂ ਪੋਤਰਾ ਵੀ ਹੁਣ ਗਾਉਂਦਾ ਮੇਰੇ ਪਿਆਰੇ ਬੀਜੀ ਸਾਹਮਣੇ ਬੈਠੇ ਆ ਬੜਾ ਤੁਸੀਂ ਮੇਰੇ ਲਈ ਤਕਲੀਫਾਂ ਕੀਤੀਆਂ ਸੀ ਮੈਂ ਲਾਈ ਲੱਗ ਜਾ ਇਲੈਕਸ਼ਨ ਲੜ ਪਿਆ ਸਾਰੇ ਯਾਰਾਂ ਦੋਸਤਾਂ ਨੂੰ ਆਪਣੇ ਭੈਣਾਂ ਭਰਾਵਾਂ ਨੂੰ ਇੰਨਾ ਵਕਤ 'ਚ ਪਾਇਆ ਮੈਂ ਇੱਥੇ ਇਹਨਾਂ ਨੇ ਬਹੁਤ ਤਕਲੀਫ ਦਿੱਤੀ ਕੀਤੀ ਸੀ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਆ ਲਓ ਮੈਂ ਇੱਕ ਦੋ ਮਿਸਰੇ ਕਹਿ ਦਿੰਦਾ ਵਜਾਓ ਜ਼ਰਾ ਸੀਮਾ ਸਾਹਿਬ ਸਰਪੰਚ ਸਾਹਿਬ ਭਰ ਕੇ ਵਜਾਓ ਜ਼ਰਾ ਵਾਜਾ ਇਜਾਜ਼ਤ ਜੀਮ ਜੀਂਦਿਆਂ ਨੂੰ ਕਾਨੂੰ ਮਾਰਦਾ ਏ ਬਿਨਾਂ ਗਾਉਣ ਤੋਂ ਤਾੜੀਆਂ ਦਾ ਮਜ਼ਾ ਨਹੀਂ ਆਉਂਦਾ ਹੁਣ ਹੁਣ ਚੰਗਾ ਲੱਗਾ ਹੁਣ ਗਾਣਾ ਗਾ ਕੇ ਹੁਣ ਜੀਮ ਜੀਂਦਿਆਂ ਨੂੰ ਕਾਨੂੰ ਮਾਰਦਾ ਏ ਜੇਕਰ ਮੋਇਆਂ ਨੂੰ ਨਹੀਂ ਜਵਾਉਣ ਜੋਗਾ ਰਲੀਆਂ ਰੂਹਾਂ ਨੂੰ ਕਾਨੂੰ ਵਿਛੋੜਦਾ ਏ ਜੇਕਰ ਵਿਛੜੇ ਨਹੀਂ ਮਿਲਾਉਣ ਜੋਗਾ ਉਹ ਦਰਿਆ ਏ ਫਕੀਰ ਨੂੰ ਕਿਉਂ ਝਿੜਕਦਾ ਏ ਜੇਕਰ ਪੱਲਿਓ ਖੈਰ ਨਹੀਂ ਪਾਉਣ ਜੋਗਾ ਮੁਹੰਮਦ ਬੂਟਿਆ ਕਿਉਂ ਵਧੀਆ ਤੇ ਲੱਕ ਬੱਧਾ ਜੇਕਰ ਨੇਕੀਆਂ ਨਹੀਂ ਕਮਾਉਣ ਜੋਗਾ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਹੱਥ ਉੱਪਰ ਉੱਠ ਕੇ ਉਠਾ ਕੇ ਵਾਜਾਂ ਮਾਰੀਆਂ ਵਾਜਾਂ ਮਾਰੀਆਂ ਵਾਜਾਂ ਮਾਰੀਆਂ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਵਾਜਾਂ ਮਾਰੀਆਂ ਉਹ ਵਾਜਾਂ ਮਾਰੀਆਂ ਦੇਖਣਾ ਜਰਾ ਜ਼ਿੰਦਗੀ ਦਾ ਸੱਚ ਕੌੜਾ ਮੈਨੂੰ ਆਸਾਂ ਦੀਆਂ ਸਾਹਮਣੇ ਖਲਾਰ ਕੇ ਮੈਨੂੰ ਆਸਾਂ ਦੀਆਂ ਬੇੜੀਆਂ ਚ ਤਾਰ ਕੇ ਵੇਖਦਾ ਰਿਹਾ ਮੈਨੂੰ ਸਾਹਮਣੇ ਖਲਾਰ ਕੇ ਗੋਤੇ ਖਾਣ ਲੱਗਾ ਗੋਤੇ ਖਾਣ ਲੱਗਾ ਜਦੋਂ ਵਿਚਕਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਉਹ ਵਾਜਾਂ ਮਾਰੀਆਂ ਹਾਂਜੀ ਬੱਲੇ ਨਾਗਰਾ ਸਾਹਿਬ ਆ ਗਿਆ ਲਓ ਜੀ ਤੁਹਾਡੇ ਲਈ
ਖੜੇ ਤੈਨੂੰ ਪਿੱਟਦਿਆਂ ਸੱਪ ਦੀ ਲਿਕੇ ਨੀ ਫੌਜਦਾਰੀ ਕੇਸ ਵਿੱਚ ਪੈਂਦੀ ਏ ਤਰੀਕੇ ਨੀ ਜਦੋਂ ਦਿਲ ਕੀਤਾ ਘਰ ਸਮਨ ਬੁਲਾ ਲਿਆ ਬਾਜਵਾ ਜੀ ਸਾਨੂੰ ਤੇਰੇ ਸ਼ਹਿਰ ਦਿਆ ਕਿਹੜਿਆਂ ਨੇ ਖਾ ਲਿਆ ਸਾਨੂੰ ਤੇਰੇ ਸ਼ਹਿਰ ਦਿਆ ਕਿਹੜਿਆਂ ਨੇ ਖਾ ਲਿਆ ਹਾਂਜੀ ਜਦੋਂ ਤੁਹਾਨੂੰ ਦੇਖਦੇ ਆ ਹੁਣ ਦਿਲ ਚੋਰੀ ਸਾਡਾ ਹੋ ਗਿਆ ਕਰੀਏ ਕੀ ਕਰੀਏ ਦਿਲ ਚੋਰੀ ਸਾਡਾ ਹੋ ਗਿਆ ਕੀ ਕਰੀਏ ਕੀ ਕਰੀਏ ਦਿਲ ਚੋਰੀ ਸਾਡਾ ਹੋ ਗਿਆ ਕੀ ਕਰੀਏ ਨੈਣੋ ਮੈਂ ਕਿਸੇ ਕੇ ਖੋ ਗਿਆ ਕੀ ਕਰੀਏ ਦੇਖੋ ਠੋਟੀ ਉੱਤੇ ਦਿਲ ਤੇਰੀ ਬਾਤ ਮੋਰਨੀ ਥੋੜੀ ਤੇ ਦਿਲ ਤੇਰੀ ਬਾਤ ਮੋਹਣੀ ਥੋੜੀ ਉੱਤੇ ਦਿਲ ਤੇਰੀ ਬਾਤ ਮੋਹਣੀ ਤੂੰ ਮੱਥੇ ਉੱਤੇ ਚੰਦ ਖੁਣਵਾਈ ਫਿਰਦੀ ਮੱਥੇ ਤੇ ਚੰਦ ਖੁਣਵਾਈ ਫਿਰਦੀ ਨੀ ਵਣ ਜਾਰਨ ਕੁੜੀਏ ਜੀ ਵਣ ਜਾਰਨ ਕੁੜੀਏ ਜੀ ਵਣ ਜਾਰਨ ਕੁੜੀਏ ਜੀ ਵਣ ਜਾਰਨ ਕੁੜੀਏ ਇੱਕ ਹੋਰ ਮਿਸਰਾ ਸੁਣੋ ਲਾਲੀ ਨੈਣਾ ਚ ਲਾਲੀ ਨੈਣਾ ਚ ਲਾਲੀ ਨੈਣਾ ਚ ਰੜਕਦੀ ਛੱਡ ਗਏ ਨੈਣਾ ਚ ਰੜਕਦੀ ਛੱਡ ਸੁਪਨੇ ਗੁਲਾਬੀ ਰੰਗ ਦੇ ਕੋਲ ਲੰਘਦੀ ਛਣਕ ਛਣ ਛਣ ਕੇ ਪਵਾੜੇ ਸੋਹਣੇ ਆਦੀ ਵੰਗ ਦੇ ਪਵਾੜੇ ਸੋਹਣੇ ਆਦੀ ਵੰਗ ਦੇ ਪਵਾੜੇ ਸੋਹਣੇ ਆਦੀ ਵੰਗ ਦੇ ਖੁਸ਼ੀ ਦਾ ਮੌਕਾ ਹੈ ਥੋੜਾ ਜਿਹਾ ਨੱਚਣ ਕੁੱਦਣ ਮਨ ਕਚਾਓ ਜ਼ਰਾ ਖੁੱਲ੍ਹ ਕੇ ਤਾੜੀਆਂ ਵੀ ਮਾਰ ਲੈਣ ਬੈਠੇ ਬੈਠੇ ਬੇਸ਼ੱਕ ਨੱਚ ਲੈਣ ਦੇਖੋ ਇੱਕ ਵਨਗੀ ਆ ਬੋਲੀਆਂ ਆਉਣ ਨੇਰੀਆਂ ਜਾਣ ਨੇਰੀਆਂ ਆਉਣ ਨੇਰੀਆਂ ਜਾਣ ਨੇਰੀਆਂ ਆਉਣ ਨੇਰੀਆਂ ਜਾਣ ਨੇਰੀਆਂ ਉਹ ਸਿੰਘਾ ਪਿੰਡ ਦੇ ਵਿਚਾਲੇ ਗੱਲਾਂ ਹੋਣ ਨੇਰੀਆਂ ਮੇਲੇ ਦਾ ਥੀਮ ਹੈ ਕਹਿੰਦਾ ਇਹ ਪੰਜਾਬ ਵੀ ਮੇਰਾ ਹੈ ਉਹ ਪੰਜਾਬ ਵੀ ਮੇਰਾ ਹੈ ਇਹ ਸਤਲੁਜ ਵੀ ਮੇਰਾ ਹੈ ਉਹ ਚਨਾਬ ਵੀ ਮੇਰਾ ਹੈ ਦੇਖੋ ਕੈਸੀ ਅਰਜ਼ਾ ਇੱਧਰ ਯਮਲਾ ਮੇਰਾ ਏ ਉੱਧਰ ਨੁਸਰਤ ਮੇਰਾ ਏ ਇੱਧਰ ਨੁਸਰਤ ਮੇਰਾ ਏ ਉੱਧਰ ਆਲਮ ਮੇਰਾ ਏ ਖੋਲਿਆ ਜੋ ਸਾਡੇ ਕੋਲੋਂ ਨਨਕਾਣਾ ਮੋੜ ਦਿਓ ਓਏ ਹੱਦਾਂ ਤੋੜ ਦਿਓ ਸਰਹੱਦਾਂ ਤੋੜ ਕਾਣਾ
ਹੱਦਾਂ ਮੋੜ ਦਿਓ, ਹੱਦਾਂ ਤੋੜ ਦਿਓ, ਸਰਹੱਦਾਂ ਤੋੜ ਦਿਓ, ਨੱਚਣ ਤੋਂ ਪਹਿਲਾਂ ਦੇਖੋ ਕੋਈ ਕੋਈ ਗਾਣਾ ਹੁੰਦਾ ਇਹਨੂੰ ਅੰਗਰੇਜ਼ ਵੀ ਗਾਉਂਦੇ, ਦੱਸੋ ਪਠਾਨ ਵੀ ਉੱਧਰ ਇੱਕ ਬੈਂਡ ਹੈ। ਨੱਚਣ ਤੋਂ ਪਹਿਲਾਂ ਸਭ ਲਹਿਲੋਂ ਇੱਕ ਬੁਕਾ ਦੇ ਆਗੇ, ਨੱਚਣ ਤੋਂ ਪਹਿਲਾਂ ਬੁਕਾ ਦੇ ਆਗੇ, ਸਭ ਲਹਿਲੋਂ ਇੱਕ ਬੁਕਾ ਦੇ ਆਗੇ, ਇੱਕ ਸੋਨੇ ਦਾ ਲੜੀ ਚੱਲ ਰਹੀ ਸੀ ਗੀਤਾਂ ਦੀ। ਸਰਬਜੀਤ ਚੀਮਾ ਜੀ, ਮੈਂ ਗੁਜ਼ਾਰਿਸ਼ ਕਰਾਂਗਾ ਸਾਡੇ ਗਿੱਲ ਹਰਦੀਪ ਜੀ ਬਾਈ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛਪੁੱਟ ਗੱਭਰੂ ਨੇ ਸੋਹਣੇ, ਸੋ ਸੁਪਰਹਿੱਟ ਫਨਕਾਰ ਕਲਾਕਾਰ ਗਾਇਕੀ ਦੇ ਖੇਤਰ ਦੇ ਵਿੱਚ, ਸੋ ਸੁਖਵਿੰਦਰ ਪੰਛੀ, ਵੇਖੋ ਨਹੀਂ ਵੇਖੋ ਮੁੰਡਾ ਹੋ ਗਿਆ ਸ਼ੁਦਾਈ, ਛੱਲੇ ਮੁੰਦੀਆਂ ਦਿਲਵੱਟੇ ਦੇ ਵੀ ਭੇੜਾ, ਸਾਬੀ ਮੇਰਾ ਵੀਰ ਬਿੱਲਾ ਬਾਈ ਬਿੱਲਾ ਡੀ ਜੇ ਸਾਬੀ ਭਾਜੀ, ਥੈਂਕ ਯੂ। ਸੋ ਸਾਰਿਆਂ ਦਾ ਧੰਨਵਾਦ ਹੈ ਜੀ, ਹਾਲੇ ਬਹੁਤ ਕਲਾਕਾਰ ਹੈ ਤੁਹਾਡੀ ਸੇਵਾ 'ਚ। ਸੋ ਇੰਟਰਨੈਸ਼ਨਲ ਗਾਇਕ ਸੁਖਵਿੰਦਰ ਪੰਛੀ ਜੀ, ਸਰਬਜੀਤ ਚੀਮਾ ਜੀ, ਔਰ ਉਹਨਾਂ ਤੋਂ ਬਾਅਦ ਫਿਰ ਸਾਡੇ ਗਿੱਲ ਹਰਦੀਪ ਜੀ, ਸੁਖਵਿੰਦਰ ਪੰਛੀ ਜੀ। ਅਗਲੇ ਸਾਲ ਮੈਂ ਹਾਜ਼ਰੀ ਲਵਾਊਂਗਾ, ਮੈਂ ਚੰਡੀਗੜ੍ਹ ਪਹੁੰਚਣਾ। ਮੈਂ ਬਾਜਵਾ ਸਾਹਿਬ ਦਾ ਬਹੁਤ ਧੰਨਵਾਦੀ ਹਾਂ, ਮੇਰਾ ਛੋਟਾ ਅਜ਼ੀਜ਼ ਹੈ, ਇਹ ਮੇਲੇ 'ਚ ਹੀ ਫਿਰ ਰਹਿੰਦਾ, ਮੈਂ ਹੀ ਦਿੱਤੀ ਸੀ ਇਹਨੂੰ। ਅਤੇ ਬਲਵਿੰਦਰ ਬਾਜਵਾ ਸਾਹਿਬ, ਬਾਈ ਗੁਰਮੀਤ ਹਣੀ, ਮੇਜਰ ਭੱਟਲ, ਜਤਿੰਦਰ ਭਾਅ ਜੀ, ਵਿਰਦੀ ਸਾਹਿਬ, ਸਾਡਾ ਮਿਰਜ਼ਾ, ਮੈਂ ਸਾਰਿਆਂ ਦਾ ਤਹਿ ਦਿਲ ਸ਼ੁਕਰਗੁਜ਼ਾਰ ਹਾਂ ਕਿ ਬਾਜਵਾ ਬਾਈ ਦਾ ਬਹੁਤ ਵਧੀਆ ਉਪਰਾਲਾ। ਜੀ ਪੀ ਬਾਈ ਜੀ, ਹੋਰ ਧਾਰੀਵਾਲ ਸਾਹਿਬ ਫਰੀਦਾ ਤੋਂ ਆਏ ਹੋ ਸਾਰਾ ਮਹਿਮਾਨਾਂ ਦਾ, ਭੱਟੀ ਸਾਹਿਬ, ਭੱਟੀ ਭੜੀ ਵਾਲੇ ਦਾ ਜੋ ਯਾਰ ਹਰਦੀਪ, ਉੱਚਾ ਲੰਮਾ ਸੋਹਣਾ ਸਰਦਾਰ ਹਰਦੀਪ, ਐਵੇਂ ਤਾਂ ਨਹੀਂ ਇਹਨੂੰ ਸਰਪੰਚ ਆਖਦੇ, ਸਰਪੰਚੀ ਵੀ ਚਲਾਉਣ ਵਾਲਾ ਢੰਗ ਚਾਹੀਦਾ। ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ, ਅਸੀਂ ਜਿੱਧਰੋਂ ਵੀ ਇੱਕ ਵਾਰੀ ਲੰਘ ਜਾਈਦਾ। ਸਰਬਜੀਤ ਚੀਮਾ ਬਹੁਤ ਸੋਹਣਾ ਮੇਰਾ ਅਜ਼ੀਜ਼ ਹੈ, ਸੁਖਵਿੰਦਰ ਪੰਛੀ ਇਹ ਹਾਜ਼ਰੀ ਲਵਾਉਣਗੇ, ਅਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਆਲੋ ਜੀ, ਆਲੋ ਜੀ, ਆਪਣਾ ਸਟੇਜ ਸੈਕਟਰੀ ਸਾਹਿਬ ਆਲੋ ਪਲੀਜ਼। ਥੈਂਕ ਯੂ ਭਾਈ ਗਿੱਲ ਹਰਦੀਪ ਜੀ, ਤਾਂ ਥੋੜ੍ਹੀ ਸਟੇਜ ਖਾਲੀ ਕਰ ਦੇਣ। ਇੱਦਾਂ ਕਿੱਦਾਂ ਹੋ ਸਕਦਾ, ਕਿਵੇਂ ਹੋ ਸਕਦਾ, ਤੁਸੀਂ ਸਬੱਬੀ ਮਿਲਦੇ ਹੋ, ਅਸੀਂ ਲੋਕ ਤਰਸਦੇ ਰਹਿੰਦੇ ਹਾਂ ਕਿ ਜਦੋਂ ਮੇਲੇ ਇਕੱਠੇ ਹੋਣਗੇ ਮੇਲਿਆਂ 'ਚ। ਇਹ ਸਵਾਲ ਬਾਈ ਕਿੰਨੇ ਕਿੰਨੇ ਸੁਣਨੇ ਸ਼ਹਿਰ ਪਟਿਆਲੇ ਦੇ, ਖੁੱਲ੍ਹ ਕੇ ਤਾਲੀਆਂ ਵਜਾ ਦਿਓ ਇੱਕ ਵਾਰੀ ਸਾਡੇ ਬਾਈ ਜੀ ਦੇ ਲਈ। ਸੋ ਪਲੀਜ਼ ਇੱਦਾਂ ਨਹੀਂ ਜਾਣ ਦੇਣਾ, ਸਾਰਿਆਂ ਨੇ ਜਾਣ ਦੇਣਾ। ਗੋਲੂ ਕਿੱਥੇ ਆ, ਸਟੇਜ ਖਾਲੀ ਕਰਾ ਦੋ।
ਸਾਡੀ ਕੁੜੀ ਕਹਿੰਦੀ ਗਾ ਕੇ ਜਾਣਾ ਪੈਣਾ, ਮੈਂ ਤੇ ਲਿਆ ਹਨੇਰੀਆਂ। ਕੱਲ ਮਹਿਲ ਸਿੰਘ ਭੁੱਲਰ ਸਾਹਿਬ ਦੇ ਪੋਤੇ ਦਾ ਸੀਗਾ ਵਿਆਹ, ਸਵੇਰੇ 3 ਵਜੇ ਗਿਆ ਮੈਂ। ਹੈਲੋ, ਮੈਂ ਤੇ ਲਖਵਿੰਦਰ ਵਡਾਲੀ ਸੀ ਉੱਥੇ ਪਟਿਆਲੇ 'ਚ। ਯਾਰੀ ਜੁੱਟਦੀ ਤੂੰ ਤਾਂ ਮੋਛਾ ਤੇ ਕਦੇ ਨੀ ਵਿਚਾਲਿਆਂ ਟੁੱਟਦੀ। ਸਟੇਜ ਖਾਲੀ ਕਰ ਦਿਓ ਪਲੀਜ਼। ਇਹ ਜਿਹੜੇ ਬਿਰਧੀ ਸਾਹਿਬ ਮੇਰੇ ਭਰਾ ਸਾਹਮਣੇ ਬੈਠੇ ਆ 6.5-6 ਫੁੱਟ ਵਾਲੇ, ਇਹਨਾਂ ਹਿੰਦੁਸਤਾਨ ਵਾਸਤੇ ਬਹੁਤ ਕੁਛ ਕੀਤਾ, ਇਹਨਾਂ ਵਾਸਤੇ ਤਾੜੀ ਮਾਰੋ। ਇਹਨਾਂ ਬਾਰਡਰਾਂ ਤੇ ਲੜਾਈਆਂ ਲੜੀਆਂ, ਬਲਵਿੰਦਰ ਸਿੰਘ ਬਾਜਵਾ BS ਬਾਰਡਰ ਸਕਿਉਰਟੀ ਫੋਰਸ DIG, ਗੁਰਮੀਤ ਸਿੰਘ ਇੰਡੀਆ ਦਾ ਸ਼ਾਰਟ ਪੁੱਟਰ, ਬਾਜਵਾ ਸਾਹਿਬ ਲੌਂਗ ਜੰਪਰ 400 ਮੀਟਰ, ਮੇਜਰ ਸਿੰਘ ਭੱਠਲ, ਬੀਬੀ ਭੱਠਲ ਜਿਹੜੇ CM ਪੰਜਾਬ ਦੇ ਰਹੇ, ਉਹਨਾਂ ਦੇ ਭਤੀਜਾ ਸਾਹਿਬ ਨੇ। ਬਿਰਧੀ ਸਾਹਿਬ ਦਾ ਰੀਅਲ ਸਟੇਟ ਦਾ ਬਹੁਤ ਵੱਡਾ ਕੰਮ ਹੈ, ਮਿਰਜ਼ਾ ਸਾਨੂੰ ਬਹੁਤ ਘੁਮਾਇਆ ਇਹਨੇ ਮਿਰਜ਼ੇ ਨੇ। ਸਟੇਜ ਖਾਲੀ ਕਰ ਦਿਓ ਜੀ ਪਲੀਜ਼, ਬੜੀ ਮਿਹਰਬਾਨੀ ਹੋਏਗੀ, ਸਟੇਜ ਖਾਲੀ ਕਰ ਦਿਓ। ਮੇਰੀ ਕੁੜੀ ਕਹਿੰਦੀ ਵੀ ਇੱਕ ਅੱਧਾ ਗਾਣਾ ਜ਼ਰੂਰ ਸੁਣਨਾ। ਸਿਆਣੇ ਕਹਿੰਦੇ ਪੁਰਾਣੀ ਸ਼ਰਾਬ ਪੁਰਾਣਾ ਗੁੜ ਪੁਰਾਣੀ ਦੋਸਤੀ ਤੇ ਪੁਰਾਣੇ ਗੀਤ ਹਮੇਸ਼ਾ ਜਿੰਦਾਬਾਦ। ਹੈਲੋ, ਇੱਕ ਹਾਕੀ ਵਾਲਾ ਹਰਦੀਪ ਜਦੋਂ ਸ਼ਹਿਰ ਪਟਿਆਲਾ ਬਣ ਗਿਆ, 35 ਸਾਲ ਪਹਿਲਾਂ ਇਹ ਗਾਣਾ ਆਇਆ ਸੀਗਾ ਦੂਰਦਰਸ਼ਨ ਜਲੰਧਰ ਦਾ, ਜਿਹਨੇ ਹੰਸ ਬਣਾਇਆ, ਜਿਹਨੇ ਹਰਦੀਪ ਬਣਾਇਆ, ਜਿਹਨੇ ਆ ਛੱਲੇ ਮੁੰਦੀਆਂ ਵਾਲਾ ਮੇਰਾ ਬੱਚਾ ਬਣਾਇਆ, ਗੁਰਦਾਸ ਬਣਾਇਆ, ਦਿਲਸ਼ਾਦ ਅਖਤਰ ਬਣਾਇਆ। ਇਹ 35 ਸਾਲ ਪੁਰਾਣੀ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ। ਸਿਰਫ 2 ਗੀਤਾਂ ਦੇ ਮੁੱਖੜੇ ਅੰਤਰੇ ਚੜ ਕੇ ਡੋਲੀ ਪਿੰਡ ਚਾਹੀਦੀ। ਹੈਲੋ, ਇਹ ਬੱਚੇ ਬਹੁਤ ਸੋਹਣਾ ਵਜਾ ਰਹੇ ਆ, ਮਹਾਰਾਜ ਚੜ੍ਹਦੀ ਕਲਾ ਕਰੇ ਇਹਨਾਂ ਦੀ। ਹਾਂਜੀ, ਸਾਊਂਡ ਕਾਕਾ ਬਹੁਤ ਸੋਹਣੀ ਤੇਰੀ, ਐਂ ਤੁੰਨ ਕੇ ਰੱਖ ਕੰਮ ਜਰਾ। ਜੀਮ ਜਾਂਦੀਆਂ ਡਿੱਠੀਆਂ ਦੋ ਨਾਰਾ, ਜੀਮ ਜਾਂਦੀਆਂ ਡਿੱਠੀਆਂ ਦੋ ਨਾਰਾ, ਤੇ ਦਾਣੇ ਪੱਠ ਪਨਾਣ ਨੂੰ ਚੰਨੀਆਂ ਦੇ, ਇੱਕ ਰੇ ਤਗਿੱਲਾ ਤੇ ਦੂਜਾ ਭੱਟ ਸਿੱਲਾ ਤੇ ਤੀਜਾ ਆਸ਼ਕਾਂ ਗਲੀਆਂ ਮੱਲੀਆਂ ਨੇ। ਫੁੱਲੇ ਫੁੱਲੇ ਤਾਂ ਚੁੱਗ ਲੈ ਆਸ਼ਕਾਂ ਨੇ, ਤੇ ਰੋਲ ਲੈ ਕੇ ਘਰਾਂ ਨੂੰ ਚੱਲੀਆਂ ਨੇ, ਬੁੱਲੇ ਚਾਹੋ ਮਰਨ ਮਾਪੇ ਤੇ ਜਿਹਨਾਂ ਕੁਵਾਰੀਆਂ ਪੱਟ ਤੇ ਘੱਲੀਆਂ ਨੇ, 1 2 3 4 ਚੜ ਕੇ ਡੋਲੀ ਨੀ ਪਿੰਡ ਵਿੱਚ
ਚੜ ਕੇ ਟੰਡੋੜੀ ਨੀ ਪਿੰਡ ਵਿੱਚ ਆਈ, ਪਿੰਡ ਵਿੱਚ ਸਾਰੇ ਨੀ ਮੱਚ ਗਈ ਦੁਹਾਈ, ਤੇਰੇ ਰੂਪ ਨੇ ਤੇਰੀ ਚਾਲ ਨੇ ਹਰ ਪਾਸੇ ਰੌਲਾ ਪਾਇਆ, ਮੱਠ ਵਿੱਚ ਕੋਕਾ ਤੇ ਸਿਰ ਫੁੱਲਕਾਰੀ ਛਿੜਕਣ ਮੰਗਾ ਤੂੰ ਮੰਗਾ ਦੀ ਪਤਾਰੀ, ਤੈਨੂੰ ਤੈਨੂੰ ਉਹ ਤੈਨੂੰ ਕੁੰਡ ਕੱਢਣ ਆਇਆ, ਚੜ ਕੇ ਟੰਡੋੜੀ ਨੀ ਪਿੰਡ ਵਿੱਚ ਆਈ ਗਈ। ਜਤਿੰਦਰ ਭਾਜੀ ਬਹੁਤ ਸਾਨੂੰ ਖਵਾਉਂਦੇ ਆ ਆਂਡੇ ਬ੍ਰਾਇੰਡ ਆਂਡੇ। ਅਗਲੀ ਵਾਰੀ ਮੇਲਾ ਹੋਰ ਵੱਡਾ ਕਰਾਂਗੇ, ਬਾਬਾ ਮੇਹਰ ਕਰੇਗਾ, ਜੋ ਜਿਹਨੂੰ ਕਹੋਗੇ ਉਹਨੂੰ ਬੁਲਾਵਾਂਗਾ, ਮੈਂ ਕਲਾਕਾਰਾਂ ਦਾ ਸਰਪੰਚ ਹਾਂ।
ਬੜੇ ਹਿੱਕ ਤੇ ਜ਼ੋਰ ਨਾਲ ਕਹਿੰਦਾ ਮੈਂ, ਜੇ ਹਾਕੀ ਖੇਡੀ ਆ ਵਧੀਆ ਖੇਡੀ ਆ, ਜੇ 40 ਸਾਲ ਗਾਇਆ ਸਰਦਾਰ ਨੇ, ਪਹਿਲਾਂ ਸੋਹਣੀ ਪੱਗ ਤੇ ਸੋਹਣੀ ਟਾਈ ਲਾ ਕੇ ਗਾਉਣ ਵਾਲਾ ਇੱਕ ਸੀਗਾ ਸਿੰਘ, ਉਦੋਂ ਬਾਅਦ ਸਿੰਘ ਇਸੇ ਕਿੰਗ ਬਣ ਗਏ ਸਾਰੇ। ਤੇ ਲਓ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਦੇ ਸੋਹਣੇ, ਪੱਗਾਂ ਪੋਛਵੀਆਂ, ਕਹਿੰਦੇ ਦਿਲਾਂ ਵੱਟੇ ਦਿਲ ਨੇ ਵਟਾਉਣੇ, ਛੋਟੀ ਜੀ ਪੁੱਤਰ ਤੇਰੇ ਕਰਕੇ ਹਾਜ਼ਰ ਲਾਤੀ ਆਪਾਂ। ਲਓ ਹਾਂਜੀ ਮਲਾਇਆ ਫਰਮ, ਹਾਂਜੀ ਵੇਖ ਲੈਂਦੀ ਯਾਰੋ ਭੁੱਖ ਹਾਏ।
ਕੁੜੀਆਂ ਵੀ ਕੱਟ ਨਹੀਂ ਹੈ ਸ਼ਹਿਰ ਪਟਿਆਲੇ ਦੀਆਂ ਨਾਕਣਾ ਪਟਾਰੀ ਵਿੱਚ ਪਾਲੀਆਂ ਜੀ। ਸਾਡਾ ਬਾਈ ਹਰਦੀਪ ਪਟਿਆਲੇ ਵਾਲਾ, ਮੈਨੂੰ ਅਜੇ ਤੱਕ ਪਤਾ ਕਿ ਸਭ ਤੋਂ ਪਹਿਲਾਂ ਜਿਹੜਾ ਮੈਂ ਵਰਲਡ ਟੂਰ ਕੀਤਾ ਸੀ ਕੈਨੇਡਾ ਅਮੈਰੀਕਾ ਦਾ, ਉਹਦੇ ਵਿੱਚ ਭਾਅ ਜੀ ਦਾ ਬੜਾ ਵੱਡਾ ਸਾਥ ਸੀ। ਅਸੀਂ ਰਲ ਕੇ ਸਭ ਤੋਂ ਪਹਿਲਾਂ ਟੂਰ ਕੀਤਾ ਸੀ, ਉਸ ਤੋਂ ਬਾਅਦ ਵਾਰੀ ਨਹੀਂ ਆਈ ਮੁੜ ਕੇ। ਲਗਾਤਾਰ ਦੁਨੀਆ ਦੇ ਹਰ ਕੰਟਰੀ ਦੇ ਵਿੱਚ ਅਸੀਂ ਜਿਹੜੇ ਸ਼ੋਅ ਕਰਾਏ ਨੇ, ਯੂਰਪ, ਕੈਨੇਡਾ, ਇੰਗਲੈਂਡ, ਅਮੈਰੀਕਾ। ਸੋ ਭਾਅ ਜੀ ਦਾ ਬੜਾ ਸਾਥ ਸੀ। ਇਹ ਵੀ ਹੁਣ ਮੈਨੂੰ ਇਹਨਾਂ ਕਿਹਾ ਸੀ ਕਿ ਸਾਰੀ ਦੁਨੀਆ 'ਚ ਮੇਲੇ ਲਾਏ ਅਤੇ ਆਪਣੇ ਪਿੰਡ ਮੇਲਾ ਹੀ ਨਹੀਂ ਲਾਇਆ। ਮੈਂ ਕਿਹਾ ਕੋਈ ਨਹੀਂ ਭਾਅ ਜੀ, ਇੱਦਾਂ ਦੇ ਮੇਲੇ ਲੱਗਣਗੇ, ਪੰਜਾਬ ਵਾਲੇ ਯਾਦ ਰੱਖਣਗੇ। ਸੋ ਹੁਣ ਸਾਡੇ ਵਿੱਚ ਸਾਡੇ ਬੜੇ ਸਤਿਕਾਰਯੋਗ ਸੁਸ਼ੀਲ ਰਿੰਕੂ MP ਉਹਨਾਂ ਦੇ ਨਾਂ 'ਤੇ ਜੋੜਦਾ ਟਾਰੀਆਂ, ਮੈਂਬਰ ਪਾਰਲੀਮੈਂਟ, ਉਹ ਵੀ ਇੱਥੇ ਪਹੁੰਚ ਚੁੱਕੇ ਨੇ ਆਪਣੀ ਸਾਰੀ ਟੀਮ ਦੇ ਨਾਲ। ਸੋ ਸਾਨੂੰ ਬੜਾ ਮਾਣ ਹੈ ਇਸ ਇਲਾਕੇ ਨੂੰ ਇਹਨਾਂ ਤੋਂ, ਕਿਉਂ ਇਹ ਇਸ ਇਲਾਕੇ ਦੀ ਤਰੱਕੀ ਲਈ ਬੜਾ ਇੱਕ ਵੱਡਾ ਯੋਗਦਾਨ ਪਾਉਣਗੇ। ਸੋ ਅਜੇ ਸਾਡੇ ਕੋਲ ਹੋਰ ਵੀ ਕਲਾਕਾਰ ਨੇ, ਆਪਾਂ ਨਾਲ ਨਾਲ ਮਾਣ ਸਨਮਾਨ ਵੀ ਕਰੀ ਜਾਣਾ, ਪ੍ਰੋਗਰਾਮ ਵੀ ਚੱਲਦਾ ਰਹਿਣਾ। ਦੇਖੋ ਪਿੱਛੇ ਭੰਗੂੜੇ ਲੱਗੇ ਨੇ, ਚੂੜੀਆਂ ਵਿਕ ਰਹੀਆਂ, ਕੁਲਚੇ ਵਿਕ ਰਹੇ ਨੇ, ਲੰਗਰ ਚੱਲ ਰਹੇ ਨੇ, ਮੇਲਾ ਬਣ ਗਿਆ। ਪਹਿਲਾ ਸੱਭਿਆਚਾਰ ਮੇਲਾ ਸੀ ਪਰ ਮੇਲਾ ਬਣ ਗਿਆ। ਕੀ ਲੱਗਦਾ, ਮੇਲਾ ਬਣ ਗਿਆ ਕਿ ਨਹੀਂ ਬਣ ਗਿਆ? ਬਣ ਗਿਆ ਨਾ, ਇਹ ਬਣ ਗਏ ਅਜੇ ਦੇਖਿਓ। ਹਰਦੀਪ ਭਾਅ ਜੀ ਬਹੁਤ ਬਹੁਤ ਧੰਨਵਾਦ। ਮੈਂ ਲੱਗਦਾ ਅਸੀਂ ਤੈਨੂੰ ਸ਼ੁਕਰਗੁਜ਼ਾਰ ਹਾਂ। ਬਾਜਵਾ ਸਾਹਿਬ ਨੇ ਜਦੋਂ
ਡੇਟ ਰੱਖੀ ਸੀਗੀ, ਸਾਰੇ ਜਿੰਨੇ ਆਪਣੇ ਮੈਂਬਰ ਨੇ, ਸਾਡੀਆਂ ਭੈਣਾਂ ਵੀ ਮੈਂਬਰ ਨੇ ਅੱਜ, ਜਦੋਂ ਇੱਥੇ ਜੇ ਬੀ ਸੀ ਮਸ਼ੀਨ ਚੱਲਦੀ ਤਾਂ ਵੀ ਮੈਂ ਵੀਡੀਓ ਭੇਜੀਆਂ ਸੀਗੀਆਂ, ਅਤੇ ਸੱਚੇ ਪਾਤਸ਼ਾਹ ਇਹ ਤੁਸੀਂ ਤੁਹਾਡਾ ਮੇਲਾ, ਤੁਸੀਂ ਇਹਨੂੰ ਤਾਂ ਲੈ ਕੇ ਜਾਣਾ। ਅਸੀਂ ਤਾਂ ਦੇਖੋ ਰੰਧਾਵਾ ਯਾਦਗਾਰੀ ਮੇਲਾ ਮੋਹਾਲੀ 'ਚ, ਅਗਲੀ ਵਾਰੀ ਸਵਾਦ ਬਾਜਵਾ ਤਾਂ ਉਹ ਪਿੱਛੇ ਤੱਕ ਭਰਿਆ ਹੋਵੇ, 10,000 ਦਾ ਇਕੱਠ ਹੋਏ ਪਤਾ ਲੱਗੇਗੀ। ਕਲਾਕਾਰ ਦੀ ਮੇਰੀ ਜ਼ਿੰਮੇਵਾਰੀ ਹੈ, ਜਿਹਨੂੰ ਹੱਥ ਲਾਏਗਾ ਲਾਕਾ ਉਹ ਕਲਾਕਾਰ ਆਊਗਾ। ਬਾਬੇ ਸ਼ਹੀਦਾਂ ਦੀ ਬਹੁਤ ਕਿਰਪਾ ਸਾਡੇ 'ਤੇ, ਅਤੇ ਬਾਜਵਾ ਸਾਹਿਬ ਯਾਰਾਂ ਦੇ ਯਾਰ ਨੇ, ਰਿੰਕੂ ਭਾਈ ਜੀ ਆਏ ਨੇ ਮੈਂਬਰ ਪਾਰਲੀਮੈਂਟ, ਬਹੁਤ ਵਧੀਆ ਸਰਕਾਰ ਚੱਲ ਰਹੀ ਹੈ ਸੱਚੇ ਪਾਤਸ਼ਾਹ ਸਾਰਿਆਂ 'ਤੇ ਇਹਨਾਂ 'ਤੇ ਮਿਹਰ ਭਰਿਆ ਹੱਥ ਰੱਖੇ। ਅਤੇ ਮੱਕੜ ਸਾਹਿਬ ਮੈਂ ਚਲੇ ਗਿਆ, ਹੰਸ ਮਿੱਤ ਸਾਡਾ ਛੋਟਾ ਵੀਰ, ਸੁਰਾਂ ਦਾ ਸ਼ਾਹ ਸਵਾਰ, ਯਾਰਾਂ ਦਾ ਯਾਰ ਹੈ, ਵਿਆਹ 'ਤੇ ਵੀ ਐਲੇ ਪਹੁੰਚ ਗਏ, ਇੱਥੇ ਵੀ ਦੇਖੋ ਬੰਦ ਬੁੰਦ 'ਚੋਂ ਸੱਪ ਕੱਢ ਕੇ ਬਾਬਾ ਆ ਗਿਆ। ਅਤੇ ਮਹਾਰਾਜ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇ, ਥੈਂਕ ਯੂ ਜੀ, ਮਿਹਰਬਾਨੀ। ਹੁਣ ਉਸ ਤੋਂ ਬਾਅਦ ਭਗਵੰਤ ਮਾਨ, ਅੱਜ ਇਹ ਕਲਾਕਾਰਾਂ ਦੀ ਸਰਕਾਰ ਹੈ, ਮੈਨੂੰ ਅਜੇ ਤੱਕ ਯਾਦ ਹੈ ਭਗਵੰਤ ਮਾਨ ਜੀ ਦੇ ਵੀ ਅਸੀਂ ਸ਼ੋਅ ਕਰਾਉਂਦੇ ਰਹੇ ਹਾਂ। ਭਗਵੰਤ ਮਾਨ ਜੀ, ਅਸੀਂ ਇੱਕ ਵਾਰੀ ਸ਼ੋਅ ਕਰਾਇਆ ਸੀ ਮਾਨ ਮਾਨ ਹੀ ਮਾਨ, ਉਹ 'ਚ ਭਗਵੰਤ ਮਾਨ, ਬਾਬੂ ਸਿੰਘ ਮਾਨ, ਹਰਭਜਨ ਮਾਨ, ਇਹ ਸਾਰੇ ਉੱਥੇ ਇਹਨਾਂ ਦਾ ਸ਼ੋਅ ਸੀ। ਭਗਵੰਤ ਮਾਨ ਜੀ ਉਹਦਾ ਇੰਨੀ ਮੈਂ ਦੇਖਿਆ ਕਿ ਜੋ ਸ਼ੁਰੂ ਤੋਂ ਜਦੋਂ ਵੀ ਉਹਨਾਂ ਨੇ ਇਸ ਫੀਲਡ ਦੇ ਵਿੱਚ ਪੈਰ ਰੱਖਿਆ ਸੀ ਨਾ, ਉਹ ਕਰਪਸ਼ਨ ਦੇ ਖਿਲਾਫ ਹੀ ਬੋਲਦੇ ਰਹਿਣ, ਉਹਨਾਂ ਨੇ ਉਸ ਨੂੰ ਚੇਂਜ ਨਹੀਂ ਕੀਤਾ। ਕੁਰਸੀ ਦੀ ਗੱਲ ਜਾਂ ਦੂਜੀ ਗੱਲ ਉਹ ਹਮੇਸ਼ਾ ਕਰਦੇ ਰਹੇ ਨੇ। ਸਾਨੂੰ ਉਮੀਦ ਹੈ ਕਿ ਹੁਣ ਜਿਹੜਾ ਬੜਾ ਜਿਹੜਾ ਸਮਾਂ ਚੇਂਜ ਹੋਇਆ, ਹੌਲੀ ਹੌਲੀ ਹੋ ਰਿਹਾ, ਸੋ ਜਿਹੜਾ ਇੱਕ ਬੜੀ ਵੱਡੀ ਆਸ ਹੈ ਉਹ ਆਸ ਦੇ ਉੱਤੇ ਇਹ ਪੂਰੇ ਉਤਰਨਗੇ। ਸੋ ਹੁਣ ਉਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਆਸ਼ੂ ਚੋਪੜਾ ਜੀ, ਅਜੇ ਸਾਡੇ ਕੋਲ ਹੋਰ ਕਲਾਕਾਰ ਹੈ, ਤੁਸੀਂ ਜਾਣਾ ਨਹੀਂ ਕਿਸੇ ਨੇ, ਇਹਨਾਂ ਤੋਂ ਬਾਅਦ ਅਸੀਂ ਸਾਡੇ ਕੋਲ ਸਨਮਾਨ ਹੈ, ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਦਾ ਵੀ ਅਸੀਂ, ਸ਼ਸ਼ੀਰ ਰਿੰਕੂ ਜੀ ਦਾ ਵੀ ਸਨਮਾਨ ਕਰਨਾ, ਜਿਹੜੇ ਸਾਡੇ ਨਾਲ ਕੰਮ ਕਰਦੇ ਸੀ ਉਹਨਾਂ ਦਾ ਵੀ ਕਰਨਾ, ਪਰ ਵਾਰੀ ਵਾਰੀ ਸਾਰਿਆਂ ਨੂੰ ਟਾਈਮ ਦੇਣਾ, ਕਿਉਂਕਿ ਕਲਾਕਾਰ ਜ਼ਿਆਦਾ ਸੀ, ਇਹ ਵਿਚਾਰੇ ਖੁੱਲ੍ਹ ਕੇ ਗਾ ਨਹੀਂ ਸਕੇ ਸਾਰੇ ਜਣੇ। ਸੋ ਥੋੜ੍ਹਾ ਥੋੜ੍ਹਾ ਟਾਈਮ ਜਿੰਨਾ ਜਿੰਨਾ ਹਿੱਸੇ ਆਉਂਦਾ ਆਪਣਾ ਆਪਣਾ ਹਿੱਸੇ ਲੈਂਦੇ ਜਾਵੋ, ਅਗਲੇ ਸਾਲ 2 ਦਿਨ ਦਾ ਮੇਲਾ ਲਾ ਦਾਂਗੇ, ਕਿਹੜੀ ਗੱਲ ਹੈ। ਥੈਂਕ ਯੂ ਭਾਈ, ਤੁਹਾਨੂੰ ਖੁਸ਼ੀ ਨਹੀਂ ਹੋਈ 2 ਦਿਨ ਦਾ ਮੇਲਾ ਸੁਣ ਕੇ? ਸੋ ਮੈਂ ਬਾਈ ਜੀ ਦਾ ਬਹੁਤ 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 ਥੈਂਕਸ ਕਰਦੀ ਹਾਂ, ਜੋ ਕਿਉਂਕਿ ਉਹ ਤਾਂ ਜਾ ਰਹੇ ਸੀ, ਪਰ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਇਹ ਥੰਮ ਨੇ ਸਾਡੇ ਪੰਜਾਬੀ ਇਸ ਪੰਜਾਬੀ ਖੇਤਰ ਦੇ ਵਿੱਚ। ਔਰ ਸੁਸ਼ੀਲ ਰਿੰਕੂ ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਤਸ਼ਰੀਫ ਫਰਮਾ ਹੋਏ ਨੇ, ਵੈਲਕਮ ਸਰ ਜੀ ਆਇਆਂ ਨੂੰ, ਤੁਹਾਡੇ ਨਾਲ ਜਿੰਨੇ ਮੈਂਬਰ ਸਾਹਿਬਾਨ ਆਏ ਨੇ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਬਹੁਤ 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 ਮੁਬਾਰਕਾਂ। ਸੋ ਆਓ ਸਾਂਝਾ ਪੰਜਾਬ ਇਸ ਮੰਚ 'ਤੇ ਅਗਲੀ ਜਿਹੜੀ ਹਾਜ਼ਰੀ ਹੈ, ਜਿਨ੍ਹਾਂ ਦੇ ਗੀਤ ਵੀ ਮਕਬੂਲ ਹੋਏ, ਬਿਲਕੁਲ, ਕਿਉਂਕਿ ਇਹਨਾਂ ਤੋਂ ਬਾਅਦ ਅਮਨ ਰੋਜ਼ੀ ਜੀ, ਜਿਨ੍ਹਾਂ ਨੂੰ ਤੁਸੀਂ ਉਡੀਕ ਰਹੇ ਹੋ, ਇੱਕ ਵਾਰੀ ਸਾਰਿਆਂ ਲਈ ਆਪੋ ਆਪਣੇ ਨਾਮ 'ਤੇ ਵੀ ਤਾਲੀਆਂ ਵਜਾ ਦਿਓ। ਕਿਆ ਬਾਤ ਹੈ, ਪਤਾ ਲੱਗਦਾ ਤੁਸੀਂ ਕਿੰਨਾ ਪਿਆਰ ਕਰਦੇ ਹੋ। ਸੋ ਮੈਂ ਮਾਈਕ ਜਿਹੜਾ ਦੇ ਰਹੀ ਹਾਂ, ਇਹ ਤਾਂ ਮੇਰੇ ਨਾਲ ਵੀ ਜ਼ਿਆਦਾ ਕਾਲੇ ਨੇ, ਕੋਈ ਜੁਗਨੂੰ, ਕੋਈ ਸ਼ੁਗਨੂੰ, ਕੋਈ ਕੁਛ, ਕੋਈ ਕੁਛ। ਔਰ ਪੰਛੀ ਸਾਹਿਬ ਸੁਖਵਿੰਦਰ ਪੰਛੀ ਜੀ, ਜਿਨ੍ਹਾਂ ਨੂੰ ਸਾਰੇ ਹੀ ਪਿਆਰ ਕਰਦੇ ਆ ਇਹਨਾਂ ਦੇ ਗੀਤਾਂ ਨੂੰ, ਸੋ ਆਓ ਇੱਕ ਵਾਰੀ ਤਾਲੀਆਂ ਵਜਾ ਦਿਓ ਇਹਨਾਂ ਦੇ ਨਾਮ ਤੇ ਵੀ, ਪਲੀਜ਼ ਖੁੱਲ ਕੇ ਤਾਲੀਆਂ ਵਜਾ ਦਿਓ। 2 ਗੀਤਾਂ ਦਾ ਸਮਾਂ ਹੈ ਜੀ, ਉਸ ਤੋਂ ਬਾਅਦ ਅਮਨ ਰੋਜ਼ੀ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੋਸਤੋ, ਹਾਣੀ ਭਰਾਓ, ਬਜ਼ੁਰਗੋ, ਮਿੱਤਰੋ, ਦੂਰ ਦਰੇਡੇ ਤੋਂ ਆਏ ਸੱਜਣੋ, ਸਭ ਨੂੰ ਜੀ ਆਇਆਂ। ਸਰਦਾਰ ਬਲਵਿੰਦਰ ਸਿੰਘ ਜੀ ਬਾਜਵਾ ਸਾਹਿਬ, ਸਾਂਝਾ ਪੰਜਾਬ,
ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ। ਬਾਜਵਾ ਸਾਹਿਬ ਦੀ ਸਾਰੀ ਟੀਮ ਦਾ ਮੈਂ ਦਿਲੋਂ ਧੰਨਵਾਦ ਕਰਦਾ। ਦਵਿੰਦਰ ਬੋਪਾ ਰਾਏ ਸਾਹਿਬ ਅਮਰੀਕਾ ਬੈਠੇ ਮੇਰੇ ਭਰਾ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਸਾਰੀਆਂ ਸ਼ਖਸੀਅਤਾਂ ਸਾਡੇ ਵਿੱਚ, ਮੇਰੇ ਵੱਡੇ ਭਾਅ ਜੀ ਜਨਾਬ ਹੰਸ ਰਾਜ ਜੀ ਹੰਸ ਸਾਹਿਬ ਆਏ ਜੀ ਆਇਆਂ ਨੂੰ, ਹਰਦੀਪ ਭਾਅ ਜੀ, ਸਰਬਜੀਤ ਚੀਮਾ ਸਾਹਿਬ, ਬਲਵਿੰਦਰ ਬਾਜਵਾ ਜੀ ਦਾ ਧੰਨਵਾਦ, ਬਿੱਟੂ ਖੰਨੇ ਵਾਲਾ, ਹੋਰ ਬਹੁਤ ਸਾਰੇ ਕਲਾਕਾਰ ਸਾਡੇ ਵਿੱਚ ਬਿਰਾਜਮਾਨ। ਸਾਡੇ ਮੌਜੂਦਾ MP ਸਾਹਿਬ ਸ਼ਸ਼ੀਲ ਰੈਂਕੂ ਸਾਹਿਬ, ਸਾਡੇ ਸ਼ਹਿਰ ਦਾ ਮਾਣ ਹੈ, ਕਰੀ ਤਾੜੀ ਮਾਰ ਦਿਓ। ਸਰਬਜੀਤ ਮੱਕੜ ਸਾਹਿਬ, ਸਾਡੇ ਪਾਲ ਭਾਅ ਜੀ ਮਿਸੀਸੀਪੀ ਤੋਂ ਆਏ, ਉਹਨਾਂ ਦਾ ਵੀ ਧੰਨਵਾਦ। ਗੋਪੀ ਕੈਨੇਡਾ ਤੋਂ, ਉਹਦਾ ਵੀ ਧੰਨਵਾਦ। ਸਾਡੇ ਮੰਗਤਰ ਟੌਰ ਔਰ ਸਤਵਿੰਦਰ ਸੈਂਟੀ ਸਾਹਿਬ, ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ। ਸ਼ਤੀਸ਼ ਕਪਲਾ, ਬਲਦੇਵ ਰਾਹੀ ਸਾਹਿਬ, ਭਾਵੇਂ ਮੈਂ ਗੀਤ ਡੇਢ ਹੀ ਗਾਵਾਂ, ਇਹ ਸਾਡਾ ਆਪਣਾ ਮੇਲਾ, ਪੱਟੀ ਭੜੀ ਵਾਲੇ ਸਾਹਿਬ ਦੀ ਫਰਮਾਇਸ਼ਾਂ ਛੱਲੇ ਮੁੰਦੀਆਂ, ਪਰ ਸਭ ਤੋਂ ਪਹਿਲਾਂ ਮੇਰਾ ਗੀਤ ਆ, ਵੇਖੋ ਨੀ ਮੁੰਡਾ ਹੋ ਗਿਆ ਸ਼ੁਦਾਈ, ਕਹਿੰਦਾ ਮੈਂ ਕਰੂੰਗਾ ਹਿਸਾਬ ਪਾਈ ਪਾਈ, ਦੱਸੂਗਾ ਮੁਹੱਬਤਾਂ ਮੈਂ ਕਿੰਜ ਹੁੰਦੀਆਂ, ਦਿਲ ਵੱਟੇ ਦੇਵੇ ਭੈੜਾ ਛੱਲੇ ਮੁੰਦੀਆਂ, ਮਿੱਠੇ ਲਾਰੇ ਲਾ ਕੇ ਮੁੱਕਰ ਗਈ ਛੱਲੇ ਮੁੰਦੀਆਂ, ਬਟਾ ਕੇ ਮੁੱਕਰ ਗਈ, ਸੌ ਸੌ ਕਸਮਾਂ ਖਾ ਕੇ ਮੁੱਕਰ ਗਈ, ਸਭ ਕੁਝ ਲੁੱਟ ਲਿਆ ਤੈਂ, ਨੀ ਹੁਣ ਤੈਨੂੰ ਚੰਗਾ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ ਮੈਂ। ਨਿੱਕੀ ਜਿਹੀ ਗੱਲ ਪਿੱਛੇ ਝੱਲੀਏ, ਚੰਨ ਜਿਹਾ ਯਾਰ ਨਹੀਂ ਰਸਾਈ ਦਾ, ਇੱਕ ਮੁਸਕਾਨ ਨਾਲ ਸੋਹਣੀਏ ਰੁੱਸੇ ਹੋਏ ਯਾਰ ਨੂੰ ਮਨਾਈਦਾ। ਮੈਂ ਆਪਣੇ ਵੱਲੋਂ, ਮੇਰੇ ਮਿਸ ਪੰਜਾਬੀ ਫਿਲਮ ਹੀਰੋਇਨ ਰਜਿੰਦਰ ਰੂਬੀ, ਉਹਨਾਂ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਔਰ ਮੇਲੇ ਦੀ ਵਧਾਈ ਆ, ਇਹ ਬਹੁਤ ਵਧੀਆ ਮੇਲਾ, ਅਗਲੇ ਸਾਲ ਇਦੋਂ ਵੀ ਵੱਡਾ ਮੇਲਾ ਹੋਊਗਾ। ਤੁਲੋ ਜੀ, ਗੀਤ ਤੁਹਾਡੀ ਸੇਵਾ 'ਚ ਪੇਸ਼ ਕਰਾਂ, ਹੁਣ ਤੈਨੂੰ ਚੰਗਾ ਨਹੀਂ ਲੱਗਦਾ ਮੈਂ, ਸਾਰੰਗ ਹਾਜੀ ਹੱਥੀ ਮਹਿੰਦੀ ਤੇ ਸਿਰ ਫੁਲਕਾਰੀ ਤੇ ਨੱਕ ਵਿੱਚ ਨੱਥ ਬਗਾਨੀ, ਪੈਸੇ ਬਾਹਰ ਕੇ ਚੱਕ ਲਈ ਡੋਲੀ ਤੇ ਹੋ ਗਈ ਖਤਮ ਕਹਾਣੀ, ਨੀ ਬੱਚਿਆਂ ਨੇ ਖਿੱਚ ਧੂ ਕੇ ਚੱਕ ਲਈ, ਬੱਚਿਆਂ ਨੇ ਖਿੱਚ ਧੂ ਕੇ ਚੱਕ ਲਈ ਪੰਜੀ ਦਸੀ ਜਵਾਨੀ, ਨੀ ਮੈਂ ਲੋਕਾਂ ਦੇ ਪੈਰਾਂ ਹੇਠੋ ਤੇਰੀ ਲੱਭਦਾ ਰਿਹਾ ਨਿਸ਼ਾਨੀ। ਸਾਡੇ ਰਜਿੰਦਰ ਨਾਲ ਮੇਰਾ ਛੋਟਾ ਵੀਰ, ਇਹਦਾ ਵੀ ਥੈਂਕ ਯੂ, ਜਿਹਦਾ ਮੈਂ ਨਾ ਲਿਆ ਹੋਵੇ ਪੈਸੇ ਦੇ ਕੇ ਠੀਕ ਕਰਾ ਲਿਓ, ਭਾਅ ਜੀ ਸੈਕਰਾਮੈਂਟੋ ਤੋਂ ਸਾਡੇ ਪੱਟੀ ਭੜੀ ਵਾਲਾ ਸਾਹਿਬ, ਇਹਨਾਂ ਧੰਨਵਾਦ ਕਰਦੇ ਹਾਂ। ਇੱਕ ਵਾਰੀ ਤਾੜੀ ਮਾਰ ਦਿਓ, ਭਾਵੇਂ ਗੀਤ ਸ਼ੁਰੂ ਕਰੀਏ, ਪਲੀਜ਼ ਤਾੜੀ, ਇੱਕ ਵਾਰੀ ਤਾੜੀਆਂ ਮਾਰ ਦਿਓ, ਹੱਥ ਖਾਲੀ ਆ, ਤਾੜੀ ਮਾਰ ਦਿਓ। ਨੀ ਮਿੱਠੇ ਲਾਰੇ ਨੀ ਪੰਛੀ ਦੀਆਂ ਪਾ ਕੇ ਮੁੱਕਰ ਗਈ, ਝੂਠੀ ਕਸਮਾਂ ਖਾ ਕੇ ਮੁੱਕਰ ਗਈ, ਨੀ ਛੱਲੇ ਮੁੰਡੀਆਂ ਰੈਂਕੂ ਦੀਆਂ ਨੀ ਪਾ ਕੇ ਮੁੱਕਰ ਗਈ, ਝੂਠੀ ਕਸਮਾਂ ਖਾ ਕੇ ਮੁੱਕਰ ਗਈ, ਸੌ ਸੌ ਕਸਮਾਂ ਖਾ ਕੇ ਮੁੱਕਰ ਗਈ, ਸਭ ਕੁਝ ਲੁੱਟ ਲਿਆ ਤੈ, ਨੀ ਹੁਣ ਤੈਨੂੰ ਚੰਗਾ ਨੀ ਲੱਗਦਾ, ਸਾਹਿਬ ਸਾਹਿਬ।
ਵਿਸਕੀ ਤੋਂ ਖੁਸ਼ ਹੋ ਕੇ ਬਹੁਤ ਸਾਰੇ ਲੋਕੀ ਮੈਨੂੰ ਪੈਸੇ ਦੇਣ ਨੂੰ ਫਿਰਦੇ ਆ। ਉਹ ਕਹਿੰਦੇ ਵੀ ਸਹੀ ਰੈਂਕੂ ਸਾਹਿਬ ਨੇ ਸਾਨੂੰ ਫੰਡ ਨਹੀਂ ਦਿੱਤਾ, ਬਾਅਦ 'ਚ ਦੇਵਾਂਗੇ। ਰੈਂਕੂ ਸਾਹਿਬ ਤੋਂ ਘਰੇ ਜਾ ਕੇ ਲਿਆਉਣੇ ਆ ਸਾਡੇ MP, ਸਾਡੇ ਆਪਣੇ ਘਰ ਦੇ ਮੰਤਰੀ, ਸਾਡੇ ਆਪਣੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਔਰ ਸਾਡੇ ਸਾਰੇ ਲੀਡਰ, ਸਾਰੇ ਭਰਾ ਆ। ਚਲੋ ਅਗਲਾ ਗੀਤ ਚਾਬੀਏ ਸੁਨ ਭੈਰਵੀ ਦੂਜੇ ਤੋਂ ਮੱਖਣ ਲੁਹਾਰਾ ਵਾਲੇ ਦੀ ਕਲਮ ਤੋਂ ਲਿਖਿਆ ਗੀਤ, ਸਾਡੇ ਆਸ਼ੂ ਚੋਪੜਾ ਜੀ, ਆਸ਼ੂ ਚੋਪੜਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਟੇਜ 'ਤੇ ਲਾਉਣੀ ਬਹੁਤ ਔਖੀ ਆ। ਸ਼ਾਹਾਂ ਦੀ ਇਹ ਕੁੜੀਏ, ਅੱਧਾ ਗੀਤ ਅੱਧਾ ਛੱਲੇ ਮੁੰਦੀ, ਉਸ ਤੋਂ ਬਾਅਦ ਫਿਰ ਦੀ ਐਂਡ ਸਮਾਪਤੀ। ਓਕੇ ਜੀ, ਥੋੜ੍ਹੀ ਖੋਲਿਓ ਆਵਾਜ਼। ਹਾਂ, ਚਾਬੀਏ ਸੰਦੂਕ ਦੀਏ ਗੋਲੀਏ ਬੰਦੂਕ ਦੀਏ ਛੱਲੇ ਮੁੰਦੀਆਂ, ਦਿਲ ਵੱਟੇ ਦੇਵੇ ਛੱਲੇ ਮੁੰਦੀਆਂ। ਉਸ ਤੋਂ ਬਾਅਦ ਫਿਰ ਸਾਡੇ, ਕਿਉਂਕਿ ਸਮਾਂ ਘੱਟ ਆ, ਕਲਾਕਾਰ ਜ਼ਿਆਦੇ ਆ, ਸਾਰੇ ਕਲਾਕਾਰ ਸਾਡੇ ਭਰਾ ਆ, ਸਾਰਿਆਂ ਨੇ ਗਾਉਣਾ। ਮੇਰਾ ਹਿੱਟ ਗੀਤ ਭੱਟੀ ਭੜੀ ਵਾਲੇ ਦੀ ਫਰਮਾਇਸ਼ ਆ, ਬਲਵਿੰਦਰ ਬਾਜਵਾ ਜੀ ਦੀ। ਉਸ ਤੋਂ ਬਾਅਦ ਦੀ ਐਂਡ ਸਮਾਪਤੀ ਅੰਤਰਸਤਾਈ। ਆ ਜਾਓ ਜੀ, ਠੀਕ ਹੈ ਜੀ। ਦੇਖੋ ਨੀ, ਵੇਖੋ ਨੀ, ਮੁੰਡਾ ਹੋ ਗਿਆ ਸ਼ਦਾਈ, ਕਹਿੰਦਾ ਮੱਕੇ ਰੂਗਾ ਨੀ ਹਿਸਾਬ ਪਾਈ ਪਾਈ। ਮੈਂ ਕਹਿੰਦੇ ਹੁੰਦੀਆਂ ਦਿਲ ਵੱਡੇ ਦੇਵੇ ਭੈੜਾ ਛੱਲੇ ਮੁੰਦੀਆਂ ਦੇਵੇ, ਛੱਲੇ ਮੁੰਦੀਆਂ ਦੇਵੇ, ਛੱਲੇ ਮੁੰਦੀਆਂ। ਵੇਖੋ ਨੀ, ਵੇਖੋ ਨੀ, ਮੁੰਡਾ ਹੋ ਗਿਆ ਸ਼ੁਦਾਈ, ਜਿੰਦੇ ਖੇ ਸੋਹਣਿਆ ਵੇ, ਜਿੰਦੇ ਖੇ
ਨਾ ਦੀਆਂ ਕੰਡਾ ਹੁੰਦੀਆਂ ਦਿਲ ਵੱਡੇ ਦੇਵੇ ਭੈੜਾ ਛੱਲੇ ਹੁੰਦੀਆਂ ਨੀ ਦੇਵੇ ਬਾਜਵਾ ਸਾਹਿਬ ਦਾ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੇਰੇ ਕੋਲੋਂ ਕੋਈ ਗਲਤੀ ਹੋ ਗਈ ਮਾਫ਼ ਕਰ ਦਿਓ, ਅਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਤੁਸੀਂ ਚੱਲ ਕੇ ਆਏ ਹੋ। ਸਾਡੇ ਰੈਂਕੂ ਸਾਹਿਬ, ਸ਼ਸ਼ੀਰ ਰੈਂਕੂ ਸਾਹਿਬ, ਸਾਡੇ ਇਲਾਕੇ ਦਾ ਮਾਣ, ਹੰਸਰਾਜ ਭਾਅ ਜੀ, ਹਰਦੀਪ ਭਾਅ ਜੀ, ਸਾਰਿਆਂ ਦਾ ਧੰਨਵਾਦ, ਪੱਟੀ ਭੜੀਵਾਲਾ ਸਾਹਿਬ ਦਾ, ਬਾਜਵਾ ਸਾਹਿਬ ਦਾ ਦਿਲੋਂ ਧੰਨਵਾਦ। ਥੈਂਕ ਯੂ ਪੰਛੀ ਸਾਹਿਬ। ਅਜੇ ਵੀ ਪੁਰਾਣੀਆਂ ਗੱਲਾਂ ਉਦਾਂ ਹੀ ਹੈ, ਪੁਰਾਣੀਆਂ ਖੁਰਾਕਾਂ ਖਾਧੀਆਂ। ਸਾਡੇ ਕੋਲ ਅਜੇ ਬਹੁਤ ਕਲਾਕਾਰ ਹੈ, ਬਿੱਟੂ ਖੰਨੇ ਵਾਲਾ, ਅਮਰ ਰੋਜੀ ਜੀ, ਇਹਨਾਂ ਤੋਂ ਬਾਅਦ ਉਹਨਾਂ ਨੇ ਲੱਗਣਾ। ਇਹ ਅਮਰ ਰੋਜੀ ਜੀ ਦਾ ਅਨਾਊਂਸ ਕਰਦੇ, ਉਹਨਾਂ ਚਿਰ ਅਸੀਂ ਸਨਮਾਨਿਤ ਕਰਨਾ, ਤੁਸੀਂ ਉਹਨਾਂ ਦੇ ਉਹਨਾਂ ਚਿਰ ਜਿਹੜੇ ਮਜੀਸ਼ੀਅਨ ਇੱਥੇ ਆ ਜਾਣ। ਇਹ ਗੱਡੀ ਨੰਬਰ ਹੈ ਜੀ PB06AV2398, PB06AV2398, ਜਿਹਨਾਂ ਦੀ ਵੀ ਗੱਡੀ ਉਹ ਸਾਈਡ 'ਤੇ ਕਰ ਲਓ ਜੀ, ਬੜੀ ਮਿਹਰਬਾਨੀ ਤੁਹਾਡੀ। ਔਰ ਮੈਂ ਅਮਨ ਰੋਜ਼ੀ ਜੀ, ਉਹਨਾਂ ਦੇ ਸਾਰੇ ਮਿਊਜ਼ੀਸ਼ੀਅਨ ਸਾਹਿਬਾਨ, ਉਹਨਾਂ ਨੂੰ ਗੁਜ਼ਾਰਿਸ਼ ਕਰੂੰਗੀ ਤੁਸੀਂ ਆ ਗਏ ਹੋ, ਠੀਕ ਹੈ। ਸੋ ਅਮਨ ਰੋਜ਼ੀ, ਮੇਰੀ ਛੋਟੀ ਭੈਣ, ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਬਹੁਤ ਸਾਰੇ ਗੀਤ ਜਿਨ੍ਹਾਂ ਦੇ ਮਕਬੂਲ ਹੋਏ, ਔਰ ਇਹਨਾਂ ਤੋਂ ਬਾਅਦ ਬਿੱਟੂ ਖੰਨੇ ਵਾਲਾ, ਨਾਲ ਉਹਨਾਂ ਦੇ ਸੁਰਮਨੀ ਮੈਮ, ਹਰਸ਼ ਗਿੱਲ, ਸੋ ਹੋਰ ਵੀ ਨੀਟੂ ਛੱਟਰਾਂ ਵਾਲਾ ਮੇਰਾ ਵੀਰ, ਸੋ ਸਾਰਿਆਂ ਨੇ ਆਪਣੀ ਆਪਣੀ ਹਾਜ਼ਰੀ ਲਗਵਾਉਣੀ ਹੈ। ਸੋ ਇੱਧਰ ਸਨਮਾਨ ਦੀ ਜਿਹੜੀ ਰਸਮ ਹੈ ਉਹ ਨਾਲ ਦੇ ਨਾਲ ਚੱਲਦੀ ਜਾਏਗੀ। ਤੁਹਾਡਾ ਬੈਲੈਂਸ ਦੇਖ ਲਓ ਹੋ ਚੁੱਕਿਆ, ਅਤੇ ਬੜੀ ਵਧੀਆ ਗੱਲ ਹੈ, ਕਿਉਂਕਿ ਅਕਸਰ ਬੈਲੈਂਸ ਦੇ ਵਿੱਚ ਹੀ ਕਿੰਨਾ ਸਾਰਾ ਟਾਈਮ ਚਲਾ ਜਾਂਦਾ, ਬਟ ਆ ਸਾਰਾ ਹੀ ਮਾਸਟਰ ਹੈ, ਇਹ ਸਭ ਤੋਂ ਵਧੀਆ ਗੱਲ। ਇੱਕ ਤਾਲੀ ਤੁਸੀਂ ਮਨਪ੍ਰੀਤ ਅਖਤਰ ਜੀ ਦੇ ਨਾਮ ਤੇ ਵਜਾ ਦਿਓ, ਜਿਨ੍ਹਾਂ ਨੇ ਜੋ ਗਾਇਆ ਬਾ ਕਮਾਲ ਗਾਇਆ, ਤੁਝੇ ਯਾਦ ਜੋ ਮੇਰੀ ਆਈ ਕਿਸੀ ਸੇ ਅਬ ਨਾ ਕਹਿਣਾ, ਵਜਾ ਦਿਓ ਖੁੱਲ ਕੇ ਤਾਲੀਆਂ। ਇੰਨੇ ਵੱਡੇ ਫਨਕਾਰ ਅੱਜ ਬੇਸ਼ੱਕ ਉਹ ਦੁਨੀਆ ਵਿੱਚ ਨਹੀਂ, ਪਰ ਉਹਨਾਂ ਦੇ ਗੀਤ ਅਮਰ ਨੇ, ਚਾਹੇ ਉਸਤਾਦ ਸਰਦੂਲ ਸਿਕੰਦਰ ਸਾਹਿਬ, ਚਾਹੇ ਜਨਾਬ ਸ਼ੌਕਤ ਅਲੀ ਮਤੋਈ ਸਾਹਿਬ, ਚਾਹੇ ਸਾਡੇ ਸੁਰਿੰਦਰ ਛਿੰਦਾ ਭਾਅ ਜੀ, ਸੋ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹੋਏ ਮੈਂ ਮਨਪ੍ਰੀਤ ਅਖਤਰ ਜੀ ਦਾ ਜ਼ਿਕਰ ਇਸ ਕਰਕੇ ਕੀਤਾ ਕਿ ਉਹਨਾਂ ਦੇ ਫਾਦਰ ਸਾਹਿਬ ਦਾ ਲਿਖਿਆ ਹੋਇਆ ਇਹ ਸ਼ੇਅਰ, ਕੁਝ ਲਾਈਨਾਂ ਨੇ ਉਹਨਾਂ ਵੱਲੋਂ ਲਿਖੀਆਂ ਹੋਈਆਂ, ਕਿ ਮੁਹੱਬਤ ਨੂੰ ਮੁਹੱਬਤ ਦਾ ਇਸ਼ਾਰਾ ਯਾਦ ਰਹਿੰਦਾ ਏ, ਹਰ ਪਿਆਰੇ ਨੂੰ ਆਪਣਾ ਪਿਆਰਾ ਯਾਦ ਰਹਿੰਦਾ ਏ, ਮੁਹੱਬਤ ਨੂੰ ਮੁਹੱਬਤ ਦਾ ਇਸ਼ਾਰਾ ਯਾਦ ਰਹਿੰਦਾ ਏ, ਹਰ ਪਿਆਰੇ ਨੂੰ ਆਪਣਾ ਪਿਆਰਾ ਯਾਦ ਰਹਿੰਦਾ ਏ, ਉਹ ਪਲ ਜੋ ਯਾਰ ਦੀ ਗਲਵਕੜੀ ਵਿੱਚ ਗੁਜ਼ਾਰੇ, ਓਏ ਮੌਤ ਤੱਕ ਉਸਦਾ ਸਹਾਰਾ ਯਾਦ ਰਹਿੰਦਾ ਏ। ਸੋ ਇੱਕ ਮੁਹੱਬਤਾਂ ਦੇ ਪੈਗਾਮ ਨੂੰ ਦਿੰਦੇ ਹੋਏ ਹਰ ਕਲਾਕਾਰ, ਹਰ ਇੱਕ ਦੀ ਕੋਸ਼ਿਸ਼ ਹੈ ਕਿ ਆਪਣਾ ਆਪਣਾ ਜਿਵੇਂ ਜਿਵੇਂ ਜਿੰਨੀ ਜਿੰਨਾ ਸਮਾਂ ਸਾਨੂੰ ਬਾਜਵਾ ਸਾਹਿਬ ਵੱਲੋਂ ਦਿੱਤਾ ਜਾ ਰਿਹਾ, ਉਸ ਸਮੇਂ ਦੇ ਆਧਾਰ 'ਤੇ, ਉਸ ਸਮੇਂ ਦੀ ਗਰਿਮਾ ਦੇ ਵਿੱਚ ਰਹਿ ਕੇ
ਆਪਣੀ ਆਪਣੀ ਹਾਜ਼ਰੀ ਲਗਵਾਈਏ, ਨਾਲ ਦੇ ਨਾਲ ਸਨਮਾਨ ਚੱਲਦੇ ਜਾਣਗੇ। ਬਾਜਵਾ ਸਾਹਿਬ ਜੇ ਤੁਸੀਂ ਕਹੋ ਨੀਟੂ ਸ਼ਟਰਾਂ ਵਾਲੇ ਜੀ ਨੂੰ ਦੋ ਤਿੰਨ ਮਿੰਟ ਦਾ ਟਾਈਮ ਦੇ ਦਈਏ ਵਿੱਚ, ਦੇਖ ਲਓ ਜਦ ਤੱਕ ਉਹਨਾਂ ਨੂੰ ਅਮਰ ਰੋਜੀ ਜੀ ਨੂੰ ਇੱਕ ਅੱਧਾ ਮਿੰਟ ਦੇ ਦਿਓ। ਠੀਕ ਹੈ ਜੀ, ਠੀਕ ਹੈ, ਮੈਂ ਨੀਟੂ ਸ਼ਟਰਾਂ ਵਾਲਾ ਤੁਹਾਨੂੰ ਅਮਨ ਰੋਜੀ ਜੀ ਤੋਂ ਬਾਅਦ ਹੀ ਬੁਲਾ ਲੂੰਗੀ ਨਹੀਂ ਤਾਂ। ਸੋ ਆਓ ਜੀ, ਜਿਨ੍ਹਾਂ ਦੇ ਗੀਤ ਤੁਸੀਂ ਸੁਣੇ ਨੇ ਸੁਪਰ ਹਿੱਟ ਗੀਤ ਜੋ ਗਾਇਆ ਬਾ ਕਮਾਲ ਗਾਇਆ, ਇੱਕ ਵਾਰੀ ਖੁੱਲ ਕੇ ਤਾਲੀਆਂ ਹੋਣੀਆਂ ਚਾਹੀਦੀਆਂ ਫਿਰ, ਕਿਆ ਬਾਤ ਹੈ। ਇੱਕ ਤਾੜੀ ਤੁਸੀਂ ਬਾਜਵਾ ਸਾਹਿਬ ਦੀ ਸਾਰੀ ਟੀਮ ਦੇ ਲਈ ਵਜਾ ਦਿਓ, ਖੁੱਲ ਕੇ ਤਾਲੀਆਂ ਵਜਾ ਦਿਓ। ਸਾਰਿਆਂ ਦਾ ਧੰਨਵਾਦ, ਪੰਜਾਬ ਲਾਈਵ ਟੀਵੀ ਉਹਨਾਂ ਦਾ ਵੀ ਧੰਨਵਾਦ, ਪਾਟੀਆ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜੋ ਇਹ ਸਾਰਾ ਹੀ ਜਿੰਨਾ ਮੀਡੀਆ ਹੈ, ਕਈ ਬਹੁਤ ਸਾਰੀ ਇਹਨਾਂ ਦੀ ਜਿਹੜੀ ਬਹੁਤ ਵੱਡੀ ਕੋਸ਼ਿਸ਼ ਹੈ, ਇੱਕ ਛੋਟੇ ਜਿਹੇ ਕਲਾਕਾਰ ਨੂੰ ਇਹਨਾਂ ਦੀਆਂ ਸਿਫਤਾਂ ਦੇ ਨਾਲ ਬਹੁਤ ਵੱਡੇ ਅਹੁਦੇ ਵੀ ਮਿਲੇ ਨੇ। ਸੋ ਤੁਹਾਡੇ ਸਾਰਿਆਂ ਦਾ ਹੀ ਧੰਨਵਾਦ ਹੈ। ਸੋ ਆਓ ਹੁਣ ਮੰਚ ਤੇ ਸੱਦਾ ਦਈਏ, ਤੁਹਾਡੇ ਦੋ ਹੱਥਾਂ ਦੀਆਂ ਤਾਲੀਆਂ, ਨਾਲ ਦੇ ਨਾਲ ਤੁਸੀਂ ਸਨਮਾਨ ਕਰਦੇ ਜਾਓ। ਸੋ ਵਜਾ ਦਿਓ ਜੀ ਖੁੱਲ ਕੇ ਤਾਲੀਆਂ, ਅਮਨ ਰੋਜ਼ੀ ਜੀ। ਹੈਲੋ 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 ਹੈਲੋ, ਤੁਸੀਂ ਸਟਾਪ ਕਰਵਾ ਦਿਓ, ਇੱਕ ਮਿੰਟ ਨੂੰ ਕਰੋ। ਠੀਕ ਹੈ ਜੀ, ਇੱਕ ਮਿੰਟ ਸਨਮਾਨ ਕਰ ਲੈਂਦੇ। ਮੈਂ ਅੱਜ ਇਸ ਮੇਲੇ ਦੇ ਉੱਤੇ ਜਿੱਥੇ ਸਾਰੇ ਮੀਡੀਆ ਦਾ, ਪੰਜਾਬ ਲਾਈਵ ਦਾ, ਸਾਡੇ ਸਾਂਝਾ ਪੰਜਾਬ USA TV ਦੇ ਉੱਤੇ ਵੀ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਗਲੋਬਲ ਪੰਜਾਬ ਦਾ, ਅਤੇ ਹੋਰ ਜਿੰਨਾ ਵੀ ਮੀਡੀਆ ਜਿਹੜਾ ਅਖਬਾਰਾਂ ਵਾਲੇ ਅਤੇ ਜਿਹੜੇ ਸਾਡੇ ਕੈਮਰੇ ਦੇ ਵਿੱਚ ਫੋਟੋ ਖਿੱਚ ਰਹੇ ਨੇ, ਵੀਡੀਓ ਬਣਾ ਰਹੇ ਨੇ, ਇਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ। ਨਾਲ ਨਾਲ ਪੰਜਾਬ ਪੁਲਿਸ ਦਾ, SHO ਸਾਹਿਬ ਦਾ, DSP ਸਾਹਿਬ ਦਾ, ਪੁਲਿਸ ਕਮਿਸ਼ਨਰ ਦਾ, ਜਿਨ੍ਹਾਂ ਨੇ ਸਾਨੂੰ ਪਰਮਿਸ਼ਨਾਂ ਦਿੱਤੀਆਂ, ਉਹਨਾਂ ਦਾ ਵੀ ਜ਼ਰੂਰ ਧੰਨਵਾਦ ਕਰਨਾ ਚਾਹਾਂਗਾ। ਸਭ ਤੋਂ ਜ਼ਿਆਦਾ ਧੰਨਵਾਦ ਜਿਹੜੀ ਸਾਡੀ ਇਸ ਪਿੰਡ ਦੀ, ਜਿਹੜੀ 50-70 ਪਿੰਡਾਂ ਦੀ ਇੱਕ ਟੀਮ ਬਣੀ ਹੈ, ਉਹਨਾਂ ਦਾ ਜਿਹੜਾ ਰਲ ਮਿਲ ਕੇ ਇਹ ਪਹਿਲਾ ਮੇਲਾ ਕੀਤਾ। ਸੋ ਅੱਜ ਇਸ ਦੇ ਨਾਲ ਨਾਲ ਸਾਡੇ ਇਲਾਕੇ ਦੇ ਮੈਂਬਰ ਪਾਰਲੀਮੈਂਟ MP ਸੁਸ਼ੀਲ ਰਿੰਕੂ ਜੀ ਜਿਹੜੇ ਇੱਥੇ ਅੱਜ ਮੇਲੇ ਦੇ ਉੱਤੇ ਪਹੁੰਚੇ ਨੇ। ਸੋ ਸੁਸ਼ੀਲ ਰਿੰਕੂ ਜੀ, ਅਸੀਂ ਉਹਨਾਂ ਦਾ ਆਪਣੇ ਸਾਰੇ ਹੀ ਨਗਰ ਨਿਵਾਸੀਆਂ ਦੇ ਵੱਲੋਂ ਆਪਾਂ ਉਹਨਾਂ ਨੂੰ ਸਾਰਿਆਂ ਨੇ ਮਾਣ ਸਨਮਾਨ ਦੇਣਾ, ਅਤੇ ਇਹਨਾਂ ਦੇ ਕੋਲੋਂ ਸਾਨੂੰ ਬੜੀਆਂ ਇਲਾਕੇ ਦੀਆਂ ਆਸਾਂ ਨੇ। ਸੋ ਮੈਂ ਕਹਾਂਗਾ ਵੀ ਸਾਰੇ ਜਣੇ ਇੱਕ ਵਾਰੀ ਆਪਣੇ ਇਲਾਕਾ ਨਿਵਾਸੀ ਜਿਹੜੇ ਨੇ ਇਹਨਾਂ ਦਾ ਸਨਮਾਨ ਕਰਨ, ਸੁਸ਼ੀਲ ਰਿੰਕੂ ਜੀ, ਜਿਹੜੇ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਸਾਡੀ ਪੰਜਾਬੀਆਂ ਦੀ ਆਵਾਜ਼ ਉਠਾਉਣੀ ਹੈ। ਸੋ ਜਿਹੜੇ ਵੀ ਅਸੀਂ ਕੋਈ ਵੀ ਸਨੇਹ ਹੋਣਗੇ ਅਸੀਂ ਇਹਨਾਂ ਨੂੰ ਦਿਆ ਕਰਾਂਗੇ। ਸੁਸ਼ੀਲ ਰਿੰਕੂ ਜੀ ਸਾਡੇ ਵਿੱਚ ਆਏ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਵਿੱਚ ਸਾਡੇ ਗਿਆਨੀ ਮਨਜੀਤ ਸਿੰਘ ਜੀ ਆਏ ਨੇ, ਜਿਨ੍ਹਾਂ ਦੇ ਕੋਲੋਂ ਕਿ ਤੁਸੀਂ ਕੀਰਤਨ, ਭਾਈ ਅਮਰਜੀਤ ਸਿੰਘ ਅਤੇ ਭਾਈ ਮਨਜੀਤ ਸਿੰਘ ਜੀ ਬਹੁਤ ਵਧੀਆ ਕੀਰਤਨ ਰਸੀਲਾ ਕਰਦੇ ਨੇ, ਸਪੈਸ਼ਲ ਤੌਰ 'ਤੇ ਆਏ ਨੇ ਕੈਲੀਫੋਰਨੀਆ ਤੋਂ, ਇਹਨਾਂ ਦਾ ਵੀ ਸਨਮਾਨ ਕਰ। ਇੱਕ ਸ਼ੀਲਡ ਪਈ, ਗੁਰਜੀਤ ਘੁੰਮਣ ਜੀ ਤੁਹਾਡੀ ਵੀ ਸ਼ੀਲਡ ਪਈ ਹੈ, ਬਾਕੀ ਕਮੇਟੀ ਵਾਲੇ ਤੁਹਾਨੂੰ ਬਾਅਦ 'ਚ ਮਿਲਣਗੇ, ਕੋਈ ਗੱਲ ਨਹੀਂ। ਇੱਕ ਵਾਰੀ ਤਾਲੀਆਂ ਵਜਾ ਦਿਓ ਜੀ ਪਲੀਜ਼, ਤੁਸੀਂ ਸਾਰੇ ਹੀ, ਇੱਧਰ ਸਨਮਾਨ ਦੀ ਜਿਹੜੀ ਰਸਮ ਹੋ ਰਹੀ।
ਮੈਂ ਇੱਕ ਮਿੰਟ ਮੈਂ ਜ਼ਰੂਰ ਕਹਾਂਗਾ ਕਿ ਸੁਸ਼ੀਲ ਰਿੰਕੂ ਜੀ ਜਿੱਥੇ ਸਾਡੇ ਕੋਲ ਅੱਜ ਇਲਾਕੇ 'ਚ ਆਏ ਨੇ, ਇਹਨਾਂ ਨੂੰ ਜ਼ਰੂਰ ਕਹਾਂਗਾ ਕਿ ਇਹ ਦੋ ਸ਼ਬਦ ਵੀ ਜ਼ਰੂਰ ਸਾਡੇ ਇਲਾਕਾ ਨਿਵਾਸੀਆਂ ਨਾਲ ਸਾਂਝੇ ਕਰਨ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਬਾਜਵਾ ਜੀ, ਜਿਨ੍ਹਾਂ ਨੂੰ ਸਾਰੇ ਇਲਾਕੇ ਦੇ ਵਿੱਚ ਬੱਬੀ ਬਾਜਵਾ ਜੀ ਦੇ ਨਾਲ ਜਾਣਿਆ ਜਾਂਦਾ, ਕਿਉਂਕਿ ਇੱਕ ਪਿਆਰੇ ਭਰਾ ਆ, ਭਾਵੇਂ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋਏ ਆ, ਜਿੱਥੇ ਇਹਨਾਂ ਨੇ ਸਾਡੇ ਇਲਾਕੇ ਦਾ ਪੰਜਾਬੀਆਂ ਦਾ ਮਾਣ ਵਧਾਇਆ ਵਿਦੇਸ਼ ਦੇ ਵਿੱਚ ਜਾ ਕੇ, ਉੱਥੇ ਮੈਂ ਸਮਝਦਾ ਕਿ ਆਪਣੀ ਧਰਤੀ ਦੇ ਨਾਲ, ਆਪਣੀਆਂ ਜੜ੍ਹਾਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਜਿਹੜੀ ਸਾਂਝ ਹੈ ਪਿਆਰ ਦੀ, ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖੀ ਹੈ। ਅਕਸਰ ਸਮੇਂ ਦੇ ਨਾਲ ਜਦੋਂ ਲੋਕ ਤਰੱਕੀ ਕਰਦੇ ਆ ਤਾਂ ਆਪਣਾ ਪਿਛੋਕੜ ਔਰ ਆਪਣੀਆਂ ਜੜ੍ਹਾਂ ਨੂੰ ਭੁੱਲ ਜਾਂਦੇ ਆ। ਸਾਨੂੰ ਮਾਣ ਹੈ ਬਾਜਵਾ ਸਾਹਿਬ 'ਤੇ ਕਿ ਜਿਨ੍ਹਾਂ ਨੇ ਬਸਤੀ ਬਾਵਾ ਖੇਲ ਦੇ ਜਿਹੜੇ ਬਚਪਨ ਦੇ ਦੋਸਤ, ਬਚਪਨ ਦੇ ਮਿੱਤਰ ਔਰ ਜਵਾਨੀ ਦੇ ਸਾਥੀ, ਅੱਜ ਉਹਨਾਂ ਨੂੰ ਇਕੱਠੇ ਕਰਕੇ ਜਿਹੜਾ ਇੱਕ ਸੱਭਿਆਚਾਰਕ ਮੇਲਾ ਇੱਥੇ ਕਰਾਉਣ ਦਾ ਅੱਜ ਉਪਰਾਲਾ ਕੀਤਾ, ਪਹਿਲਾ ਪ੍ਰੋਗਰਾਮ ਹੈ, ਬੜਾ ਅੱਛਾ ਪ੍ਰੋਗਰਾਮ ਚੱਲ ਰਿਹਾ ਜਿੱਥੇ ਨਾਮੀ ਕਲਾਕਾਰ ਸਾਥੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਦਾ ਨਾਮ ਮਸ਼ਹੂਰ ਹੈ ਉਹ ਇੱਥੋਂ ਹੋ ਕੇ ਗਏ ਹੈ। ਉਹਨਾਂ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਜਿਹੜੇ ਲੀਡਰ ਸਾਹਿਬਾਨ ਹੈ ਵੱਖ ਵੱਖ ਪਾਰਟੀਆਂ ਦੇ, ਉਹ ਵੀ ਇਸ ਮੇਲੇ ਦੇ ਵਿੱਚ ਹਾਜ਼ਰੀ ਲਗਵਾ ਕੇ ਗਏ ਹੈ। ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਭਾਵੇਂ ਬਾਜਵਾ ਸਾਹਿਬ ਵਿਦੇਸ਼ ਦੇ ਵਿੱਚ ਸੈਟਲ ਹੋ ਗਏ, ਇਹਨਾਂ ਨੇ ਜਿਹੜਾ ਪਿਆਰ ਹੈ ਆਪਣੇ ਲੋਕਾਂ ਦੇ ਨਾਲ, ਸਮਾਜ ਦੇ ਨਾਲ, ਪੰਜਾਬੀਆਂ ਦੇ ਨਾਲ ਉਸੇ ਤਰੀਕੇ ਨਾਲ ਬਣਾ ਕੇ ਰੱਖਿਆ। ਔਰ ਸਾਡੇ ਨਾਲ ਵੱਡੀ ਗੱਲ ਹੈ ਕਿ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਆ, ਜਿਹੜਾ ਵੀ ਜਿੰਨੀਆਂ ਵੀ ਸ਼ਖਸੀਅਤਾਂ ਇੱਥੇ ਆਈਆਂ ਹਰ ਇੱਕ ਤੋਂ ਪੰਜਾਬੀ ਮਾਂ ਬੋਲੀ ਦੇ ਚਰਨਾਂ ਦੇ ਵਿੱਚ ਨਮਨ ਕਰਵਾਇਆ, ਮੱਥਾ ਟੇਕਿਆ, ਪੰਜਾਬੀ ਨੂੰ ਪ੍ਰਮੋਟ ਕਰ ਰਿਹਾ। ਸੋ ਮੈਂ ਸਾਰੇ ਇਲਾਕੇ ਵੱਲੋਂ ਬਾਜਵਾ ਸਾਹਿਬ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ। ਔਰ ਬਹੁਤ ਅੱਛਾ ਕਲਾਕਾਰ ਸਾਥੀ, ਜਦੋਂ ਮੈਂ ਆਇਆ ਤਾਂ ਹਰਦੀਪ ਗਿੱਲ ਜੀ ਜਿਹੜੇ ਆ ਉਹ ਗਾਣਾ ਗਾ ਰਹੇ ਸੀ। ਮੈਨੂੰ ਯਾਦ ਹੈ ਬਾਜਵਾ ਸਾਹਿਬ, ਮੈਂ ਇੱਕ ਛੋਟੀ ਜਿਹੀ ਬਚਪਨ ਦੀ ਸਾਂਝ ਹੈ ਜਿਹੜੀ ਇੱਕ ਯਾਦ ਹੈ ਉਹ ਸਾਰਿਆਂ ਨਾਲ ਇੱਥੇ ਸਾਂਝੀ ਕਰਾਂਗਾ ਕਿ ਇਹਨਾਂ ਦਾ ਜਿਹੜਾ ਗੀਤ ਹੈ, ਜਦੋਂ ਪਹਿਲੀ ਵਾਰੀ ਆਇਆ ਸੀ ਸ਼ਹਿਰ ਪਟਿਆਲੇ ਦੇ, ਤਾਂ ਮੇਰਾ ਖਿਆਲ 88 ਜਾਂ 89 ਦੇ ਲਗਭਗ ਇਹ ਗੀਤ ਆਇਆ ਸੀ ਔਰ ਉਹ ਪਹਿਲਾ ਵੀਡੀਓ ਸੀ, ਪੰਜਾਬੀ ਜਗਤ ਦਾ ਪਹਿਲਾ ਵੀਡੀਓ ਸੀ ਜਿਹੜਾ ਲਾਈਵ ਉਹਦੇ ਨਾਲ ਜਿਹੜਾ ਵੀਡੀਓ ਚੱਲ ਰਿਹਾ ਸੀ। ਅਦਰਵਾਈਜ਼ ਸਾਰੇ ਗਾਣੇ ਸਟੂਡੀਓ ਦੇ ਵਿੱਚ ਗਾਏ ਜਾਂਦੇ ਸੀ, ਉਹ ਪਹਿਲਾ ਗਾਣਾ ਸੀ ਜਿਹੜਾ ਲਾਈਵ ਬੁਲਟ ਮੋਟਰਸਾਈਕਲਸ, ਜੀਪਸ, ਸਕੂਟਰ, ਹੀਰੋ ਹੋਂਡਾ ਸਾਰੇ ਜਿਹੜੇ ਯੰਗਸਟਰ ਜਿਹੜੇ ਆ ਉਹਨਾਂ ਦੀ ਜਿਹੜੀ ਤਰਜ ਦੇ ਉੱਤੇ ਉਹ ਪਹਿਲਾ ਗਾਣਾ ਕੱਢਿਆ ਸੀ, ਬਹੁਤ ਮਸ਼ਹੂਰ ਹੋਇਆ ਔਰ ਇੱਕੋ ਗਾਣੇ ਨੇ ਹੀ ਗਿੱਲ ਸਾਹਿਬ ਨੂੰ ਜਿਹੜਾ ਰਾਤੋ ਰਾਤ ਜਿਹੜਾ ਸਟਾਰ ਬਣਾਇਆ। ਸੋ ਅੱਜ ਉਹਨਾਂ ਦੇ ਤੁਸੀਂ ਦਰਸ਼ਨ ਕਰਾ ਕੇ ਲਾਈਵ ਗਾਣਾ ਸੁਣਾ ਕੇ, ਕਿਉਂਕਿ ਬਚਪਨ ਦੀਆਂ ਯਾਦਾਂ ਮੈਨੂੰ ਯਾਦ ਹੈ, ਮੇਰੇ ਪਿਤਾ ਜੀ ਨੇ ਮੈਨੂੰ ਇੱਕ ਦੋ ਵਾਰੀ ਗੱਲ ਕਹੀ ਸੀ, ਕਹਿੰਦੇ ਜਦੋਂ ਤੇਰਾ ਵਿਆਹ ਹੋਣਾ ਤਾਂ ਇਸ ਸਿੰਗਰ ਨੂੰ ਬੁਲਾਵਾਂਗੇ ਆਪਾਂ। ਉਹ ਗੱਲਾਂ ਜਿਹੜੀਆਂ ਯਾਦ ਆ ਰਹੀਆਂ, ਕਿਉਂਕਿ ਤੁਸੀਂ ਅੱਜ ਉਹ ਮਿੱਠੀਆਂ ਯਾਦਾਂ ਜਿਹੜਾ ਜਿਨ੍ਹਾਂ ਨੂੰ ਅਸੀਂ ਟੀਵੀ ਦੇ ਵਿੱਚ ਦੇਖਿਆ, ਅੱਜ ਤੁਸੀਂ ਉਹਨਾਂ ਦਾ ਜਿਹੜਾ ਗੀਤ ਹੈ ਰੂਬਰੂ ਸੁਣਨ ਦਾ ਮੌਕਾ ਮਿਲਿਆ। ਔਰ
ਇਹਨਾਂ ਦਾ ਜਿਹੜਾ ਗਾਣਾ ਸੀ ਚੰਡੀਗੜ੍ਹ ਕਰੇ ਅਸ਼ਕੀ ਜਿਹੜਾ ਇਹਨਾਂ ਨੇ ਗਾਇਆ ਸੀ ਮੁੰਡਾ ਜੱਟਾਂ ਦਾ ਜਲੰਧਰ ਆ ਕੇ ਉਹ ਗਾਣਾ ਸਾਡੇ ਘਰ ਪਰਿਵਾਰ ਦੇ ਜਵਾਈ ਸਾਡੇ ਪ੍ਰਾਹੁਣਾ ਸਾਹਿਬ ਮਦਨ ਜਲੰਧਰੀ ਜੀ ਉਹਨਾਂ ਦੁਆਰਾ ਲਿਖਿਤ ਸੀ ਉਹ ਗਾਣਾ ਸੋ ਬੜੇ ਰਿਸ਼ਤੇ ਸੀ ਇਹਨਾਂ ਦੇ ਨਾਲ ਪੁਰਾਣੇ ਸਾਂਝੇ ਅੱਜ ਉਹ ਸਾਰੀਆਂ ਯਾਦਾਂ ਤੁਹਾਡੇ ਮਾਧਿਅਮ ਤੋਂ ਤਾਜ਼ਾ ਹੋਈਆਂ ਔਰ ਬਸਤੀ ਬਾਬਾ ਖੇਲ ਦੇ ਬਹੁਤ ਸਾਰੇ ਸਾਥੀ ਮੇਰੇ ਵੱਡੇ ਵੀਰ ਨੌਜਵਾਨਾਂ ਦੇ ਤੁਸੀਂ ਇੱਥੇ ਦਰਸ਼ਨ ਵੀ ਕਰਾਏ ਆ ਹਰ ਇੱਕ ਦੇ ਨਾਲ ਮਿਲਾਇਆ ਸੋ ਮੈਂ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਵਾਹਿਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਬਾਜਵਾ ਸਾਹਿਬ ਹਮੇਸ਼ਾ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਔਰ ਇਸੇ ਤਰੀਕੇ ਨਾਲ ਪੰਜਾਬ ਔਰ ਪੰਜਾਬੀਅਤ ਦੀ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜੀ ਸੁਸ਼ੀਲ ਰਿੰਕੂ ਜੀ ਸਾਡੇ ਇਲਾਕੇ ਦੀ ਸ਼ਾਨ ਮੈਂ ਇਹਨਾਂ ਨੂੰ ਇੱਕ ਗੁਜ਼ਾਰਿਸ਼ ਜ਼ਰੂਰ ਕਰਾਂਗਾ ਆਹ ਜਿਹੜੀ ਸਾਡੀ ਗਰਾਊਂਡ ਇਹਨਾਂ 10-15 ਪਿੰਡਾਂ ਦੀ ਗਰਾਊਂਡ ਲੱਗਦੀ ਜੇ ਇਹ ਗਰਾਊਂਡ ਦੇ ਵਿੱਚ ਸਾਡਾ ਸਾਥ ਦਿਓ ਅਸੀਂ NRI ਨਾਲ ਹਾਂ ਇਹਦੇ ਵਿੱਚ ਹਮਲਾ ਜਿਹਾ ਮਾਰ ਕੇ ਨੂੰ ਇੱਦਾਂ ਦੀ ਗਰਾਊਂਡ ਬਣਾ ਦਈਏ ਕਿ ਲੋਕ ਸਵੇਰੇ ਸੈਰ ਕਰਨ ਕੋਈ ਇੱਥੇ ਆਪਣਾ ਫੰਕਸ਼ਨ ਕਰ ਸਕੇ ਕੋਈ ਪਾਰਕਿੰਗ ਕਰ ਸਕੇ ਵਧੀਆ ਤਰੀਕੇ ਨਾਲ ਬਣਾਉਣੀ ਤੁਸੀਂ ਜਿੱਦਾਂ ਕਹੋਗੇ ਨਾ ਅਸੀਂ ਉੱਦਾਂ ਸਾਥ ਦਿਆਂਗੇ ਇਹ ਸਾਨੂੰ ਜ਼ਰੂਰ ਇੱਕ ਵਾਰੀ ਇਹ ਕਹਿ ਕੇ ਜਾਓ ਬਿਲਕੁਲ ਜੀ ਕਿਉਂਕਿ ਤੁਸੀਂ ਗਰਾਊਂਡ ਦੀ ਗੱਲ ਕੀਤੀ ਹੈ ਪਾਰਕ ਦੀ ਗੱਲ ਕੀਤੀ ਹੈ ਮੈਂ ਵੀ ਇਹ ਚਾਹਾਂਗਾ ਕਿ ਇਸੇ ਪਾਰਕ ਜ਼ਰੂਰ ਬਣਨੀ ਚਾਹੀਦੀ ਹੈ ਤਾਂ ਕਿ ਇਲਾਕੇ ਦੇ ਜਿਹੜੇ ਲੋਕ ਹਨ ਇੱਥੇ ਸੈਰ ਕਰ ਸਕਣ ਫੰਕਸ਼ਨ ਕਰ ਸਕਣ ਇੱਥੇ ਦੁਸਹਿਰੇ ਦਾ ਬੜਾ ਵੱਡਾ ਪ੍ਰੋਗਰਾਮ ਹੁੰਦਾ ਹੋਰ ਵੀ ਆਂਢ ਗੁਆਂਢ ਇਲਾਕੇ ਦੇ ਵਿੱਚ ਜਿਹੜੇ ਕੋਈ ਨਾਲ ਲੱਗਦੇ ਆ ਉਹਨਾਂ ਦੇ ਜਿਹੜੇ ਪ੍ਰੋਗਰਾਮ ਹੈ ਲੋਕ ਇੱਥੇ ਆ ਕੇ ਉਹਨਾਂ ਪ੍ਰੋਗਰਾਮਾਂ ਨੂੰ ਕਰਦੇ ਆ ਔਰ ਜਗ੍ਹਾ ਹਮੇਸ਼ਾ ਜਿਹੜੀ ਹੈ ਕੰਮ ਆਉਂਦੀ ਹੈ ਸੋ ਇਹ ਜਗ੍ਹਾ ਵੀ ਜਿਹੜੀ ਅਸੀਂ ਇਹਨੂੰ ਚੰਗੀ ਜਿਹੜੀ ਪਾਰਕ ਹੈ ਤੁਹਾਡੇ ਸਾਥ ਦੇ ਨਾਲ ਤੁਹਾਡੀ ਗਾਈਡੈਂਸ ਦੇ ਵਿੱਚ ਜਿਹੜਾ ਇਹਨੂੰ ਆਉਣ ਵਾਲੇ ਸਮੇਂ 'ਚ ਵਧੀਆ ਡਿਵੈਲਪ ਕੀਤਾ ਜਾਏਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤਾੜੀਆਂ ਮਾਰ ਦਿਓ ਜ਼ੋਰਦਾਰ ਬਹੁਤ ਬਹੁਤ ਧੰਨਵਾਦ ਸੋ ਮੈਂ ਸਾਰੇ ਕਲਾਕਾਰਾਂ ਨੂੰ ਤੁਸੀਂ ਸੁਣ ਕੇ ਜਾਣਾ ਜਿੰਨੇ ਬੈਠੇ ਜੇ ਜਾਇਓ ਨਾ ਕੋਈ ਅਜੇ ਹੁਣ ਬੈਕ ਟੂ ਆਸ਼ੂ ਚੋਪੜਾ ਜੀ ਬਿਲਕੁਲ ਕਿਉਂਕਿ ਸਾਰੇ ਹੀ ਕਲਾਕਾਰ ਇੱਕ ਤੋਂ ਇੱਕ ਵੱਧ ਉਹਨਾਂ ਦਾ ਆਪਣਾ ਜਿਹੜਾ ਖੂਬਸੂਰਤ ਮਕਾਮ ਹੈ ਸੋ ਜਿਹੜਾ ਉਹਨਾਂ ਨੇ ਹਾਸਿਲ ਕੀਤਾ ਸੋ ਇੱਕ ਵਾਰੀ ਫਿਰ ਤੋਂ ਮੈਂ ਸਾਰਿਆਂ ਦੇ ਜਿੰਨੀਆਂ ਮਾਇਨਾਜ ਸ਼ਖਸੀਅਤਾਂ ਪਹੁੰਚੀਆਂ ਨੇ ਜਿੰਨੇ NRIs ਜਿਨ੍ਹਾਂ ਨੇ ਸਪੋਂਸਰ ਕੀਤਾ ਜਿਨ੍ਹਾਂ ਨੇ ਸਪੋਰਟ ਕੀਤਾ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹੋਏ ਸੋ ਆਓ ਜੀ ਹੁਣ ਤਾਲੀ ਵਜਾ ਕੇ ਦੱਸੋ ਕਿ ਅਮਨ ਰੋਜ਼ੀ ਜੀ ਨੂੰ ਬੁਲਾਈਏ ਕਿ ਨਹੀਂ ਬੁਲਾਈਏ ਇੱਦਾਂ ਥੋੜੀ ਕਿਲਕਾਰੀਆਂ ਵਜਣੀਆਂ ਚਾਹੀਦੀਆਂ ਪਤਾ ਤਾਂ ਲੱਗੇ ਕਿ ਤੁਸੀਂ ਸੱਭਿਆਚਾਰ ਮੇਲੇ ਦੇ ਵਿੱਚ ਹੱਸਦਾ ਵੱਸਦਾ ਰਹੇ ਪੰਜਾਬ ਕਿਉਂਕਿ ਹਾਸੇ ਕਿਲਕਾਰੀਆਂ ਦਾ ਹੀ ਸ਼ਿੰਗਾਰ ਹੈ ਸਾਡਾ ਪੰਜਾਬ ਸੋ ਆਓ ਦੋ ਹੱਥਾਂ ਦੇ ਨਾਲ ਤਾਲੀਆਂ ਵਜਾ ਕੇ ਉਸ ਖੂਬਸੂਰਤ ਅੱਲੜ ਮੁਠਿਆਰ ਨੂੰ ਮੰਚ ਤੇ ਸੱਦਾ ਦਈਏ ਸੋ ਮੇਰੀ ਮੁਰਾਦ ਅਮਨ ਰੋਜ਼ੀ ਜੀ ਥੈਂਕ ਯੂ
ਭਰੀ ਸਤਿ ਸ਼੍ਰੀ ਅਕਾਲ ਜੀ। ਇੱਕ ਤਾੜੀ ਲਾ ਕੇ ਦੱਸ ਦੋ ਜਲੰਧਰ ਵਾਲੇ ਚੜ੍ਹਦੀ ਕਲਾ ਚ ਬੈਠੇ ਹੋ। ਚੈੱਕ ਵਨ, ਹੈਲੋ ਹੈਲੋ। ਸੋ ਬਹੁਤ ਹੀ ਵਧੀਆ ਉਪਰਾਲਾ, ਜਿੱਥੇ ਮੈਂ ਧੰਨਵਾਦ ਕਰਾਂਗੀ, ਵਧਾਈ ਵੀ ਦੇਵਾਂਗੀ ਸਾਂਝਾ ਪੰਜਾਬ ਸੱਭਿਆਚਾਰ ਮੇਲਾ ਸਾਡੇ ਬਹੁਤ ਹੀ ਰਿਸਪੈਕਟਡ ਸਰਦਾਰ ਬਲਜਿੰਦਰ ਸਿੰਘ ਜੀ ਬਾਜਵਾ ਹੋਣਾ ਨੂੰ, ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਰਹਿ ਕੇ ਤਾਂ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਨੂੰ ਜ਼ਿੰਦਾ ਰੱਖਿਆ, ਅੱਜ ਪੰਜਾਬ ਦੀ ਧਰਤੀ 'ਤੇ ਆ ਕੇ ਸੱਭਿਆਚਾਰ ਮੇਲਾ ਕਰਵਾਇਆ। ਇਹ ਸੱਭਿਆਚਾਰ ਮੇਲਾ ਵੀ ਤਾਂ ਹੋਇਆ, ਤੁਹਾਡਾ ਵੀ ਪੂਰਾ ਨਾਲ ਯੋਗਦਾਨ ਹੈ ਜੀ, ਪੂਰਾ ਸਹਿਯੋਗ ਦਿੱਤਾ ਤੁਸੀਂ ਸਾਰਿਆਂ ਨੇ। ਇੱਕ ਜ਼ੋਰਦਾਰ ਤਾੜੀ ਸਾਡੇ ਭਾਅ ਜੀ ਬਲਜਿੰਦਰ ਸਿੰਘ ਬਾਜਵਾ ਜੀ ਹੋਣਾ ਦੇ ਨਾਤੇ ਲਾ ਦਿਓ। ਬਹੁਤ ਹੀ ਰਿਸਪੈਕਟਡ ਸ਼ਖਸੀਅਤ ਆ ਸਾਡੇ ਵਿਚਕਾਰ ਸਾਡੇ ਭਾਅ ਜੀ ਮਹਿਤਾਬ ਕਾਲੋ ਜੀ, ਪਾਲ ਮੂਸੇਵਾਲਾ ਜੀ, ਸੋ ਬਲਵਿੰਦਰ ਸਿੰਘ ਜੀ ਬੋਪਾ ਰਾਏ, ਉਹ ਵੀ ਸਾਡੇ ਵਿਚਕਾਰ ਨੇ, ਅਮੈਰੀਕਾ ਤੋਂ ਪਹੁੰਚੇ ਨੇ। ਸੋ ਮੇਰੀ ਭੈਣ ਆਸ਼ੂ ਜੀ, ਜਿਨ੍ਹਾਂ ਤੋਂ ਬਿਨਾਂ ਮੈਨੂੰ ਤਾਂ ਲੱਗਦਾ ਜੀ ਹਰ ਸਟੇਜ ਅਧੂਰੀ ਹੈ। ਬੋਲਣ ਦਾ ਅੰਦਾਜ਼, ਗੱਲ ਕਰਨ ਦਾ ਅੰਦਾਜ਼, ਇੱਕ ਕਲਾਕਾਰ ਨੂੰ ਪੇਸ਼ ਕਰਨ ਦਾ ਅੰਦਾਜ਼ ਬਹੁਤ ਵਧੀਆ। ਇੱਕ ਤਾੜੀ ਮੇਰੀ ਭੈਣ ਦੇ ਨਾਂ ਤੇ ਲਾ ਦਿਓ। ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ, ਮੇਰੇ ਤੋਂ ਪਹਿਲਾਂ ਬਹੁਤ ਹੀ ਸੀਨੀਅਰ ਆਰਟਿਸਟ ਹਾਜ਼ਰੀ ਲਗਵਾ ਕੇ ਗਏ ਹੈ। ਸੋ ਮੈਂ ਸ਼ੁਰੂਆਤ ਕਰਦੀ ਹਾਂ ਜੀ, ਮੇਰਾ ਗੀਤ ਸ਼ਾਮਲਾ ਟੋਹੀ ਤੁਹਾਡੀ ਨਜ਼ਰ। ਹੁੱਕਾ ਦੀ ਉਹ ਜਵਾਨੀ ਜਿਹੜੀ ਯਾਰੀ ਨਾ ਕਰੇ, ਓਏ ਦਾਦਾ ਉਹ ਪੰਚਾਇਤੀ ਗੱਲ ਖਰੀ ਨਾ ਕਰੇ, ਹਿਦਾਨੀ ਉਂਝ ਬੰਦਾ ਸਾਰੀ ਜ਼ਿੰਦਗੀ ਆਪਰ ਬੰਦੇ ਨੂੰ ਹਰੋਂਦੀਆਂ ਨੇ ਮਜਬੂਰੀਆਂ, ਕੋਈ ਵੱਟ ਕੇ ਨਹੀਂ ਵੱਟਾ ਲਾਟ ਸਾਂਬ ਬਣਦਾ। ਮੈਂ ਕਿਹਾ ਸ਼ਾਮ ਲਾਟ ਦੱਬ ਕੇ ਨਾ ਪੈਣ ਪੂਰੀਆਂ, ਕਹਿੰਦਾ ਕਿ ਮਾੜੇ ਨੂੰ ਦਬਕਾਉਣਾ ਜੋ ਪਹਿਲਾਂ ਹੀ ਘਾਬਰਦਾ, ਆਉਂਦਾ ਫੇਰ ਸਵਾਦ ਜੇ ਅੱਗਿਓਂ ਹੋਵੇ ਪੁੱਤ ਬਰਾਬਰ ਦਾ, ਨਹੀਂ ਸੂਰਮਾ ਸੁਣਦਾ ਮਾੜੇ ਤੇ ਚੱਕਦਾ ਤਲਵਾਰਾਂ ਨੂੰ, ਵਿਆਹ ਕਰਵਾ ਕੇ ਯਾਰ ਹੰਡਾਉਣੇ ਫੱਬਦੇ ਨਾ ਮੁਟਿਆਰਾਂ ਨੂੰ ਮੁਟਿਆਰਾਂ ਨੂੰ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ, ਕਹਿੰਦਾ ਜੇ ਤੂੰ ਤੱਕੇ ਬਗਾਨੀ ਤੇਰੀ ਵੀ ਕੋਈ ਤੱਕੂਗਾ, ਜੇ ਤੂੰ ਤੱਕੇ ਬਗਾਨੀ ਤੇਰੀ ਵੀ ਕੋਈ ਤੱਕੂਗਾ, ਹੁੰਦੀ ਯਾਰ ਮਾਰਦਾ ਆਈ ਵਿੱਚ ਪਿਆਰਾ, ਗੁੱਡੀ ਸਦਾ ਸਿਖਰ ਤੇ ਚੜੀ ਕਿਸੇ ਦੀ ਰਹਿੰਦੀ ਨਾ, ਰਹਿੰਦੀਆਂ ਸਮੇਂ ਸਮੇਂ ਨਾਲ ਬਦਲਦੀਆਂ ਸਰਕਾਰਾਂ। ਸੋ ਹੀ ਕੀ ਤੁਹਾਡੀ ਨਜ਼ਰ ਝੁੰਮਰ ਹੈ ਵੀਰੇ ਪਹਿਲਾਂ, ਹੁੱਕਾ ਦੀ ਉਹ ਜਵਾਨੀ ਜਿਹੜੀ ਅੜੀ ਨਾ ਕਰੇ, ਹਰੋਂਦੀਆਂ ਨੇ ਮਜਬੂਰੀਆਂ, ਹਿੰਮਤ ਕੇ ਲਾਟ ਸਾਹਿਬ ਬਣਦਾ।
ਗੌਰ ਕਰਨਾ। ਕਹਿੰਦਾ ਕਰੇ ਨਾ ਫਿਕਰ ਕਦੀ ਚਿੱਟੀ ਦਾੜੀ ਦਾ, ਜਿਹਦਿਆਂ ਹੱਡਾਂ ਨੂੰ ਗੇਰਾ ਚਿੱਟਾ ਲੱਗ ਜੇ। ਇਹ ਸਾਡੇ ਪੰਜਾਬ ਦਾ ਦੁਖਾਂਤ ਹੈ ਜੀ ਬਹੁਤ ਵੱਡਾ, ਕਿ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਚਿੱਟੇ ਵਰਗੀ ਦਲਦਲ 'ਚ ਧਸਦੀ ਜਾ ਰਹੀ ਹੈ। ਸੋ ਕੀ ਲਿਖਿਆ ਗੌਰ ਕਰਨਾ, ਕਰੇ ਨਾ ਫਿਕਰ ਕਦੀ ਚਿੱਟੀ ਦਾੜੀ ਦਾ, ਜਿਹਦਿਆਂ ਹੱਡਾਂ ਨੂੰ ਕੀੜਾ ਚਿੱਟਾ ਲੱਗ ਜੇ। ਫਾਇਦਾ ਕੀ ਆ ਤੀਰਥਾਂ ਤੇ ਕੀਤੀ ਸੇਵਾ ਦਾ, ਘਰੇ ਮਾਂ ਬਾਪ ਨੂੰ ਨੇ ਜੋ ਗਾਲਾਂ ਕੱਢੀਆਂ। ਸਾਡੇ ਬਜ਼ੁਰਗ ਬੈਠੇ ਆ, ਬਾਪੂ ਜੀ ਹੁਣੀ ਬੈਠੇ ਆ, ਜਿਨ੍ਹਾਂ ਨੇ ਪੁਰਾਣੀਆਂ ਖੁਰਾਕਾਂ ਖਾਧੀਆਂ, ਦੇਸੀ ਘਿਓ ਦੇ ਛੰਨੇ ਪੀਤੇ ਆ, ਆ ਦੇਖੋ ਤਾਂ ਕਿੱਦਾਂ ਚਿਹਰੇ ਦਗਮਗ ਦਗਮਗ ਕਰਦੇ। ਇੱਕ ਆ ਸਾਡੇ ਵੱਲ ਦੇਖ ਲਓ, ਇੰਨਾ ਮੂੰਹ ਰੰਗਿਆ, ਜੇ ਲਾਈਟਾਂ ਨਾ ਲੱਗੀਆਂ ਹੁਣ ਮੇਰੇ ਵਰਗੀ ਤਾਂ ਦਿਖੇ ਵੀ ਨਾ ਕਿਤੇ। ਅੱਜ ਕੱਲ੍ਹ ਦੇ ਜਵਾਕਾਂ ਨੂੰ ਮੈਂ ਕਹਿੰਦੀ ਹਾਂ ਜੀ, ਸਬਜ਼ੀ 'ਚ ਇੱਕ ਚਮਚਾ ਦੇਸੀ ਘਿਓ ਦਾ ਤਾਂ ਪਾ ਕੇ ਦਿਓ, ਨਾਲ ਹੀ ਕਹਿਣਗੇ ਬੇਬੇ ਲੈ ਜਾ ਮੁਸ਼ਕ ਆਉਂਦਾ। ਪਰ ਕਸੂਰ ਬਾਪੂ ਜੀ ਸਾਡਾ ਵੀ ਨਹੀਂ, ਕਿਉਂਕਿ ਅਸੀਂ ਮਿਲਾਵਟ ਹੀ ਇੰਨੀ ਛੱਕ ਚੁੱਕੇ, ਪਿਓਰ ਤਾਂ ਸਾਨੂੰ ਪਚਦਾ ਹੀ ਨਹੀਂ, ਅਸੀਂ ਪਿਓਰ ਖਾ ਕੇ ਬਿਮਾਰ ਹੋ ਜਾਂਦੇ ਹਾਂ। ਸੋ ਖਾਧੀਆਂ ਖੁਰਾਕਾਂ ਦਾ ਕਿੱਥੇ ਪਤਾ ਲੱਗਦਾ, ਗੌਰ ਕਰਨਾ। ਖਾਧੀਆਂ ਖੁਰਾਕਾਂ ਨੇ ਤਰਨ ਟਾਈਮ ਤੇ, ਖਾਧੀਆਂ ਖੁਰਾਕਾਂ ਨੇ ਤਰਨ ਟਾਈਮ ਤੇ, ਝੁੱਟ ਮਾਰ ਕਿੰਨੇ ਚੁੰਗੀਆਂ ਨੇ ਹੁੰਦੀ।
ਕਿਆ ਸ਼ਾਮ ਨਾਲ ਦਬ ਕਿਣਾ ਪੈਣ ਪੂਰੀਆਂ। ਸੋ ਮੇਰਾ ਗੀਤ ਟਰੂ ਲਾਈਫ, ਬੰਦੇ ਦੋਗਲੇ ਮੁਸੀਬਤਾਂ ਚ ਭੱਜ ਜਾਂਦੇ ਆ। ਤੁਹਾਨੂੰ ਮੇਰੀ ਸਮਝ ਆਉਂਦੀ ਹੈ ਜੀ ਸਾਰਿਆਂ ਨੂੰ? ਥੈਂਕ ਯੂ। ਸਾਡੀਆਂ ਮਾਵਾਂ ਬੈਠੀਆਂ, ਸੋ ਤੁਹਾਡਾ ਦੇਣਾ ਨਹੀਂ ਦੇ ਸਕਦੇ, ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਸਾਨੂੰ ਦੇ ਰਹੇ ਹੋ। ਕਿਉਂਕਿ ਮੈਂ ਅਕਸਰ ਗੱਲ ਕਰਦੀ ਹੁੰਦੀ ਹਾਂ, ਇਨਸਾਨ ਅੱਜ ਦੇ ਟਾਈਮ 'ਚ ਭਾਅ ਜੀ ਹਰ ਇੱਕ ਚੀਜ਼ ਵਾਪਸ ਕਰ ਸਕਦਾ ਹੈ, ਲੇਕਿਨ ਇੱਕ ਸਮਾਂ ਹੈ ਜਿਹੜਾ ਅਸੀਂ ਵਾਪਸ ਨਹੀਂ ਕਰ ਸਕਦੇ। ਇਹ ਸਮਾਂ ਆ, ਸਮੇਂ ਦੇ ਨਾਲ ਸਾਨੂੰ ਚੱਲਣਾ ਪੈਂਦਾ। ਸੋ ਮੇਰਾ ਗੀਤ ਗੁੱਡੀ ਚੜ੍ਹਦੀ ਤੋਂ ਯਾਰ ਬੇਲੀ ਬਣਦੇ ਬਣੇ, ਔਖੇ ਟਾਈਮ ਨਾਲ ਕੋਈ ਟਾਮਾ ਹੀ ਖੜੇ, ਹੋ ਮਿੱਤਰ ਗਲਾਸੀ ਵਾਲੇ ਥਿਉਂਦੇ ਨਹੀਂ ਉਹ ਫੇਰ ਭਾਲੇ, ਜਿਹੜੇ ਅਸਲੇ ਦੇ ਹੀ ਕਾਂ ਵਿੱਚ ਵੱਜ ਜਾਂਦੀ ਆ ਜੀ ਬੰਦੇ ਦੋਗਲੇ, ਦੋਗਲੇ ਮੁਸੀਬਤਾਂ ਚ ਭੱਜ ਜਾਂਦੀ ਆ ਜੀ ਬੰਦੇ ਦੋਗਲੀ। ਕਹਿੰਦਾ ਕਈ ਪਿੰਡ ਮਾੜੇ ਕੰਮਾਂ ਕਰਕੇ ਬਦਨਾਮ ਹੁੰਦੇ ਆ, ਤੇ ਕਈ ਪਿੰਡ ਚੰਗੇ ਕੰਮਾਂ ਕਰਕੇ ਮਸ਼ਹੂਰ ਹੁੰਦੇ ਆ। ਕਈ ਪਿੰਡ ਮਾੜੇ ਕੰਮਾਂ ਕਰਕੇ ਬਦਨਾਮ ਹੁੰਦੇ ਹੈ, ਕਈ ਪਿੰਡ ਚੰਗੇ ਕੰਮਾਂ ਕਰਕੇ ਮਸ਼ਹੂਰ ਹੁੰਦੇ ਹੈ। ਕਹਿੰਦਾ ਆਪ ਕੁਝ ਕਰਨਾ ਨਹੀਂ, ਕਿਸੇ ਨੂੰ ਕੁਝ ਕਰਨ ਨਹੀਂ ਦੇਣਾ, ਦੋ ਚਾਰ ਪਿੰਡ ਚ ਜ਼ਰੂਰ ਹੁੰਦੇ ਜ਼ਰੂਰ ਹੁੰਦੇ ਆ। ਸੋ ਉਹੀ ਗੀਤ ਗੁੱਡੀ ਚੜ੍ਹਦੀ ਤੋਂ ਯਾਰ ਬੇਲੀ ਬਣਦੇ ਬਣੇ, ਬਾਰੇ
ਲੱਗ ਜਾਂਦੀ ਆ ਜੀ ਬੰਦੇ ਦੋਗਲੇ ਦੋਗਲੇ ਮੁਸੀਬਤਾਂ ਚ ਭੱਜ ਜਾਂਦੀ ਆ ਜੀ ਬੰਦੇ ਦੋਗਲੇ ਮੁਸੀਬਤਾਂ ਚ ਭੱਜ ਜਾਂਦੀ ਆ ਜੀ ਬੰਦੇ ਦੋਗਲੇ ਕਰਾਂਗੇ ਜੀ ਯਾਦ ਕਰਾਂਗੇ ਜੀ ਅਮਰ ਸਿੰਘ ਜੀ ਸ਼ੌਂਕੀ ਹੋਣਾ ਇੱਕ ਜ਼ੋਰਦਾਰ ਤਾੜੀ ਲਾ ਦੋ ਜੀ ਬਜ਼ੁਰਗਾਂ ਦੇ ਰੂਹ ਦੀ ਖੁਰਾਕ ਹੈ ਕਿਉਂਕਿ ਐਸੇ ਗਵਈਏ ਹੋਏ ਹੈ ਜਿਨ੍ਹਾਂ ਦੀ ਆਵਾਜ਼ ਬਿਨਾਂ ਮਾਈਕ ਤੋਂ ਵੀ ਕੋਹਾਂ ਦੂਰ ਜਾਂਦੀ ਸੀ ਸੋ ਉਹਨਾਂ ਨੂੰ ਯਾਦ ਕਰਾਂਗੇ ਕੀ ਲਿਖਿਆ ਦੁਨੀਆਂ ਮੇਲੇ ਜਾਂਦੀ ਏ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਸਭ ਸੱਜਣ ਸੱਜਣੀਆਂ
ਕਰਾਂਗੇ ਕਿਉਂਕਿ ਕਈ ਆਉਂਦੇ ਸਾਨੂੰ ਇਸ ਮੇਲੇ 'ਚ ਨਹੀਂ ਵੀ ਹੋਣਗੇ, ਵਿਦੇਸ਼ਾਂ 'ਚ ਹੋਣਗੇ, ਪਤਾ ਨਹੀਂ ਕਿੱਥੇ ਹੋਣਗੇ। ਕਈ ਤਾਂ ਅੱਜ ਮੇਰੀਆਂ ਭੈਣੀਆਂ ਭੈਣਾਂ ਆਪਣੀਆਂ ਪੇਕੇ ਪਿੰਡ ਆਈਆਂ ਹੋਣੀਆਂ ਮੇਲਾ ਦੇਖਣ। ਆਈਆਂ ਕਿੰਨੀਆਂ ਗਾਈਆਂ? ਉਹ ਭੈਣ ਕਹਿੰਦੀ ਮੈਂ ਆਈ ਹਾਂ। ਮਿਲੀਆਂ ਫਿਰ ਪੁਰਾਣੀਆਂ ਸਹੇਲੀਆਂ? ਮਿਲੀਆਂ ਕੀ ਕਿਹਾ ਨੀ ਪੰਮੀਆਂ ਤੂੰ? ਹਾਏ ਨੀ ਤੂੰ ਤਾਂ ਬਾਹਲੀ ਬੀਤ ਗਈ ਨੀ, ਕੀ ਖਾਣੀ ਨੀ? ਇੱਕ ਮੈਂ ਆ ਕੁਛ ਖਾਂਦੀ ਨੀ ਤਾਂ ਵੀ ਮੋਟੀ ਹੁੰਦੀ ਜਾਂਦੀ। ਆਹ ਗੱਲਾਂ ਹੁੰਦੀਆਂ ਸਾਡੀਆਂ ਭੈਣਾਂ ਦੀਆਂ ਭਾਜੀ, ਐਵੇਂ ਕਹਿ ਦਿੰਦੇ ਜਨਾਨੀਆਂ ਚੁਗਲੀਆਂ ਕਰਦੀ। ਸਾਡੇ ਕੋਲ ਤਾਂ ਸਾਡੀਆਂ ਸੂਟਾਂ ਦੀਆਂ ਗੱਲਾਂ ਹੀ ਨਹੀਂ ਖਤਮ ਹੁੰਦੀਆਂ। ਤੂੰ ਪਤਲੀ ਕਿਵੇਂ ਹੋ ਗਈ ਤੇ ਤੂੰ ਮੋਟੀ ਕਿਵੇਂ ਹੋ ਗਈ, ਬਸ ਆਹੀ ਗੱਲਾਂ ਬਹੁਤ ਆ ਸਾਡੇ। ਸੋ ਕੀ ਲਿਖਿਆ ਉਸ ਮੇਲੇ ਦੀ ਗੱਲ ਕਰਨ ਲੱਗੀ ਆ, ਸੋ ਗੌਰ ਕਰਨਾ। ਹੱਥ ਕੁੱਟ ਕੇ ਫੜ ਲੈ ਹੱਲੇ ਸਾਡੀ ਉਮਰ ਨਹੀਂ ਆਣੀ, ਮੈਂ ਸੁਣਿਆ ਮੇਲੇ ਚੋਂ ਵਿਛੜ ਗਏ ਕਈ ਰੂਹਾਂ ਦੇ। ਕੀਮਤੀ ਗੱਲ ਹੈ ਇਹ, ਸਾਰਿਆਂ ਨੇ ਨਾਲ ਤਾੜੀ ਦਾ ਸਾਥ ਜ਼ਰੂਰ ਦੇਣਾ। ਇਹ ਦਰਦ ਵਿਛੋੜੇ ਦੀ, ਇਹ ਦਰਦ ਵਿਛੋੜੇ ਦੇ, ਇਹ ਦਰਦ ਵਿਛੋੜੇ ਦੇ, ਸਾਥੋਂ ਨਾ ਜਾਣੇ ਸੋ ਮਚ। ਥੈਂਕ ਯੂ ਸੋ ਮਚ। ਬਹੁਤ ਸਾਰਾ ਮਾਨ ਸਤਿਕਾਰ ਸਾਡੇ ਵੱਡਿਆਂ ਵੱਲੋਂ, ਨਾਮ ਨਹੀਂ ਦੱਸ ਕੇ ਗਏ। ਸੋ ਤੁਸੀਂ ਜਿੰਨੇ ਵੀ, ਇੱਕ ਵਾਰੀ ਫਿਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਜੀ ਸਾਡੇ ਭਾਅ ਜੀ ਬਲਵਿੰਦਰ ਸਿੰਘ ਜੀ ਬਾਜਵਾ, ਉਹਨਾਂ ਦਾ ਮਹਿਤਾਬ ਕਾਲੂ ਭਾਅ ਜੀ ਹੁਣੀ ਪਹੁੰਚੇ ਨੇ ਸਾਡੇ ਵਿਚਕਾਰ। ਸੋ ਮੇਰਾ ਗੀਤ ਜੱਟ ਦੀਆਂ ਤਿੰਨ ਸਹੇਲੀਆਂ, ਉਹੀ ਤੁਹਾਡੀ ਨਜ਼ਰ। ਮੁੰਡਾ ਗੱਭਰੂ ਸ਼ਕੀਨ, ਮੁੱਛਾਂ ਕੁੰਡੀਆਂ, ਨੀ ਮੈਂ ਜੀਤੇ ਨਾ ਫਸਾ ਕੇ ਬਹਿ ਗਈ ਕੁੰਡੀਆਂ। ਗੱਭਰੂ ਦਾ ਦਬਕਾ ਬੜਾ ਨੀ ਰਹਿਣੀ, ਸਹਿਣੀ ਵੀ ਨਵਾ ਪਾਵਾਂਗੂ। ਭਾਜੀ ਮੁੱਛਾਂ ਕੁੰਡੀਆਂ ਨੂੰ ਹੱਥ, ਜਿਨ੍ਹਾਂ ਦੀਆਂ ਕੁੰਡੀਆਂ ਉਹ ਤਾਂ ਵਾਕੇ, ਪਰ ਅੱਜ ਕੱਲ੍ਹ ਇੰਨੀਆਂ ਕੁੰਡੀਆਂ ਮੁੱਛਾਂ ਮਿਲਦੀਆਂ ਕਿੱਥੇ। ਸੋ ਮੇਰੇ ਤੋਂ ਬਾਅਦ ਪ੍ਰਸਿੱਧ ਗਾਣਾ ਜੋੜੀ, ਮੇਰੀ ਭੈਣ ਸੁਰਮਨੀ, ਸਾਡੇ ਭਾਅ ਜੀ ਬਿੱਟੂ ਖੰਨੇ ਵਾਲਾ ਜੀ, ਉਹ ਵੀ ਤੁਹਾਡੀ ਹਾਜ਼ਰ, ਤੁਹਾਡੇ ਵਿੱਚ ਹਾਜ਼ਰੀ ਲਗਵਾਉਣਗੇ। ਗੱਭਰੂ ਦਾ ਦਬਕਾ ਬੜਾ ਨਹੀਂ ਰਹਿਣੀ, ਸਹਿਣੀ ਵੀ ਨਵਾ ਪਾਵਾਂਗੂ। ਜੱਟ ਦੀਆਂ ਤਿੰਨ ਸਹੇਲੀਆਂ,
ਤਿੰਨ ਸਹੇਲੀਆਂ ਨੀ ਘੋੜੀ ਨੁਕਰੀ ਦੁਣਾਲੀ ਤੀਜੀ ਤਿੰਨ ਸਹੇਲੀਆਂ ਨੀ ਘੋੜੀ ਨੁਕਰੀ ਦੁਣਾਲੀ ਤੀਜੀ ਮੈਂ ਜੱਟ ਦੀਆਂ ਤਿੰਨ ਸਹੇਲੀਆਂ ਨੀ ਘੋੜੀ ਨੁਕਰੀ ਦੁਣਾਲੀ ਤੀਜੀ ਮੈਂ ਮੈਨੂੰ ਦੱਸਦੀ ਨੀ ਵੈਰੀ ਮੈਨੂੰ ਕਹਿੰਦਾ ਮੈਨੂੰ ਦੱਸਦੀ ਨੀ ਵੈਰੀ ਜਿਹੜਾ ਵੀ ਕਰੂਗਾ ਟੈ ਜੱਟ ਦੀਆਂ ਤਿੰਨ ਸਹੇਲੀਆਂ ਨੀ ਘੋੜੀ ਨੁਕਰੀ ਦੁਣਾਲੀ ਤੀਜੀ ਮੈਂ ਜੱਟ ਦੀਆਂ ਤਿੰਨ ਸਹੇਲੀਆਂ ਨੀ ਘੋੜੀ ਨੁਕਰੀ ਦੁਣਾਲੀ ਤੀਜੀ ਮੈਂ
ਕਿਆ ਬਾਤ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਸੋ ਮੇਰਾ ਟਾਈਮ ਕਿੰਨਾ ਕਿਆ ਦੀਦੀ ਮੈਨੂੰ ਦੱਸ ਦਿਓ। ਹਾਂਜੀ ਇੱਕ ਹੋਰ ਲਾ ਦਈਏ, ਦੋ ਹੋਰ ਲਾ ਦਈਏ, ਫਿਰ ਥੋੜੀਆਂ ਜਿਹੀਆਂ। ਮੈਨੂੰ ਲੱਗਦਾ ਕਿ ਸੱਭਿਆਚਾਰਕ ਮੇਲਾ ਹੋ ਰਿਹਾ ਤਾਂ ਥੋੜ੍ਹੀ ਆਪਾਂ ਉੱਦਾਂ ਦੀਆਂ ਵੀ ਗੱਲਾਂ ਕਰੀਏ ਕਿ ਜੋ ਸਾਡੇ ਪੰਜਾਬ ਦੇ ਅੱਜ ਕੱਲ੍ਹ ਹਾਲਾਤ ਨੇ। ਰੇ ਹਨ ਪਿੰਡਾਂ ਚ ਸੁਣੀ ਦੱਸਦੀ ਆ ਸਾਥ, ਹੋ ਮਤਲਬ ਲਈ ਬਸ ਉੱਠਦੇ ਆ ਹੱਥ, ਹੋ ਜਿਹਦੇ ਕੋਲ ਪੈਸਾ ਆ ਤੇ ਪਾਵਰੀ ਆ ਜਾਂਦੀ ਆ, ਲੋਕ ਮੱਲੋ ਮੱਲੀ ਮੇਰੇ ਉਹਦੇ ਪਿੱਛੇ ਨੱਸਦੇ, ਹੋ ਜਾਂਦਾ ਜੱਜ ਬੰਦਾ ਬੋਲ ਬਾਣੀ ਤੋਂ ਕਦੀ ਗੱਡੀਆਂ ਦੇ ਲੋਗੋ ਨਹੀਂ ਕਾਟੀ ਦੱਸਦੇ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਤੁਹਾਡੀਆਂ ਤਾੜੀਆਂ ਹੌਸਲਾ ਆ ਸਾਡਾ, ਕਿਉਂਕਿ ਉਹ ਗੱਲਾਂ ਜੋ ਸਾਡੇ ਸਮਾਜ 'ਚ ਕੀ ਕੁਝ ਵਾਪਰਦਾ। ਸੋ ਇੱਕ ਇੱਕ ਗੱਲ ਸੁਣਨ ਵਾਲੀ ਆ, ਗੌਲ ਕਰਨ। ਉਹ ਜਿਹੜੇ ਹੱਸ ਕੇ ਮੂੰਹ ਤੇ ਕਰਨ ਗੱਲਾਂ, ਉਹ ਪਿੱਠ ਪਿੱਛੇ ਵਾਰ ਚਲਾ ਜਾਂਦੇ, ਬੁੱਲੇ ਸ਼ਾਹ ਜੇ ਰੱਬ ਨਜ਼ਦੀਕ ਹੁੰਦਾ, ਲੋਕੀ ਰੱਬ ਵੇਚ ਕੇ ਹੀ ਖਾ ਜਾਂਦੇ। ਉਹ ਬੁੱਲੇ ਸ਼ਾਹ ਜੇ ਰੱਬ ਨਜ਼ਦੀਕ ਹੁੰਦਾ ਤੇ ਲੋਕੀ ਰੱਬ ਵੇਚ ਕੇ ਹੀ ਖਾ ਜਾਂਦੇ। ਪਤਾ ਹੈ ਨਾ ਰਿਦਮ ਚੱਕਣੀ ਆ ਬਾਅਦ ਚ। ਹੋਏ ਘਰ ਹਨ ਪਿੰਡਾਂ ਚ ਸੁਣੀ ਦੱਸਦੀ ਆ ਸਾਥ, ਹੋ ਮਤਲਬ ਲਈ ਬਸ ਉੱਠਦੇ ਆ ਹੱਥ, ਹੋ ਜਿਹਦੇ ਕੋਲ ਪੈਸਾ ਆ ਤੇ ਪਾਵਰੀ ਆ ਜਾਂਦੀ ਆ, ਲੋਕ ਮੱਲ ਮੱਲ ਮੇਰੇ ਉਹਦੇ ਪਿੱਛੇ ਨੱਸਦੇ, ਹੋ ਜਾਂਦੇ ਜੱਜ ਬੰਦਾ ਬੋਲ ਬਾਣੀ ਤੋਂ ਜਿਹਨੂੰ ਪੁੱਛ ਦੇਣੀ ਪਾਣੀ, ਉਹ ਵੀ ਵੇਟਰਾਂ ਦੇ ਉੱਤੇ ਰੋਬ ਮਾਰ ਦੇ। ਸਾਡੀਆਂ ਭੈਣਾਂ ਹੱਸਣ ਲੱਗ ਗਈਆਂ, ਹੁਣ ਕੀ ਗੱਲ ਵਿਚਾਰਿਆਂ ਨੇ, ਕਿਤੇ ਜਾ ਕੇ ਤਾਂ ਗੁੱਸਾ ਕੱਢਣਾ ਹੀ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਜੀ ਸੋ ਮੱਚ। ਮਨਜੀਤ ਸਿੰਘ ਜੀ US ਬਹੁਤ ਸਾਰਾ ਮਾਨ ਸਤਿਕਾਰ ਦਿੱਤਾ ਹੈ ਜੀ। ਸੋ ਕੀ ਲਿਖਿਆ ਗੌਰ ਕਰਨਾ, ਵੇਚ ਕੇ ਜ਼ਮੀਨਾਂ ਚਿੱਟਾ ਪਾਉਣੇ ਲੱਗ ਜਾਣ ਜਿਹੜੇ, ਉਹ ਬਸ ਥੋੜੇ ਕੇ ਹੀ ਦਿਨ ਮੁੱਛਾਂ ਚਾੜਦੇ, ਉਹ ਘਰ ਚ ਜਨਾਨੀ ਜਿਹਨੂੰ ਪੁੱਛ ਦੇਣੀ ਪਾਣੀ, ਉਹ ਵੀ ਵੇਟਰਾਂ ਦੇ ਉੱਤੇ ਰੋਬ ਮਾਰਦੇ। ਹੋ ਲਾਣਤੀ ਨੇ ਲਾਣਤ ਤੱਕ ਖੱਟ ਲੈਣੀ ਹੁੰਦੀ, ਜਸਕਰਨ ਸਿੰਘ ਜੀ US
ਬਹੁਤ ਸਾਰਾ ਮਾਨ ਸਤਿਕਾਰ। ਰੋਹਿਤ ਤੁਲੀ ਜੀ ਬਹੁਤ ਸਾਰਾ ਮਾਨ ਸਤਿਕਾਰ। ਹੋ ਲਾਨਤ ਦੀ ਨੇ ਲਾਨਤ ਤਾਂ ਖੱਟ ਲੈਣੀ ਹੁੰਦੀ, ਉਹ ਬੈਠ ਸੱਥਰਾਂ ਤੇ ਦੰਦ ਕੱਢਣੋਣਾ ਹੱਟ ਦੇ। ਸ਼ੀਸ਼ਾ ਚਾੜ ਲੈਂਦੇ ਕਾਰ ਦਾ, ਜੋ ਕਰਨਾ ਕੀ ਇਹੋ ਜਿਹੇ ਧਨ ਦਾ। ਮੈਂ ਬਾਪੂ ਜੀ ਅਕਸਰ ਗੱਲ ਕਰਦੀ ਹੁੰਦੀ ਹਾਂ, ਸਾਡੀਆਂ ਭੈਣਾਂ ਨੂੰ ਤਾਂ ਪਤਾ ਹੋਊਗਾ, ਜਦੋਂ ਕਿਤੇ ਗੱਡੀ ਰੈੱਡ ਲਾਈਟਾਂ ਤੇ ਖੜੀ ਹੋਵੇ ਨਾ, ਸਾਡੀਆਂ ਭੈਣਾਂ ਮੰਗਦੀਆਂ ਹੁੰਦੀਆਂ, ਅੱਲਾ ਕੇ ਨਾਮ ਤੇ ਦੇ ਦਿਓ, ਮਸਕੇ ਬੜੇ ਲਾਉਂਦੀਆਂ ਭੈਣਾਂ ਨੂੰ, ਆਣਗੀਆਂ ਵੀ ਭੈਣਾਂ ਵਾਲੀ ਬਾਰੀ 'ਚ ਕਹਿਣਗੀਆਂ ਪਤਾ ਕੀ, ਇਹ ਹੀਰ ਇਹ ਮਮਾਲੀ ਇਹ ਸ਼੍ਰੀ ਦੇਵੀ, ਇਹ ਅੱਲਾ ਕੇ ਨਾਮ ਪੇ ਕੁਛ ਦੇ ਦੇਣੀ, ਰੱਬ ਨੇ ਤੈਨੂੰ ਕਿੰਨੀ ਸੋਹਣੀ ਬਣਾਈ। ਤੇ ਉਧਰੋਂ ਅਸੀਂ ਵੀ ਇੰਨੀਆਂ ਹਵਾ 'ਚ ਆ ਜਾਂਦੀਆਂ ਨਾ, ਜਿੱਥੇ 10 ਦੇਣੇ ਹੁੰਦੇ 100 ਦੇ ਕੇ ਆਈਦਾ, ਤੇ ਬਾਅਦ ਚੋਂ ਘਰੇ ਆ ਕੇ ਸ਼ੀਸ਼ਾ ਦੇਖੀਦਾ ਨੀ ਲੱਗਦੀ ਤਾਂ ਮੈਂ ਕਿਸੇ ਪਾਸਿਓ ਹੈ ਨੀ। ਸੋ ਕੀ ਲਿਖਿਆ, ਹੋਈ ਤਾਂ ਸਭ ਰਚੀ ਹੋਈ ਖੇਡ ਕਰਤਾਰ ਦੀ, ਕੋਈ ਜਾਣ ਕੇ ਗਰੀਬੀ ਚਿਣੀ ਜੰਮਦਾ, ਮੰਗਤੇ ਨੂੰ ਦੇਖ ਸ਼ੀਸ਼ਾ ਚਾੜ ਲੈਂਦੇ ਕਾਰ ਦਾ, ਜੋ ਕਰਨਾ ਕੀ ਇਹੋ ਜਿਹੇ ਧਨ ਦਾ। ਇੱਕ ਰਾਤ ਸਾੜੀ ਘਰ ਤੇ ਕੱਟ ਕੇ ਤਾਂ ਦੇਖੋ, ਜਿਹੜੇ ਵੇਖ ਵੇਖ ਕਿਸੇ ਦੀ ਗਰੀਬੀ ਹਾਸੀ ਦੇ। ਪੰਚਾਇਤ ਜੀ ਦੀ ਮੋੜ ਦੀ ਨੀ ਗੱਲ, ਉਹ ਵੀ ਉਹ ਲਾ ਦੀ ਆਪਣੀ ਦੇ ਦੁੱਖੋਂ ਹਾਰੀ। ਹੋ ਬੰਦ ਕਮਰੇ ਚ ਬੈਠੀ ਜਿਹੜੀ ਰੀਲਾਂ ਪਾਈ ਜਾਵੇ, ਅੱਜ ਕੱਲ ਟ੍ਰੈਂਡ ਬਹੁਤ ਹੈ ਜੀ ਰੀਲਾਂ ਦਾ, ਮੈਂ ਨੀ ਕਹਿੰਦੀ ਬਣਾਉਣੀਆਂ ਮਾੜੀਆਂ, ਮੈਂ ਤਾਂ ਖੁਦ ਬਣਾਉਣੀ ਹਾਂ, ਪਰ ਹਾਂ ਕਈ ਵਾਰੀ ਸਾਡੇ ਸਾਹਮਣੇ ਕੁਛ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ ਜੋ ਨਾ ਦੇਖਣ ਯੋਗ ਹੁੰਦੀਆਂ ਤੇ ਨਾ ਸੁਣਨ ਯੋਗ ਹੁੰਦੀਆਂ, ਜੇ ਅਸੀਂ ਉਹਨਾਂ ਤੋਂ ਗੁਰੇਜ਼ ਕਰੀਏ, ਕਿਉਂਕਿ ਆ ਜਿਹੜੇ ਛੋਟੇ ਛੋਟੇ ਜੇ ਤੁਰੇ ਫਿਰਦੇ ਆ ਨਾ, ਇਹਨਾਂ ਦਾ ਭਵਿੱਖ ਸਾਡੇ ਹੱਥ ਹੈ। ਸੋ ਕੀ ਲਿਖਿਆ, ਹੋ ਬੰਦ ਕਮਰੇ 'ਚ ਬੈਠੀ ਜਿਹੜੀ ਰੀਲਾਂ ਪਾਈ ਜਾਵੇ, ਉਹ ਕਿੱਥੋਂ ਰੋਕ ਲੈਣਾ ਉਹਨੂੰ ਕੰਧ ਵਾਲੇ ਕਾਚੀ ਨੇ।
ਆ ਰਾਜਵੀਰ ਪੰਨੂ ਸਮਾਂ ਬਹੁਤਾ ਬਲਵਾਣਿਆ ਆ ਰਾਜਵੀਰ ਪੰਨੂ ਸਮਾਂ ਬਹੁਤਾ ਬਲੀਵਾਣਿਆ ਹੋ ਲਿਖਦਮ ਜੈਲ ਜੱਟ ਤੁੰਨ ਤੁੰਨ ਕੇ ਤੇ ਗਾਣੇ ਅਮਨ ਰੋਜ਼ੀ ਵੀ ਗਾਉਂਦੀ ਪੂਰੇ ਨੱਪ ਕੇ ਥੈਂਕ ਯੂ ਸੋ ਮਚ ਸੋ ਥੈਂਕ ਯੂ ਸੋ ਮਚ ਤੁਸੀਂ ਇੰਨਾ ਪਿਆਰ ਦਿੱਤਾ ਹੌਸਲਾ ਦਿੱਤਾ ਤੁਹਾਡੀਆਂ ਤਾੜੀਆਂ ਸਾਡਾ ਹੌਸਲਾ ਆ ਤੁਹਾਡੇ ਚਿਹਰਿਆਂ 'ਤੇ ਸਮਾਈਲ ਸਾਡਾ ਹੌਸਲਾ ਆ ਤਾਂ ਸਾਡਾ ਦਿਲ ਕਰਦਾ ਹੈ ਕਿ ਅਸੀਂ ਹੋਰ ਕੁਛ ਕਰੀਏ ਸੋ ਫਰਮਾਇਸ਼ ਆ ਵੀਰ ਸਿੱਧੂ ਮੂਸੇਵਾਲੇ ਦੇ ਗਾਣੇ ਦੀ ਮੈਂ ਅਕਸਰ ਗੱਲ ਕਰਦੀ ਹੁੰਦੀ ਹਾਂ ਕਿ ਵੀਰ ਸਿੱਧੂ ਮੂਸੇਵਾਲਾ ਐਸੀ ਰੂਹ ਹੋਈ ਹੈ ਜਿਹਨੇ ਆਪਣੇ ਜਾਣ ਤੋਂ ਪਹਿਲਾਂ ਹੀ ਦੱਸ ਦਿੱਤਾ ਕਿ ਮੈਂ ਜਾਣਾ ਕਿੱਦਾਂ ਵੀਰ ਜਿਸਮਾਨੀ ਤੌਰ 'ਤੇ ਸਾਡੇ ਵਿਚਕਾਰ ਨਹੀਂ ਹੈ ਆਪਣੇ ਗੀਤਾਂ ਰਾਹੀਂ ਆਪਣੀਆਂ ਲਿਖਤਾਂ ਰਾਹੀਂ ਉਹ ਹਮੇਸ਼ਾ ਸਾਡੇ ਵਿੱਚ ਜ਼ਿੰਦਾ ਰਹੇਗਾ ਤੁਸੀਂ ਫਰਮਾਇਸ਼ ਕਰਦੇ ਹੋ ਸਾਡਾ ਫਰਜ਼ ਬਣਦਾ ਕਿ ਉਹਨੂੰ ਯਾਦ ਕਰੀਏ ਕਈ ਕਹਿ ਦਿੰਦੇ ਆ ਜੀ ਜਿੰਦੇ ਜੀ ਤਾਂ ਉਹਨੂੰ ਗਾਇਆ ਨਹੀਂ ਹੋਣ ਗਾਉਂਦੇ ਹੈ ਨਾ ਭਲਾ ਬੰਦਾ ਪੁੱਛੇ ਭਰਾਵਾ ਜਿੰਦੇ ਜੀ ਅਸੀਂ ਗਾਉਂਦੇ ਵੀ ਕਿਉਂ ਉਹ ਆਪ ਹੀ ਇੰਨਾ ਅਖਾੜਿਆਂ 'ਚ ਗੱਜਦਾ ਸੀ ਅੱਜ ਤਾਂ ਗਾਉਣਾ ਪੈਂਦਾ ਕਿ ਉਹ ਸਾਡੇ ਵਿਚਕਾਰ ਨਹੀਂ ਹੈ ਉਹਨੂੰ ਯਾਦ ਕਰਦੇ ਹਾਂ ਉਹਦੇ ਵਰਗਾ ਗਾ ਨਹੀਂ ਸਕਦੇ ਕੰਪੈਰੀਜ਼ਨ ਨਾ ਕਰਨ ਲੱਗ ਜਾਇਆ ਕਰੋ ਹਰ ਕਲਾਕਾਰ ਦਾ ਆਪਣਾ ਸਟਾਈਲ ਹੁੰਦਾ ਸੋ ਵੀਰ ਵਰਗਾ ਗਾ ਨਹੀਂ ਸਕਦੇ ਤੁਹਾਡੀ ਫਰਮਾਇਸ਼ ਆ ਤੇ ਪੂਰੀ ਕਰਦੇ ਹਾਂ ਜੀ ਪਹਿਲਾ ਪਰਚਾ ਉਦੋਂ ਹੋ ਗਿਆ ਸੀ ਜਦੋਂ ਹੁੰਦਾ ਸੀ ਮੈਂ 18 ਦਾ ਆ ਜੋ ਕਾਲੀ ਜੱਟ ਦੀ ਰੇਂਜ ਗੁੜੇ ਪਿੱਛਾ ਨਹੀਂ ਕਰਦੀ ਨਾਲਾਂ ਦਾ ਉਹ ਜਿੰਨੇ ਖੇਡਣਾ ਹੁੰਦਾ ਮੈਂ ਕਿਹਨੇ ਮਨ ਕੰਮ ਦੇ ਨੀ ਸਾਡੇ ਲਾਣੇ ਜਿਉਣੇ ਸੁੱਚੀਆਂ ਦੇ ਸਾਡੇ ਮਿਰਜੇ ਰਾਂਝੇ ਜੰਮਦੇ ਨੀ ਕਾਲੀ ਜੱਟ ਦੀ ਨੀਚ ਕੁੜੇ ਪਿਛਾੜੀ ਕਰਦੀ ਨਾਲਾਂ ਦਾ
ਹਾਂਜੀ ਕਿੱਦਾਂ ਠੀਕ ਹੈ ਫਿਰ ਹੁਣ ਨਾਲ ਬੋਲੋਗੇ ਪੱਕਾ ਆਵਾਜ਼ ਆਉਣੀ ਚਾਹੀਦੀ ਹੈ ਦੇਖ ਲਓ ਰਮ ਵਿੱਚ ਹੋਲੋ ਭਰੀਆਂ ਨੇ ਰਮ ਵਿੱਚ ਹੋਲੋ ਭਰੀਆਂ ਨੇ ਚੀਪ ਮੋਂਦੀਆਂ ਚਮਦੇ ਨਹੀਂ ਸੱਟ ਲਾਣੇ ਜਿਉਣ ਸੁੱਚੀਆਂ ਦੇ ਆਹ ਲੈਫਟ ਸਾਈਡ ਆ ਆਹ ਰਾਈਟ ਸਾਈਡ ਆ ਦੇਖਦੇ ਹਾਂ ਸਾਰਿਆਂ ਨਾਲ ਵੱਧ ਜੋਸ਼ ਕਿੰਨਾ ਚ ਸੱਟ ਲਾਣੇ ਜਿਉਣੇ ਸੁੱਚੀਆਂ ਦੇ ਕਿਆ ਬਾਤ ਹੈ ਸਾਡੇ ਲਾਣੇ ਜਿਉਣੇ ਸੁੱਚੀਆਂ ਦੇ ਸਾਡੇ ਲਾਣੇ ਜਿਉਣੇ ਸੁੱਚੀਆਂ ਦੇ ਸਾਡੇ ਵਾਹ ਬੇਬੇ ਵੀ ਨਾਲ ਬੋਲਦੀ ਹੈ ਕਿਆ ਬਾਤ ਹੈ ਜਿੰਨੀ ਮੁਹੱਬਤ ਵੀਰ ਲੈ ਕੇ ਗਿਆ ਨਾ ਮੈਂ ਕਹਿੰਦੀ ਜੇ ਦੁਨੀਆਂ ਤੋਂ ਜਾਣਾ ਹੋਵੇ ਨਾ ਤਾਂ ਇੱਦਾਂ ਦਾ ਹੀ ਜਾਣਾ ਹੋਵੇ ਬਾਅਦ ਚ ਦੁਨੀਆਂ ਰੋਵੇ ਹਨਾ ਯਾਦ ਕਰੇ ਸਾਡੇ ਲਾਣੇ ਜਿਉਣੇ ਸੁੱਚੀਆਂ ਦੇ ਸਾਡੇ ਲਾਣੇ ਜਿਉਣੇ ਸੁੱਚੀਆਂ ਦੇ ਬਲਵਿੰਦਰ ਸਿੰਘ ਜੀ ਬਾਜਵਾ ਪੜ੍ਹ ਦੇ ਨਾਚ ਲਾ ਕਿਉਂਕਿ ਇਹ ਮੇਲਾ ਆਪਾਂ ਹਰ ਸਾਲ ਕਰਾਉਣਾ ਹੈ ਤੇ ਅਸੀਂ ਭਾਜੀ ਦੇ ਨਾਲ ਹੈ ਤੁਹਾਡਾ ਸਹਿਯੋਗ ਪੂਰਾ ਹੋਣਾ ਚਾਹੀਦਾ ਸੋ ਕੀ ਲਿਖਿਆ ਸਿੱਧੂ ਮੂਸੇ ਵਾਲਾ ਜੋ ਲਿਖਦਾ
ਰਿਆਮ ਸਾਡਾ ਚੱਲਦਾ ਆ ਡਾਲਰ ਵਾਂਗੂ ਨੀ ਲੇਕਿਨ ਥੋੜੇ ਜਿਹੇ ਲਫ਼ਜ਼ ਅੱਗੇ ਪਿੱਛੇ ਆ ਕਿਉਂ ਕਿਉਂਕਿ ਅੱਜ ਅਸੀਂ ਬੜਾ ਕਹਿੰਦੇ ਹਾਂ ਸਾਡਾ ਬਾਈ ਸਾਡਾ ਬਾਈ ਜੇ ਆਉਂਦੇ ਜੀ ਉਹਨੂੰ ਵੀ ਕਿਸੇ ਨੇ ਨਹੀਂ ਛੱਡਿਆ ਕਹਿੰਦੇ ਬੰਦੇ ਦੀ ਕਦਰ ਨਾ ਕਹਿੰਦੇ ਬੰਦੇ ਨੂੰ ਚੰਗਾ ਕਹਾਉਣ ਦੇ ਲਈ ਮਰਨਾ ਪੈਂਦਾ ਜਦੋਂ ਕਹਿੰਦੇ ਦੁਨੀਆਂ ਤੋਂ ਚਲਿਆ ਜਾਂਦਾ ਨਾ ਫਿਰ ਕਹਿੰਦੇ ਬਾਹਲਾ ਚੰਗਾ ਸੀ ਇਹ ਤਾਂ ਬੰਦਾ ਚੰਗਾ ਹੀ ਬਹੁਤ ਸੀ ਸੋ ਕੀ ਲਿਖਿਆ ਲਾਈਨਾਂ ਵੀਰ ਦੀਆਂ ਹੀ ਆ ਤੁਹਾਡੇ ਲਫ਼ਜ਼ ਅੱਗੇ ਪਿੱਛੇ ਗੌਰ ਕਰਨਾ ਸਿੱਧੂ ਮੂਸੇ ਨਾਂ ਦੇ ਮੂਸੇ ਵਾਲੇ ਦੇ ਨਾਂ ਤੇ ਹਾਜ਼ਰੀ ਸੋ ਇੰਨੀ ਕੁ ਹਾਜ਼ਰੀ ਕਬੂਲ ਕਰਨਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਇੰਨਾ ਪਿਆਰ ਦੇਣ ਲਈ ਥੈਂਕ ਯੂ ਸੋ ਇੰਨੀ ਕੁ ਹਾਜ਼ਰੀ ਕਬੂਲ ਕਰਨਾ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਨੇ ਚਾਹਿਆ ਤਾਂ ਫਿਰ ਮਿਲਾਂਗੇ ਸੋ ਫਿਰ ਧੰਨਵਾਦ ਕਰਦੀ ਹਾਂ ਜੀ ਮੈਂ ਸਾਡੇ ਭਾਅ ਜੀ ਬਲਵਿੰਦਰ ਸਿੰਘ ਜੀ ਬਾਜਵਾ ਹੋਣਾ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਤੁਹਾਡੇ ਰੂਬਰੂ ਕੀਤਾ ਥੈਂਕ ਯੂ ਜੀ ਅਮਨ ਰੋਜੀ ਬਣ ਗਈ ਜੀ ਸਟਾਰ ਖੁੱਲ ਕੇ ਦੱਸ ਦਿਓ ਬਣ ਗਈ ਸਟਾਰ ਇਹ ਪਹਿਲਾਂ ਵੀ ਸਟਾਰ ਸੀ ਪਰ ਥੋੜ੍ਹੀ ਲੁਕੀ ਲੁਕੀ ਸੀ ਅਮਨ ਰੋਜੀ ਅੱਜ ਮੇਰੀ ਅਮਨ ਰੋਜੀ ਦੇ ਨਾਲ ਪਹਿਲੀ ਮੁਲਾਕਾਤ ਹੈ ਅਸੀਂ ਵਰਜੀਨੀਆ ਸ਼ੋਅ 'ਤੇ ਮਿਲਣਾ ਸੀ ਮੇਰੀ ਫਲਾਈਟ ਲੇਟ ਹੋ ਗਈ ਉੱਥੇ ਅਸੀਂ ਮਿਲ ਹੀ ਨਹੀਂ ਸਕੇ ਬਹੁਤ ਵਧੀਆ ਪਰਫੋਰਮੈਂਸ ਲੋਕ ਕਥਾਵਾਂ ਸਿਰੇ ਦੀਆਂ ਗੱਲਾਂ ਅਸੀਂ ਬਹੁਤ ਜ਼ਿਆਦਾ ਜਿੰਨੇ ਵੀ ਇੱਥੇ ਸਾਰੇ ਬੈਠੇ ਸੀ ਬੜੇ ਪ੍ਰਭਾਵਿਤ ਹੋਏ ਨੇ ਸਾਡੀਆਂ ਅੱਜ ਜਿਹੜੀਆਂ ਕੁੜੀਆਂ ਇਸ ਦੇ ਵਿੱਚ ਸੱਭਿਆਚਾਰਕ ਗੀਤ ਗਾ ਰਹੀਆਂ ਨੇ ਸਾਨੂੰ ਹਮੇਸ਼ਾ ਉਹਨਾਂ ਦਾ ਜਿਹੜਾ ਇਹ ਮਾਣ ਸਨਮਾਨ ਕਰਨਾ ਚਾਹੀਦਾ ਇੱਕ ਵਾਰੀ ਅਮਨ ਰੋਜੀ ਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਮਾਰ ਕੇ ਇਹਨਾਂ ਸਵਾਗਤ ਕਰੋ
ਕਿ ਇਸ ਮੇਲੇ ਦੇ ਵਿੱਚ ਅਸੀਂ ਇਹਨਾਂ ਨੂੰ ਇੱਕ ਕਾਲ ਹੀ ਕੀਤੀ ਸੀ। ਮੈਂ ਇਸੇ ਜ਼ਰੂਰ ਧੰਨਵਾਦ ਕਰਨਾ ਚਾਹਾਂਗਾ ਪ੍ਰਦੀਪ ਗਿੱਲ ਜੀ ਦੀ। ਪ੍ਰਦੀਪ ਗਿੱਲ ਸਾਡੇ ਗਲੋਬਲ ਪੰਜਾਬ ਤੋਂ ਮੇਰਾ ਛੋਟਾ ਭਰਾ ਹੈ। ਮੈਂ ਉਹਨੂੰ ਵੀ ਕਿਹਾ ਸੀ, ਮੈਂ ਕਿਹਾ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਜ਼ਰੂਰ ਆਉਣਗੇ। ਸੋ ਬਹੁਤ ਵਧੀਆ ਲੱਗਾ ਅੱਜ ਅਮਨ ਜੀ ਨੂੰ ਮਿਲ ਕੇ। ਅਸੀਂ ਅਜੇ ਬੜੇ ਵੱਡੇ ਵੱਡੇ ਪ੍ਰੋਗਰਾਮ ਕਰਨੇ ਨੇ, ਵਰਲਡ ਵਾਈਡ ਪ੍ਰੋਗਰਾਮ ਕਰਨੇ ਨੇ, ਆਪਾਂ ਬੜੀ ਛੇਤੀ ਵੱਡੇ ਵੱਡੇ ਟੂਰ ਕਰਾਂਗੇ। ਤੁਸੀਂ ਅਮੈਰੀਕਾ ਵੀ ਆ ਰਹੇ ਹੋ, ਉੱਥੇ ਵੀ ਤੁਹਾਡੇ ਸ਼ੋਅ ਕਾਮਯਾਬ ਹੋਣਗੇ। ਸੋ ਅਸੀਂ ਇਹੋ ਹੀ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਇਸੇ ਤਰ੍ਹਾਂ ਤੁਹਾਡੇ 'ਤੇ ਕਿਰਪਾ ਕਰਦਾ ਰਹੇ, ਕਿਰਪਾ ਕਰਦਾ ਰਹੇ। ਬਹੁਤ ਵਧੀਆ ਲੱਗਿਆ, ਤੁਹਾਡੀ ਪਰਫੋਰਮੈਂਸ ਬਹੁਤ ਵਧੀਆ ਸੀ। ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਅੱਜ ਇਸ ਪਿੰਡ ਦੇ ਵਿੱਚ ਆਉਣ ਦੇ ਉੱਤੇ। ਥੈਂਕ ਯੂ, ਥੈਂਕ ਯੂ। ਤੁਸੀਂ ਬਿੱਟੂ ਖੰਨੇ ਵਾਲੇ ਨੂੰ ਬੁਲਾ ਲਓ, ਅਸੀਂ ਇਹਨਾਂ ਦਾ ਸਨਮਾਨ ਕਰਨਾ ਹੈ ਨਾ। ਇੱਕ ਵਾਰੀ ਖੁੱਲ ਕੇ ਤਾਲੀਆਂ ਵਜਾ ਦਿਓ ਅਮਨ ਰੋਜ਼ੀ ਜੀ ਦੇ ਲਈ। ਬਾ ਕਮਾਲ ਪਰਫਾਰਮਰ, ਔਰ ਪਰਫਾਰਮਰ ਦੇ ਨਾਲ ਜਿਹੜੀ ਪਰਫਾਰਮੈਂਸ ਤੁਸੀਂ ਦੇਖੀ ਹੈ, ਸੋ ਹਮੇਸ਼ਾ ਹੀ ਰੱਬ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਸਾਰਿਆਂ ਨੂੰ ਵੀ ਅਤੇ ਸਾਨੂੰ ਸਾਰਿਆਂ ਨੂੰ ਵੀ। ਅਗਲੀ ਜਿਹੜੀ ਹਾਜ਼ਰੀ ਬਿੱਟੂ ਖੰਨੇ ਵਾਲਾ, ਮੈਂ ਬਾਈ ਜੀ ਨੂੰ ਔਰ ਉਹਨਾਂ ਦੇ ਨਾਲ ਮੈਡਮ ਸੁਰਮਨੀ ਜੀ, ਬਹੁਤ ਵਧੀਆ, ਬਹੁਤ ਸੋਹਣੇ ਗੀਤ ਜਿਨ੍ਹਾਂ ਦੇ ਗੀਤਾਂ ਨੂੰ ਅਸੀਂ ਲੋਕ ਸਾਰੇ ਹੀ ਪਿਆਰ ਕਰਦੇ ਹਾਂ। ਪੰਜਾਬ ਸਾਊਂਡ ਸਾਡੇ ਮੇਛੀ ਭਾਅ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਔਰ ਪੰਜਾਬ ਲਾਈਵ ਟੀਵੀ ਔਰ ਸਾਂਝਾ ਪੰਜਾਬ USA ਜੋ ਲਾਈਵ ਕਵਰੇਜ ਚੱਲ ਰਹੀ ਹੈ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਮੇਲੇ ਨੂੰ ਦੇਖਿਆ ਜਾ ਰਿਹਾ। ਤੁਸੀਂ ਬੈਠੋ, ਹਜੇ ਕਿਸੇ ਨੇ ਜਾਣਾ ਨਹੀਂ, ਕਿਉਂਕਿ ਅਗਲੀ ਹਾਜ਼ਰੀ ਜਿਹੜੀ ਬਿਲਕੁਲ ਤਿਆਰ ਬਰ ਤਿਆਰ ਹੈ, ਜਿਨ੍ਹਾਂ ਦੇ ਗੀਤਾਂ ਨੂੰ ਅਸੀਂ ਸਾਰਿਆਂ ਨੇ ਬੜੇ ਪਿਆਰ ਨਾਲ, ਕਿਉਂਕਿ ਬਹੁਤ ਬਹੁਤ ਸੋਹਣੇ ਜਿਨ੍ਹਾਂ ਦੇ ਗੀਤ ਨੇ, ਔਰ ਹਰ ਗੀਤ ਨੂੰ ਹਰ ਕੋਈ ਪਿਆਰ ਕਰਦਾ। ਔਰ ਇੱਧਰ ਸਨਮਾਨ ਦੀ ਰਸਮ ਜਿਹੜੀ ਹੋ ਰਹੀ ਹੈ ਮੈਡਮ ਅਮਨ ਰੋਜ਼ੀ ਜੀ, ਔਰ ਉਹਨਾਂ ਦਾ ਇੱਕ ਵਾਰੀ ਫਿਰ ਤੋਂ ਦਿਲੋਂ ਧੰਨਵਾਦ ਹੈ ਜੀ। ਥੈਂਕ ਯੂ ਸੋ ਮੱਚ ਜੋ ਸਾਰੇ ਹੀ ਇੱਥੇ ਪਹੁੰਚੇ ਹਾਂ ਅੱਜ ਸਾਰੇ ਹੀ। ਇਹ ਬਾਜਵਾ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਜਾਂਦੀ ਹੈ। ਬਾਜਵਾ ਭਾਅ ਜੀ ਦਾ ਇਹ ਜਿਹੜਾ ਅੱਜ ਪਹਿਲਾ ਜਿਹੜਾ ਇਹ ਮੇਲਾ ਜਿਹੜਾ ਇੱਥੇ ਬਹੁਤ ਵੱਡੀ ਸਕਸੈਸ ਹੋਈ, ਕਿਉਂਕਿ ਦੇਸ਼ਾਂ ਵਿਦੇਸ਼ਾਂ 'ਚ ਤਾਂ ਇਹ ਕਰਾਉਂਦਾ ਹੀ ਨਹੀਂ, ਪਰ ਹੁਣ ਇੱਥੇ ਇਹਨਾਂ ਨੂੰ ਹਰ ਸਾਲ ਕਰਾਉਣਾ ਪੈਣਾ। ਔਰ ਇਹ ਮੇਲਾ ਹੁਣ ਅੱਗੇ ਤੋਂ 2 ਦਿਨ ਦਾ, ਉਹਨਾਂ ਨੇ ਪਹਿਲਾਂ ਵੀ ਕਿਹਾ 2 ਦਿਨ ਦਾ ਕਰ ਲਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ। ਸੋ ਅਗਲੀ ਹਾਜ਼ਰੀ ਜਿਹੜੀ ਬਿਲਕੁਲ ਤਿਆਰ ਬਰ ਤਿਆਰ ਹੈ। ਔਰ ਉਸ ਤੋਂ ਪਹਿਲਾਂ ਮੇਲਿਆਂ ਦੀ ਸ਼ਾਨ ਦੇ ਵਿੱਚ ਦੇਬੀ ਮਖਸੂਸਪੁਰੀ ਸਾਹਿਬ, ਇੱਕ ਵਾਰੀ ਦੇਬੀ ਬਾਈ ਦੇ ਲਈ ਤਾਲੀਆਂ ਵਜਾ ਦਿਓ। ਦੇਬੀ ਭਾਅ ਜੀ ਬਹੁਤ ਸੋਹਣਾ ਲਿਖਦੇ ਆ, ਪੰਜਾਬ ਦੀ ਬਹੁਤ ਸੋਹਣੀ ਸੇਵਾ ਕਰਦੇ ਨੇ। ਉਹ ਇਸ ਮੇਲੇ ਦੀ ਸਿਫਤ ਕੀ ਕੀਤੀ ਉਹਨਾਂ ਨੇ, ਉਹਨਾਂ ਲਾਈਨਾਂ ਤੋਂ ਬਾਅਦ ਮੈਂ ਬਿੱਟੂ ਖੰਨੇ ਵਾਲਾ ਮੈਡਮ ਸੁਰਮਨੀ ਜੀ ਨੂੰ ਮੰਚ 'ਤੇ ਸੱਦਾ ਦੇ ਰਹੀ ਹਾਂ। ਗੱਲਾਂ ਸੱਚੀਆਂ ਨੇ ਅਤੇ ਸੱਚ ਦੇ ਲਈ ਤਾੜੀ ਬੜੀ ਔਖੀ ਵੱਜਦੀ ਆ, ਪਰ ਮੈਂ ਕਦੇ ਤਰਲਾ ਨਹੀਂ ਪਾਉਣ ਲਈ ਕਿਹਾ, ਦਿਲ ਕਰੇ ਤਾਂ ਮਾਰਿਓ, ਕ੍ਰੈਡਿਟ ਉਹਨਾਂ ਨੂੰ ਜਾਂਦਾ। ਕੀ ਕਹਿੰਦਾ ਦੇਬੀ ਮਖਸੂਸਪੁਰੀ ਇਹਨਾਂ ਮੇਲਿਆਂ ਬਾਰੇ, ਕਿ ਮੇਰੇ ਦੇਸ਼ ਬੇਕਦਰੀ ਬੰਦਿਆਂ ਦੀ ਪੱਥਰਾਂ ਨੂੰ ਹੁੰਦੇ ਸਜਦੇ ਨੇ, ਮੇਰੇ ਦੇਸ਼ ਬੇਕਦਰੀ ਬੰਦਿਆਂ ਦੀ ਓਏ ਪੱਥਰਾਂ ਨੂੰ ਹੁੰਦੇ ਸਜਦੇ ਨੇ, ਇੱਥੇ ਧੱਕੇ ਪੈਂਦੇ ਜਿੰਦਿਆਂ ਨੂੰ ਤੇ ਮਰਿਆਂ ਤੇ ਮੇਲੇ ਲੱਗਦੇ ਨੇ, ਮੇਰੇ ਦੇਸ਼ ਵਿੱਚ ਫਨਕਾਰ ਕਈ ਰੋਟੀ ਦੇ ਦੁੱਖੋਂ ਮਰਦੇ ਨੇ, ਮੇਰੇ ਦੇਸ਼ ਵਿੱਚ ਫਨਕਾਰ ਕਈ ਉਹ ਰੋਟੀ ਦੇ ਦੁੱਖੋਂ ਮਰਦੇ ਨੇ, ਉਹਨਾਂ ਦੇ ਮਰਿਆਂ ਤੇ ਫੇਰ ਕਈ ਪੈਸੇ ਇਕੱਠੇ ਕਰਦੇ ਨੇ, ਨਹੀਂ ਪੁੱਛਦੇ ਰੁੱਲਦੇ ਟੱਬਰਾਂ ਨੂੰ, ਇਹ ਭੁੱਖੇ ਆਪਣਾ ਰੱਜਦੇ ਨੇ। ਕਿਉਂ? ਕਿਉਂਕਿ ਫੁੱਲਾਂ ਜਿਹੇ ਮਖਸੂਸਪੁਰੀ ਦਾ, ਫੁੱਲਾਂ ਜਿਹੇ ਮਖਸੂਸਪੁਰੀ ਦਾ ਪੱਥਰਾਂ ਵਿੱਚ ਨਾ ਜੀ ਲੱਗਦਾ, ਫੁੱਲਾਂ ਜਿਹੇ ਮਖਸੂਸਪੁਰੀ ਦਾ ਓਏ ਪੱਥਰਾਂ ਵਿੱਚ ਨਾ ਜੀ ਲੱਗਦਾ, ਇੱਥੇ ਖੋਟੇ ਸਿੱਕੇ ਚੱਲਦੇ ਨੇ
ਖਰਿਆਂ ਨੂੰ ਠੇਡੇ ਵੱਜਦੇ ਨੇ। ਜੇ ਗੱਲ ਸੱਚੀ ਆ ਤਾਂ ਦੇਬੀ ਬਾਈ ਲਈ ਤਾਲੀਆਂ ਜ਼ਰੂਰ ਵਜਾਇਓ, ਕਿਉਂਕਿ ਸੱਚ ਦੀ ਆਵਾਜ਼, ਹੱਕ ਦੀ ਆਵਾਜ਼ ਔਖੀ ਪਹੁੰਚਦੀ ਹੁੰਦੀ ਹੈ। ਸੋ ਆਓ ਅਗਲੀ ਜਿਹੜੀ ਹਾਜ਼ਰੀ ਮੈਂ ਮੰਚ 'ਤੇ ਸੱਦਾ ਦੇ ਰਹੀ ਹਾਂ, ਸਾਡੇ ਬਹੁਤ ਹੀ ਮਾਇਨਾਜ਼ ਬਿੱਟੂ ਖੰਨੇ ਵਾਲਾ ਸਾਡੇ ਭਾਅ ਜੀ, ਉਹਨਾਂ ਦੇ ਨਾਲ ਮੈਡਮ ਸੁਰਮਨੀ ਜੀ, ਜੀ ਆਇਆਂ ਨੂੰ ਇਸਤਕਬਾਲ। ਬੜੇ ਚਿਰਾਂ ਬਾਅਦ ਅਸੀਂ ਇਕੱਠੇ ਹੋਏ ਹਾਂ, ਪਰ ਪਰਮਾਤਮਾ ਇੱਦਾਂ ਹੀ ਮੇਲੇ ਲਾਈ ਰੱਖੇ, ਇਹ ਮੇਲ ਬਣਿਆ ਰਹੇ। ਸੋ ਇੱਕ ਵਾਰੀ ਤਾਲੀਆਂ ਵਜਾ ਦਿਓ ਜੀ, ਖੁੱਲ ਕੇ ਤਾਲੀਆਂ ਵਜਾ ਦਿਓ। ਥੈਂਕ ਯੂ। ਹੈਲੋ ਚੇਕ, ਹੈਲੋ ਹੈਲੋ ਇਸ ਖੁਸ਼ੀ ਭਰੇ ਦਿਹਾੜੇ ਦੇ ਵਿੱਚ ਜਿੰਨੇ ਕਦਮ ਚੱਲ ਕੇ ਪਹੁੰਚੇ ਹੋ, ਤੁਹਾਡੇ ਕੱਲੇ ਕੱਲੇ ਕਦਮ ਨੂੰ ਚੁੰਮਦਾ ਹੋਇਆ, ਤੁਹਾਡੇ ਕੱਲੇ ਕੱਲੇ ਕਦਮ ਦੇ ਉੱਤੇ ਆਪਣਾ ਮਸਤਕ ਰੱਖ ਕੇ ਤੁਹਾਨੂੰ ਨਿੱਘੀ ਜੀ ਆਇਆਂ ਆਖਦਾ ਔਰ ਵਧਾਈ ਦਿੰਦਾ। ਮਾਣਯੋਗ ਸਰਦਾਰ ਬਲਵਿੰਦਰ ਸਿੰਘ ਜੀ ਬਾਜਵਾ ਸਾਹਿਬ, ਜਿਨ੍ਹਾਂ ਦੀ ਰਹਿਨਮਾਈ ਹੇਠ ਐਡਾ ਵੱਡਾ ਮੇਲਾ ਸਾਂਝਾ ਪੰਜਾਬ ਕਰਵਾਇਆ ਜਾ ਰਿਹਾ, ਸਾਡੇ ਵਰਗੇ ਨਿਮਾਣਿਆਂ ਨੂੰ ਵੀ ਤੁਹਾਡੇ ਚਰਨ ਪਰਸਣ ਦਾ ਮੌਕਾ ਮਿਲਿਆ, ਉਹਨਾਂ ਦੀ ਸਮੁੱਚੀ ਟੀਮ ਦਾ ਔਰ ਤੁਹਾਡਾ ਸਾਰਿਆਂ ਦਾ ਮੈਂ ਉਚੇਚੇ ਤੌਰ ਤੇ ਧੰਨਵਾਦੀ ਹਾਂ। ਇਹ ਕਹਿੰਦੇ ਜਾਂ ਤਾਂ ਸਾਰਿਆਂ ਤੋਂ ਪਹਿਲਾਂ ਨਜ਼ਾਰਾ ਲੈ ਜਾਂਦਾ ਜਾਂ ਫਿਰ ਸਾਰਿਆਂ ਤੋਂ ਬਾਅਦ ਵਾਲਾ, ਸਾਡੀ ਵਾਰੀ ਸਾਰਿਆਂ ਤੋਂ ਬਾਅਦ 'ਚ ਆਈ ਹੈ। ਜਿੰਨੇ ਕਲਾਕਾਰਾਂ ਨੇ ਹੁਣ ਤੱਕ ਗਾਇਆ ਸਾਰੇ ਕਲਾਕਾਰ ਬਾ ਕਮਾਲ, ਸਾਡੇ ਸੀਨੀਅਰ, ਸਾਡੇ ਜੂਨੀਅਰ, ਸਾਡੇ ਬਰਾਬਰ ਦੇ ਸਾਰਿਆਂ ਲਈ ਬਾ ਕਮਾਲ ਅੱਜ ਦਾ ਮੇਲਾ ਹੋਇਆ, ਇਹਦੇ ਲਈ ਵੀ ਮੈਂ ਵਧਾਈ ਦਿੰਦਾ। ਸਾਡੇ ਸਾਜੀ ਵੀਰਾਂ ਲਈ ਇੱਕ ਜ਼ਰੂਰ ਤਾੜੀ ਲਾ ਦਿਓ, ਸਵੇਰ ਦੇ ਵਜਾਉਂਦੇ ਆ, ਇਹ ਕਲਾਕਾਰ ਦੀਆਂ ਬਾਹਾਂ ਹੋਇਆ ਕਰਦੀਆਂ ਨੇ। ਬੜੀ ਪਿਆਰੀ ਸਾਊਂਡ ਪੰਜਾਬ ਸਾਊਂਡ ਰੋਪੜ ਤੋਂ ਬਿੱਟੂ ਖੰਨੇਵਾਲਾ ਮਿਸ ਸੁਰਮਨੀ ਦੀ ਜੋੜੀ ਨੂੰ ਤੁਸੀਂ ਆਪਣੀ ਜੋੜੀ ਬਣਾਉਣ ਵਾਲੇ ਹੋ, ਤੁਹਾਡਾ ਸਧਾਰਨੀ ਰਹੂੰਗਾ। ਇੱਕ ਦੋ ਗੀਤਾਂ ਨਾਲ ਤੁਹਾਡੀ ਹਾਜ਼ਰੀ ਭਰਨੀ ਹੈ ਅੱਗੇ ਜੋ ਤੁਹਾਡਾ ਹੁਕਮ ਹੋਇਆ, ਕਿਉਂਕਿ ਬਾਜਵਾ ਸਾਹਿਬ ਵੀ ਬਿਜੀ ਹੈ, ਸਵੇਰ ਤੋਂ ਲਗਾਤਾਰ ਪ੍ਰੋਗਰਾਮ ਚੱਲ ਰਿਹਾ। ਮੇਰੀ ਭੈਣ ਅਮਨ ਰੋਜ਼ੀ, ਉਸ ਦਾਤੇ ਦੀ ਜਿਹਦੇ ਉੱਤੇ ਨਿਗਾਹ ਹੋਵੇ ਇਸ ਤਰ੍ਹਾਂ ਹੀ ਹੁੰਦੀ ਹੈ, ਬਾ ਕਮਾਲ ਅੱਜ ਦੀ ਸੁਪਰ ਸਟਾਰ ਗਾਇਕਾ, ਸਾਡੇ ਤੋਂ ਪਹਿਲਾਂ ਸੇਵਾ ਕਰਕੇ ਗਏ ਹੈ। ਮੇਰੀ ਭੈਣ ਆਸ਼ੂ ਚੋਪੜਾ ਜੀ ਕਹਿੰਦੇ ਬੜੀ ਦੇਰ ਬਾਅਦ ਮੇਲਾ ਹੋਇਆ, ਸੱਚੀ ਬੜੀ ਦੇਰ ਬਾਅਦ ਮੇਲਾ ਹੋਇਆ ਸਾਡਾ, ਪਰਮਾਤਮਾ ਪਤਾ ਨਹੀਂ ਕਿਉਂ ਨਹੀਂ ਨੇੜੇ ਨੇੜੇ ਮੇਲਾ ਕਰਾਉਂਦਾ, ਇਹ ਮਰਜ਼ੀ ਹੈ ਉਹਦੀ। ਸੋ ਇਹ ਕੁਦਰਤੀ ਹੈ ਵੀ ਜਿੱਥੇ ਆਸ਼ੂ ਭੈਣ ਜੀ ਮੈਨੂੰ ਮਿਲਦੇ ਆ ਮੇਰਾ ਇਹੀ ਨੰਬਰ ਆਉਂਦਾ, ਇਹ ਕੁਦਰਤੀ ਹੈ, ਸੱਚੀ ਗੱਲ ਹੈ, ਨਹੀਂ ਤਾਂ ਮੈਂ ਅੱਜ ਤੁਹਾਨੂੰ ਚਾਰ ਵਾਰੀਆਂ ਯਾਦ ਕਰਾ ਦੂੰਗਾ ਬਾਅਦ 'ਚ। ਲਓ ਇੱਕ ਤਾੜੀ ਲਾਓ ਜੀ, ਸ਼ੁਰੂ ਕਰੀਏ।
ਜੇ ਦੁਨੀਆਂ ਦੇ ਪਾਲਕਾ ਦੁਆ ਹੈ ਮੇਰੀ ਮਾਲਕਾ ਸਭ ਕੁਝ ਨਾਲੋਂ ਪਹਿਲਾਂ ਆ ਬੰਦਾ ਇਨਸਾਨ ਹੋਵੇ ਅਮੀਰ ਜਾਂ ਗਰੀਬ ਹੋਵੇ ਤੇ ਸਭ ਨੂੰ ਨਸੀਬ ਹੋਵੇ ਆ ਛੱਤ ਰੋਟੀ ਕੱਪੜਾ ਤੇਰਾ ਹੀ ਧਿਆਨ ਹੋਵੇ ਨਾ ਕੋਈ ਤਕਰਾਰ ਹੋਵੇ ਤੇ ਆਪਸੀ ਪਿਆਰ ਹੋਵੇ ਸਾਰਿਆਂ ਦੇ ਸਾਹਮਣੇ ਤੂੰ ਇੱਕ ਦਾ ਨਿਸ਼ਾਨ ਹੋਵੇ ਆ ਵੇਖਣੇ ਨੂੰ ਆਏ ਮੇਲਾ ਜੱਗ ਵਾਲਾ ਮੇਲਾ ਆਪਾਂ ਜੱਗ ਵਾਲਾ ਮੇਲਾ ਆ ਵੇਖਣੇ ਨੂੰ ਆਏ ਮੇਲਾ ਪੱਲੇ ਨਹੀਂ ਲਿਆਏ ਥੇਲਾ ਇੱਥੋਂ ਜਾਂਦੇ ਬਿੱਟੂ ਕਿਸੇ ਕੋਲੇ ਨੋਟ ਤੇ ਨਾ ਪਾਣ ਹੋਵੇ ਇੱਥੋਂ ਜਾਂਦੇ ਬਿੱਟੂ ਕਿਸੇ ਕੋਲੇ ਨੋਟ ਤੇ ਨਾ ਪਾਣ ਹੋਵੇ ਇਹ ਉਸ ਰੱਬ ਦੇ ਨਾਂ ਤੇ ਸ਼ੁਰੂ ਕਰਨ ਲੱਗੇ ਆਪਣੇ ਆਏ ਹੋਏ ਗੀਤਾਂ ਦੇ ਵਿੱਚੋਂ ਸਭ ਤੋਂ ਪਹਿਲਾ ਗੀਤ ਇੱਕ ਟੈਟੂ ਦਾ ਨਾਂ ਦਿੱਤਾ ਸਾਡੇ ਸਿੱਧੂ ਮੂਸੇ ਵਾਲੇ ਨੇ ਕਹਿੰਦੇ ਟੈਟੂਆਂ ਨਾਲ ਬਾਹਾਂ ਭਰੀਆਂ ਪਈਆਂ ਦੇਸੀ ਪਿੰਡ ਵਾਲਾ ਮੁੰਡਾ ਪਿੰਡ ਵਾਲੀ ਕੁੜੀ ਕੀ ਕਹਿੰਦੀ ਮੇਰੀ ਫੋਟੋ ਬਣਵਾਈ ਫਿਰੇ ਡੌਲਿਆਂ ਦੇ ਉੱਤੇ ਮੇਰਾ ਲਿਖ ਦਿੱਤਾ ਨਾਂ ਕੰਧਾਂ ਕੌਲਿਆਂ ਦੇ ਉੱਤੇ ਮੇਰੀ ਜਾਨ ਨੂੰ ਸਿਆਪੇ ਕਿਤੇ ਪੈ ਜਾਣ ਨਾ ਹੂਰ ਤੇਰੀ ਚੰਨਾ ਜੇ ਕੋਈ ਹੋਰ ਲੈ ਕੇ ਆਵੇ ਸਾਡੇ ਪਿਆਰ ਦੇ ਅਧੂਰੇ ਕਿਸੇ ਰਹਿ ਜਾਣ ਆਉਣ ਦਿਓ ਫੇਰ ਕਿੰਨੇ ਦਿਨ ਜੀਣਗੇ ਤਾਂ ਹੀ ਤਾਂ ਨੀ ਲੋਕਾਂ ਤੋਂ ਲੁਕਾਇਆ ਜੱਟ ਨੇ ਲੈ ਜੂ ਤੈਨੂੰ ਛਵੀਆਂ ਦੀ ਸ਼ਾਹ ਕਰਕੇ ਪਿਆਰ ਤੇਰਾ ਲੇਖਾ ਚ ਲਿਖਾਇਆ ਜੱਟ ਨੇ ਲੈ ਜੂ ਤੈਨੂੰ ਛਵੀਆਂ ਦੀ ਸ਼ਾਹ ਕਰਕੇ ਪਿਆਰ ਤੇਰਾ ਲੇਖਾ ਚ ਲਿਖਾਇਆ ਜੱਟ ਨੇ ਲੈ ਜੂ ਤੈਨੂੰ ਛਵੀਆਂ ਦੀ ਸ਼ਾਹ ਕਰਕੇ ਪਿਆਰ ਤੇਰਾ ਲੇਖਾ ਚ ਲਿਖਾਇਆ ਜੱਟ ਨੇ ਦੱਸ ਫੇਰ ਕਿੰਨੇ ਦਿਨ ਜੀਣਗੇ
ਆਕੇ ਛੇਤੀ ਜੋ ਪਾਣੀ ਜੇ ਹਿਰ ਨਾ ਪੀਣਗੇ ਤੂੰ ਹੀ ਦੱਸ ਫੇਰ ਕਿੰਨੇ ਦਿਨ ਜੀਣਗੇ ਤੂੰ ਹੀ ਦੱਸ ਫੇਰ ਕਿੰਨੇ ਦਿਨ ਜੀਣਗੇ ਤਾਂ ਹੀ ਤਾਂ ਨੀ ਲੋਕਾਂ ਤੋਂ ਲੁਕਾਇਆ ਜੱਟ ਨੇ ਲੈ ਜੂ ਤੈਨੂੰ ਛਵੀਆਂ ਦੀ ਛਾਂ ਕਰਕੇ ਪਿਆਰ ਤੇਰਾ ਲੇਖਾ ਤੇ ਲਿਖਾਇਆ ਜੱਟ ਨੇ ਲੈ ਜੂ ਤੈਨੂੰ ਛਵੀਆਂ ਦੀ ਛਾਂ ਕਰਕੇ ਪਿਆਰ ਤੇਰਾ ਲੇਖਾ ਚ ਲਿਖਾਇਆ ਜੱਟ ਨੇ ਲੈ ਜੂ ਤੈਨੂੰ ਛਵੀਆਂ ਦੀ ਛਾਂ ਕਰਕੇ ਪਿਆਰ ਤੇਰਾ ਲੇਖਾ ਚ ਲਿਖਾਇਆ ਜੱਟ ਨੇ ਹਰ ਦਿਨ ਚਮਚ ਲਗਾਇਆ ਜੱਟ ਨੇ ਹੋਏ ਲੈ ਜੂ ਤੈਨੂੰ ਛਵੀਆਂ ਦੀ ਛਾਂ ਕਰਕੇ ਪਿਆਰ ਤੇਰਾ ਲੇਖਾਂ ਚ ਲਿਖਾਇਆ ਜੱਟ ਨੇ ਲੈ ਜੂ ਤੈਨੂੰ ਛਵੀਆਂ ਦੀ ਛਾਂ ਕਰਕੇ ਪਿਆਰ ਤੇਰਾ ਲੇਖਾਂ ਚ ਲਿਖਾਇਆ ਜੱਟ ਨੇ ਲੈ ਜੂ ਤੈਨੂੰ ਛਵੀਆਂ ਦੀ ਛਾਂ ਕਰਕੇ ਪਿਆਰ ਤੇਰਾ ਲੇਖਾਂ ਚ ਲਿਖਾਇਆ ਜੱਟ ਨੇ ਲਿਖਾਇਆ ਜੱਟ ਨੇ ਲੈ ਜੂ ਤੈਨੂੰ ਛਵੀਆਂ ਦੀ ਛਾਂ ਕਰਕੇ ਪਿਆਰ ਤੇਰਾ ਲੇਖਾਂ ਚ ਲਿਖਾਇਆ ਜੱਟ ਨੇ ਲੈ ਜੂ ਤੈਨੂੰ ਛਵੀਆਂ ਦੀ ਛਾਂ ਕਰਕੇ ਪਿਆਰ ਤੇਰਾ ਲੇਖਾਂ ਚ ਲਿਖਾਇਆ ਜੱਟ ਨੇ ਲੈ ਜੂ ਤੈਨੂੰ ਛਵੀਆਂ ਦੀ ਛਾਂ ਕਰਕੇ ਪਿਆਰ ਤੇਰਾ ਲੇਖਾਂ ਚ ਲਿਖਾਇਆ ਜੱਟ ਨੇ ਲੈ ਜੂ ਤੈਨੂੰ ਛਵੀਆਂ ਦੀ ਛਾਂ ਕਰਕੇ ਪਿਆਰ ਤੇਰਾ ਲੇਖਾਂ ਚ ਲਿਖਾਇਆ ਜੱਟ ਨੇ ਪਿਆਰ ਤੇਰਾ ਲੇਖਾਂ ਚ ਲਿਖਾਇਆ ਜੱਟ ਨੇ ਪਿਆਰ ਤੇਰਾ ਲੇਖਾਂ ਚ ਲਿਖਾਇਆ ਜੱਟ ਨੇ ਥੈਂਕ ਯੂ।
ਮੈਂ ਬਾਜਵਾ ਸਾਹਿਬ ਨੂੰ ਗੁਜ਼ਾਰਿਸ਼ ਕਰੂੰਗੀ ਤੁਸੀਂ ਸਟੇਜ 'ਤੇ ਆ ਜਾਓ। ਬਲਵਿੰਦਰ ਸਿੰਘ ਬਾਜਵਾ ਸਾਹਿਬ ਸਾਡੇ ਇੰਟਰਨੈਸ਼ਨਲ ਪ੍ਰਮੋਟਰ ਭਾਅ ਜੀ, ਉਹਨਾਂ ਨੂੰ ਗੁਜ਼ਾਰਿਸ਼ ਕਰੂੰਗੀ ਸਟੇਜ 'ਤੇ ਆਓ ਜੀ, ਔਰ ਨਾਲ ਜਿੰਨੇ ਵੀ ਮੈਂਬਰ ਸਾਹਿਬਾਨ ਉਹ ਸਾਰੇ ਹੀ ਆ ਜਾਓ ਮੰਚ 'ਤੇ, ਕਿਉਂਕਿ ਸਾਰੀ ਕਮੇਟੀ ਵੱਲੋਂ ਤੁਹਾਡਾ ਇੱਕ ਸਨਮਾਨ ਹੈ। ਇਹ ਸਰਪ੍ਰਾਈਜ਼ ਸੀਗਾ। ਆ ਜਾਓ ਸਟੇਜ 'ਤੇ ਪਲੀਜ਼, ਤੁਹਾਡਾ ਸਨਮਾਨ ਹੈ, ਆ ਜਾਓ। ਮੋਮੈਂਟੋ ਤੁਹਾਡਾ ਉੱਪਰ ਹੀ ਹੈ ਜੀ, ਸ਼ੀਲਡ ਉੱਪਰ ਹੈ। ਸੋ ਮੈਂ ਸਾਰੀ ਟੀਮ ਨੂੰ ਰਿਕੁਐਸਟ ਕਰੂੰਗੀ, ਪਲੀਜ਼ ਸਾਰੇ ਹੀ ਆ ਜਾਓ। ਇੱਕ ਵਾਰੀ ਤਾਲੀਆਂ ਵਜਾ ਦਿਓ ਜੀ ਬਾਜਵਾ ਸਾਹਿਬ ਦੇ ਲਈ, ਕਿਉਂਕਿ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਸਾਰੇ ਆਰਟਿਸਟਾਂ ਨੂੰ ਇਹ ਲੈ ਕੇ ਜਾਂਦੇ ਨੇ, ਬਹੁਤ ਵੱਡੇ ਜ਼ਿੰਮੇਵਾਰ ਪ੍ਰਮੋਟਰ, ਔਰ ਕਮੇਟੀ ਵੱਲੋਂ ਇੱਕ ਸਨਮਾਨ ਹੈ ਜੀ ਤੁਹਾਡੇ ਲਈ। ਕਿਉਂਕਿ ਇਕੱਲੇ ਪਿੰਡ ਦਾ ਨਾਮ ਹੀ ਨਹੀਂ, ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਪੰਜਾਬ, ਪੰਜਾਬੀਅਤ, ਮਾਂ ਬੋਲੀ ਪੰਜਾਬੀ ਦਾ ਜਿਹੜਾ ਇਹਨਾਂ ਨੇ ਨਾਮ ਉੱਚਾ ਕੀਤਾ, ਇਹ ਸਿਹਰਾ ਜਾਂਦਾ ਹੈ ਜੀ ਇਹਨਾਂ ਨੂੰ। ਇੱਕ ਵਾਰੀ ਖੁੱਲ੍ਹ ਕੇ ਤਾਲੀਆਂ ਵਜਾ ਦਿਓ, ਪ੍ਰਾਊਡ ਹੋਣਾ ਚਾਹੀਦਾ, ਸਾਨੂੰ ਫਖਰ ਹੁੰਦਾ ਜਿਨ੍ਹਾਂ ਨੇ ਇੰਨੀ ਵੱਡੀ ਸੇਵਾ ਸਾਰਿਆਂ ਦੀ ਇਹ ਕਰਦੇ ਨੇ। ਇਹ ਬਹੁਤ ਵੱਡੀ ਸੇਵਾ, ਔਰ ਇਹ ਉਹੀ ਕਰ ਸਕਦਾ ਜਿਹਦੇ ਅੰਦਰ ਇੱਕ ਜਜ਼ਬਾ ਹੋਏ, ਔਰ ਬਹੁਤ ਬਹੁਤ ਮੁਬਾਰਕਾਂ ਔਰ ਬਹੁਤ ਬਹੁਤ ਸ਼ੁਕਰੀਆ ਮੈਂ ਬਾਜਵਾ ਭਾਅ ਜੀ ਦਾ ਵੀ ਕਰਦੀ ਹਾਂ, ਔਰ ਉਸੇ ਤਰ੍ਹਾਂ ਜਿਹੜੀ ਹਾਜ਼ਰੀ ਹੈ ਬਿੱਟੂ ਖੰਨੇ ਵਾਲਾ ਔਰ ਉਹਨਾਂ ਦੇ ਨਾਲ ਮੈਡਮ ਸੋਨੀ ਜੀ, ਸੁਰਮਨੀ ਜੀ ਸੋਰੀ। ਸੋ ਮੈਂ ਭਰਾ ਅੱਜ ਭਾਅ ਜੀ ਆਹ ਗੱਲ ਕਹਿਤੀ ਨਾ, ਮੈਨੂੰ ਹੋਰ ਤਰ੍ਹਾਂ ਫੀਲ ਹੋਈ ਕਿ ਜਿੱਥੇ ਆਸ਼ੂ ਆ ਜਾਂਦੀ ਹੈ ਮੇਰੀ ਲਾਸਟ 'ਤੇ ਹਾਜ਼ਰੀ, ਪਰ ਖੈਰ ਅਗਲੀ ਵਾਰੀ ਮੈਂ ਭਾਅ ਜੀ ਨੂੰ ਕਹਿਣਾ ਪਹਿਲੀ ਹਾਜ਼ਰੀ ਤੁਹਾਡੀ ਹੋਏਗੀ, ਇਹ ਇਹ ਪੱਕੀ ਗੱਲ ਹੈ। ਜਿੱਥੇ ਹੱਕ ਹੁੰਦਾ ਉੱਥੇ ਕਿਹਾ ਜਾਂਦਾ, ਦੂਜਾ ਨਾ ਕੋਈ ਸੁਣਦਾ ਨਾ ਕਿਹਾ ਹੀ ਜਾਂਦਾ। ਬੜੀ ਮਿਹਰਬਾਨੀ, ਕਹਿੰਦਾ ਗੱਲ ਸੋਚ ਕੇ ਸੁਣਾਈ ਜਰਾ ਫੈਸਲਾ, ਇਹ ਜ਼ਿੰਮੇਵਾਰੀ ਬਹੁਤ ਭਾਰੀ ਹੈ, ਇਹ ਜ਼ਿੰਮੇਵਾਰੀ ਬੜੀ ਭਾਰੀ ਹੈ, ਗੱਲ ਸੋਚ ਕੇ ਸੁਣਾਈ ਜਰਾ ਫੈਸਲਾ, ਇਹ ਜ਼ਿੰਮੇਵਾਰੀ ਬਹੁਤ ਭਾਰੀ ਹੈ, ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ, ਅਖੀਰ ਵਿੱਚ ਸਾਡੀ ਵਾਰੀ ਹੈ, ਤਾਂ ਅਖੀਰ 'ਚ ਹੈ। ਸੋ ਗੱਲ ਇਹ ਆ, ਮੇਰਾ ਇੱਕ ਗੀਤ ਆਇਆ, ਜਿਨ੍ਹਾਂ ਨੇ ਨਹੀਂ ਸੁਣਿਆ ਹੱਥ ਜੋੜ ਕੇ ਗੁਜ਼ਾਰਿਸ਼ ਹੈ, ਤਵਾਰੀਖ ਏ ਪੰਜਾਬ, ਸਾਂਝੇ ਪੰਜਾਬ ਦੀ ਗੱਲ, ਪੰਜਾਬੀ ਮਾਂ ਬੋਲੀ ਦੇ ਮਹਾਨ ਸਪੂਤ ਬਾਜਵਾ ਸਾਹਿਬ ਨੇ ਕੀਤੀ ਹੈ, ਸਾਂਝਾ ਪੰਜਾਬ ਮੇਲਾ ਕਰਵਾ ਕੇ, ਤੇ ਜਿੰਨਾ ਕੁ ਯੋਗਦਾਨ ਸਾਡੇ ਤੋਂ ਹੋ ਸਕਿਆ ਪਾਇਆ, ਜ਼ਰੂਰ ਸੁਣਿਓ ਤਵਾਰੀਖ ਏ ਪੰਜਾਬ, ਸੁਣਨ ਵਾਲਾ ਗੀਤ ਹੈ। ਸੋ ਲਓ ਡਿਊਟ ਗੀਤ ਇੱਕੋ ਹੀ ਤੁਹਾਡੇ ਨਾਲ ਹਾਜ਼ਰ ਕਰਕੇ ਤੁਹਾਡੇ ਤੋਂ ਛੁੱਟੀ ਲੈ ਜਾਣੀ ਹੈ, ਮੁੰਡੇ ਥੱਕੇ ਪਏ ਨੇ, ਸੱਚੀ ਗੱਲ ਹੈ, ਕਹਿੰਦੇ ਵੀ ਜ਼ਰੂਰੀ ਨਹੀਂ 2-3 ਘੰਟੇ ਗਾਉਣਾ, ਇੱਕ ਅੱਧਾ ਗੀਤ ਨਾਲ ਵੀ ਪਤਾ ਲੱਗ ਜਾਂਦਾ, ਬਹੁਤ ਹੈ। ਇੱਕੋ ਹੀ ਗੀਤ ਲਾਸਟ ਗੀਤ ਤੁਹਾਡੇ ਨਜ਼ਰ ਪੇਸ਼ ਕਰਨਾ, ਜਿੱਥੋਂ ਲੰਘੀਏ ਸਲਾਮਾਂ ਸਾਨੂੰ ਹੁੰਦੀਆਂ, ਰੋਬ ਜੱਟ ਦਾ ਤੇ ਵੇਖ ਮੁੱਛਾਂ ਕੁੰਡੀਆਂ। ਪਹਿਲਾਂ ਤੇ ਮੇਰਾ ਥੋੜਾ ਜਿਹਾ ਕੁਛ ਹੋਰ ਤਰ੍ਹਾਂ ਦਾ ਮੂਡ ਸੀ, ਮੈਂ ਕਿਹਾ ਹੁਣ ਗਰਮ ਚੱਲਦਾ, ਕਾਹਨੂੰ ਠੰਡੇ ਕਰਨੇ ਆ ਬੰਦੇ, ਗਰਮ ਹੀ ਚੱਲਣ ਦੇ। ਸੋ ਲਓ ਉਹੀ ਗੀਤ ਤੁਹਾਡੀ ਨਜ਼ਰ ਖਿਦਮਤ, ਸਲਾਮਾਂ। ਸਲਾਮਾਂ ਸਾਨੂੰ ਹੁੰਦੀਆਂ, ਰੋਬ ਜੱਟ ਦਾ ਤੇ ਵੇਖ ਮੁੱਛਾਂ ਕੁੰਡੀਆਂ।
ਸੁਲੰਗੀ ਸਲਾਮਾਂ ਸਾਨੂੰ ਹੁੰਦੀਆਂ ਰੋਬ ਜੱਟਦਾ ਤੇ ਵੇਖ ਮੁੱਚਾਂ ਘੁੰਡੀਆਂ ਹੱਬੀ ਖਾਨ ਸੀ ਜੋ ਤੇਰੇ ਵਿੱਚ ਘੁੰਮਦੇ ਹੱਬੀ ਖਾਨ ਸੀ ਜੋ ਤੇਰੇ ਵਿੱਚ ਘੁੰਮਦੇ ਨੀ ਵੇਖਦੇ ਨੇ ਵੇਖ ਕੜਕੇ ਅੱਖ ਦਾ ਸ਼ਿਕਾਰ ਮੁੰਡਾ ਹੋ ਗਿਆ ਨੀ ਦਿਨੋ ਦਿਨ ਜਾਵੇ ਘੱਟਦਾ ਤੇਰੀ ਅੱਖ ਦਾ ਸ਼ਿਕਾਰ ਮੁੰਡਾ ਹੋ ਗਿਆ ਨੀ ਦਿਨੋ ਦਿਨ ਜਾਵੇ ਘੱਟਦਾ ਤੇਰੀ ਅੱਖ ਦਾ ਸ਼ਿਕਾਰ ਮੁੰਡਾ ਹੋ ਗਿਆ ਨੀ ਦਿਨੋ ਦਿਨ ਜਾਵੇ ਘੱਟਦਾ ਕਮ
ਦਿਨੋ ਦਿਨ ਜਾਵੇ ਘਟਦਾ ਤੇਰੀ ਅੱਖ ਦਾ ਸ਼ਿਕਾਰ ਮੁੰਡਾ ਹੋ ਗਿਆ ਨੀ ਦਿਨੋ ਦਿਨ ਜਾਵੇ ਘਟਦਾ ਤੇਰੀ ਅੱਖ ਦਾ ਸ਼ਿਕਾਰ ਮੁੰਡਾ ਹੋ ਗਿਆ ਨੀ ਦਿਨੋ ਦਿਨ ਜਾਵੇ ਘਟਦਾ ਤੇਰੀ ਅੱਖ ਦਾ ਸ਼ਿਕਾਰ ਮੁੰਡਾ ਹੋ ਗਿਆ ਨੀ ਦਿਨੋ ਦਿਨ ਜਾਵੇ ਘਟਦਾ ਅੱਖ ਦਾ ਸ਼ਿਕਾਰ ਮੁੰਡਾ ਹੋ ਗਿਆ ਨੀ ਦਿਨੋ ਦਿਨ ਜਾਵੇ ਘਟਦਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਇੰਨੀ ਹਾਜ਼ਰੀ ਕਬੂਲ ਕਰਿਓ ਜਿਉਂਦੇ ਰਹੇ ਤਾਂ ਅਗਲੇ ਮੇਲੇ 'ਤੇ ਜ਼ਰੂਰ ਮਿਲਾਂਗੇ ਨਹੀਂ ਤਾਂ ਮਿਲਾਂਗੇ ਫਿਰ ਵੀ ਵੈਸੇ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਵਧਾਈਆਂ ਸਮੁੱਚੀ ਟੀਮ ਨੂੰ ਖਾਸ ਕਰਕੇ ਬਾਜਵਾ ਸਾਹਿਬ ਨੂੰ ਮੇਰੇ ਵੱਲੋਂ ਨਿੱਕੇ ਜਿਹੇ ਇਸ ਗੀਤਕਾਰ ਅਤੇ ਗਾਇਕ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਹੈ ਐਡਾ ਵੱਡਾ ਉਪਰਾਲਾ ਵੱਡੇ ਦਿਲ ਵਾਲਾ ਹੀ ਕਰ ਸਕਦਾ ਹੈ ਕਿਉਂਕਿ ਇਹ ਕੰਮ ਬੜੇ ਹੀ ਔਖੇ ਨੇ ਮੈਂ ਵਧਾਈ ਦਿੰਦਾ ਇਹਨਾਂ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਤੁਹਾਡਾ ਖਾਸ ਕਰਕੇ ਜਿਹੜੇ ਲੇਟ ਤੱਕ ਬੈਠੇ ਹੋ ਉਹ ਚੇਚੇ ਤੌਰ 'ਤੇ ਲਾਈਵ ਸਾਂਝਾ ਪੰਜਾਬ ਵੱਲੋਂ ਕੀਤਾ ਜਾ ਰਿਹਾ ਸਾਂਝਾ ਪੰਜਾਬ ਤਾਂ ਲਾਈਵ ਜਿਹੜਾ ਜਿਹੜਾ ਦੇਖ ਰਿਹਾ ਉਹਨਾਂ ਨੂੰ ਵੀ ਸਲਿਊਟ ਇਸ ਮੇਲੇ ਨੂੰ ਅੱਗੇ ਸ਼ੇਅਰ ਕਰਿਓ ਜਿੱਥੇ ਜਿੱਥੇ ਵੀ ਕੋਈ ਦੇਖ ਰਿਹਾ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਂ ਬਾਜਵਾ ਸਾਹਿਬ ਫੋਟੋ ਲਈ ਕਹਿ ਰਹੇ ਨੇ ਤੁਸੀਂ ਮੈਨੂੰ ਆਪਣਾ ਨਾਮ ਨਹੀਂ ਦੱਸਿਆ ਪਰ ਹੈ ਨਾ ਸੋ ਆਰ ਬੀ ਸਿੰਘ ਜੀ ਉਹਨਾਂ ਦਾ ਵੀ ਇੱਕ ਗੀਤ ਸੋ ਮੈਂ ਉਹਨਾਂ ਨੂੰ ਮਾਈਕ ਦੇ ਰਹੀ ਹਾਂ ਹੁਣ ਤੁਸੀਂ ਕੋਰਟ 'ਤੇ ਗਾ ਲਓ ਜਾਂ ਤਬਲਾ ਹੈ ਉਸ ਤੋਂ ਪਹਿਲਾਂ ਅਸੀਂ ਆਸ਼ੂ ਚੋਪੜਾ ਜੀ ਜਿਹਨਾਂ ਨੇ ਕਿ ਸਾਰੇ ਹੀ ਕਲਾਕਾਰਾਂ ਦੇ ਨਾਲ ਇਕੱਲਿਆਂ ਨੇ ਨਿਭਾਈ ਸਾਰੇ ਕਲਾਕਾਰਾਂ ਦਾ ਇਹਨਾਂ ਵੇਖੋ ਇਕੱਲੇ ਇਕੱਲੇ ਕਲਾਕਾਰ ਨੂੰ ਮਜੀਸ਼ੀਅਨ ਨੂੰ ਸਾਰੇ ਮਜੀਸ਼ੀਅਨ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿੰਨੇ ਮਜੀਸ਼ੀਅਨ ਨੇ ਕਲਾਕਾਰ ਵਾਰੀ ਵਾਰੀ ਆਉਂਦੇ ਰਹੇ ਜਾਂਦੇ ਰਹੇ ਇਹ ਵਿਚਾਰੇ ਹਰ ਕਲਾਕਾਰ ਦੇ ਨਾਲ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਨਹੀਂ ਤਾਂ ਆਮ ਤੌਰ 'ਤੇ ਕਈ ਵਾਰੀ ਮਜੀਸ਼ੀਅਨ ਜਿਹੜੇ ਹੁੰਦੇ ਨੇ ਕਈਆਂ ਨੂੰ ਕੱਢ ਹੀ ਦਿੰਦੇ ਵਿੱਚੋਂ ਹੈ ਨਾ ਪਰ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਆਸ਼ੂ ਚੋਪੜਾ ਜੀ ਜਿੰਨੇ ਕਮੇਟੀ ਮੈਂਬਰ ਹੋ ਤੁਸੀਂ ਸਾਰਿਆਂ ਨੇ ਪਰਸਨਲ ਤੌਰ 'ਤੇ ਵੀ ਆਸ਼ੂ ਜੀ ਦੀ ਸਪੋਰਟ ਕਰਨੀ ਹੈ ਇੱਕ ਪਾਸੇ ਸ਼ੁਰੂ ਹੋ ਜਾਓ ਸਾਰੇ ਜਣੇ ਦੈਟਸ ਇਟ ਓਕੇ ਇਹਨਾਂ ਨੂੰ ਕਿਉਂਕਿ ਆਪਣੀ ਕੁੜੀ ਹੈ ਇਹ ਤਰੱਕੀਆਂ ਕਰ ਰਹੀ ਹੈ ਸੋ ਸਾਰੇ ਜਣੇ ਆਸ਼ੂ ਚੋਪੜਾ ਜੀ ਦੀ ਸਪੋਰਟ ਕਰੋ ਸਾਰੇ ਜਣੇ ਜੋ ਵੀ ਕਰ ਸਕਦੇ ਜੇ ਵੱਧ ਤੋਂ ਵੱਧ ਸੋ ਸਭ ਤੋਂ ਪਹਿਲਾਂ ਮੈਂ ਇਸੇ ਏਰੀਏ ਦਾ ਤੁਹਾਡਾ ਆਪਣਾ ਬੱਚਾ ਸੋ ਮੈਂ ਕੋਈ ਤਿਆਰੀ ਕਰਕੇ ਨਹੀਂ ਸੀ ਆਇਆ ਔਰ ਮੈਂ ਬਸ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂ ਬਲਵਿੰਦਰ ਸਿੰਘ ਜੀ ਬਾਜਵਾ ਦਾ ਔਰ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਸਾਡੇ ਇਸ ਏਰੀਏ ਦੇ ਵਿੱਚ ਐਡਾ ਵੱਡਾ ਮੇਲਾ ਕਰਵਾਇਆ ਸੋ ਮੈਂ ਦੋ ਕੁ ਲਾਈਨਾਂ ਬਸ ਤੁਹਾਡੇ ਰੂਬਰੂ ਕਰਦੀ ਹਾਂ ਸੋਨੀ ਪਾਬਲਾ ਜੀ ਨੂੰ ਯਾਦ ਕਰਦੇ ਹੋਏ ਮੇਰੇ ਬਹੁਤ ਹੀ ਅਜ਼ੀਜ਼ ਫਰੈਂਡ
ਉਹ ਮੈਨੂੰ ਦੇ ਗਿਆ ਨਿਸ਼ਾਨੀ ਹੋਈ ਫਿਰਾਂ ਮੈਂ ਦੀਵਾਨੀ ਉਹ ਮੈਨੂੰ ਦੇ ਗਿਆ ਨਿਸ਼ਾਨੀ ਹੋਈ ਫਿਰਾਂ ਮੈਂ ਦੀਵਾਨੀ ਹੋ ਗਿਆ ਦੀਵਾਨੀ ਹੋਈ ਫਿਰਾਂ ਮੈਂ ਦੀਵਾਨੀ ਨਿਸ਼ਾਨੀ ਹੋਈ ਫਿਰਾਂ ਮੈਂ ਦੀਵਾਨੀ ਦੇ ਗਿਆ ਨਿਸ਼ਾਨੀ ਹੋਈ ਫਿਰਾਂ ਮੈਂ ਦੀਵਾਨੀ ਨੈਣੀ ਇਸ਼ਕੇ ਦੀ ਰੜਕ ਪਵੇ ਮੈਨੂੰ ਪਲੀਜ਼ ਸਟਾਪ ਮੈਨੂੰ ਦੇ ਗਿਆ ਨਿਸ਼ਾਨੀ ਹੋਈ ਫਿਰਾਂ ਮੈਂ ਦੀਵਾਨੀ ਮੈਨੂੰ ਦੇ ਗਿਆ ਨਿਸ਼ਾਨੀ ਹੋਈ ਫਿਰਾਂ ਮੈਂ ਦੀਵਾਨੀ ਨੈਣੀ ਇਸ਼ਕੇ ਦੀ ਰੜਕ ਪਵੇ ਪੈਰਾਂ ਚ ਭਜੇ ਬਿਆਰ ਦੀ ਬੜਾ ਹੁੰਬਰਾ ਤਾਂ ਸੜਕ ਪਵੇ ਉਹ ਪੈਰਾਂ ਚ ਭਜੇ ਬਿਆਰ ਦੀ ਬੇੜਾ ਸੁੰਬਰਾ ਤਾਂ ਸੜਕ ਪਵੇ ਪੈਰਾਂ ਚ ਭਜੇ ਬਿਆਰ ਦੀ ਬੇੜਾ ਸੁੰਬਰਾ ਤਾਂ ਸੜਕ ਪਵੇ ਅੱਗ ਮੱਚ ਪੈਂਦੀ ਆ ਖਿਆਲਾਂ ਵਾਲੇ ਪਾਣੀ ਚ ਬੋਝ ਬੋਝ ਪੱਬ ਰੱਖਾ ਮੁੰਡਿਆਂ ਦੀ ਟਾਹਣੀ ਚ ਅੱਗ ਮੱਚ ਪੈਂਦੀ ਆ ਖਿਆਲਾਂ ਵਾਲੇ ਪਾਣੀ ਚ ਸੌਣ ਦੇ ਮਹੀਨੇ ਵਿੱਚ ਬਾਕੀ ਮੋਰ ਬੋਲਦੇ ਨੇ ਸੌਣ ਦੇ ਮਹੀਨੇ ਵਿੱਚ ਬਾਕੀ ਮੋਰ ਬੋਲਦੇ ਨੇ ਬੱਦਲਾਂ ਤੇ ਗਰਜ ਪਵੇ ਪੈਰਾਂ ਚ ਭਜੇ ਵਿਆਹ ਦੀ ਬੇੜਾ ਸੁੰਬਰਾਂ ਤਾਂ ਛੜਕ ਪਵੇ ਪੈਰਾਂ ਚ ਭਜੇ ਵਿਆਰ ਦੀ ਬੇੜਾ ਸੁੰਬਰਾਂ ਤਾਂ ਛੜਕ ਪਵੇ ਪੈਰਾਂ ਚ ਭਜੇ ਵਿਆਰ ਦੀ ਬੇੜਾ ਸੁੰਬਰਾਂ ਤਾਂ ਛੜਕ ਪਵੇ ਗੋਰਿਆਂ ਗੱਲਾਂ ਤੇ ਮੇਰੇ ਲਾਲੀ ਚੜੀ ਆਉਂਦੀ ਏ ਸਿਰੋ ਪੈਰੀ ਨੰਗੀ ਭੱਜਾ ਡਾਕੀ ਇਹਦੇ ਵੱਲ ਸਿਰੋ ਪੈਰੀ ਨੰਗੀ ਭੱਜਾ ਡਾਕੀ ਇਹਦੇ ਵੱਲ ਤੱਲੀ ਸਾਈਕਲ ਦੀ ਖੜਕ ਪਵੇ ਪੈਰਾਂ ਚ ਭਜੇ ਬਿਆਰ ਦੀ ਬੇੜਾ ਸੁੰਬਰਾਂ ਤਾਂ ਛੜਕ ਪਵੇ ਪੈਰਾਂ ਚ ਭਜੇ ਬਿਆਰ ਦੀ ਬੇੜਾ ਸੁੰਬਰਾਂ ਤਾਂ ਛੜਕ ਪਵੇ ਸਭ ਸੱਜਣ ਸੱਜਣੀਆਂ ਵੇ ਸੋਹਣਿਆ ਫਿਰਨ ਕੰਗਣੀਆਂ ਪਾ ਕੇ ਦੁਨੀਆ ਮੇਲੇ ਜਾਂਦੀ ਏ ਲੱਖਾਂ ਹਾਰ ਸ਼ਿੰਗਾਰ ਲਗਾ ਕੇ ਸਭ ਸੱਜਣ ਸੱਜਣੀਆਂ ਵੇ ਸੋਹਣਿਆ ਫਿਰਨ ਕੰਗਣੀਆਂ ਪਾ ਕੇ ਚੱਲ ਅਸੀਂ ਵੀ ਚੱਲੀਏ
ਚੱਲ ਅਸੀਂ ਵੀ ਚੱਲੀਏ ਵੇ ਸੋਹਣਿਆ, ਸਾਨੂੰ ਕਾਹਦੀ ਚੋਰੀ, ਦੋ ਤਾਰਾ ਵੱਜਦਾ ਵੇ ਰਾਂਝਣਾ, ਨੂਰ ਮਹਿਲ ਦੀ ਮੋਰੀ, ਦੋ ਤਾਰਾ ਵੱਜਦਾ ਵੇ ਰਾਂਝਣਾ, ਨੂਰ ਮਹਿਲ ਦੀ ਮੋਰੀ। ਥੈਂਕ ਯੂ ਸੋ ਮਚ ਮਜੀਸ਼ੀਅਨਸ, ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਲੱਗਿਆ, ਸਾਊਂਡ ਬਹੁਤ ਵਧੀਆ, ਥੈਂਕ ਯੂ ਸੋ ਮਚ।